ਰੱਖੀ ਦੀਨ ਦੁਨੀ ਦੇ ਦਾ ਬਾਪੂ ਜਿਹੜਾ ਤੈਨੂੰ ਮੈਂ ਕੱਲ ਕੰਮ ਕਿਹਾ ਸੀਗਾ ਉਹ ਕੱਲ ਕੰਮ ਦਾ ਕਿਹਾ ਸੀ ਮੈਂ ਫੋਨ ਦਾ ਲਾ ਲਿਆ ਸੀਗਾ ਤੇਰੀ ਮਾਸੀ ਨੂੰ ਤੇ ਉਹ ਕਹਿੰਦੀ ਸੀ ਕਹਿੰਦੀ ਕੋਈ ਗੱਲ ਨਹੀਂ ਤੂੰ ਮੁੰਡੇ ਨੂੰ ਭੇਜ ਦੀ ਤੇ ਭੇਜ ਕੇ ਮੈਂ ਕਰ ਲੂੰ ਗੱਲ ਤੂੰ ਐਂ ਕਰ ਅੱਜ ਤੂੰ ਉਹਨਾਂ ਕੋਲ ਜਾਏ ਤੈਨੂੰ ਸਾਰੀ ਗੱਲ ਸਮਝਾ ਦੇਣਗੇ ਮੈਂ ਪੈਸੇ ਟੱਕੇ ਦਾ ਕਰ ਲੂੰਗਾ ਮੈਂ ਵੀ ਯਾਰ ਤੇਰੇ ਬਾਰੇ ਹੀ ਸੋਚਦਾ ਕਿ ਤੁਹਾਨੂੰ ਤੱਕ ਮਿੱਟੀ ਨਾਲ ਮਿੱਟੀ ਹੁੰਦਾ ਰਹੇਗਾ ਸਾਰੀ ਜ਼ਿੰਦਗੀ ਤੂੰ ਖੇਤੀ 'ਚ ਕੱਢਤੀ ਹੈ ਨਾ ਤੇਰੇ ਬਾਰੇ ਵੀ ਸੋਚਣਾ ਜਾ ਕੇ 6 ਮਹੀਨੇ 'ਚ ਸਾਰਾ ਕੁਝ ਸੈੱਟ ਕਰ ਦੂੰਗਾ ਉਹ ਤਾਂ ਠੀਕ ਹੈ ਪੁੱਤ ਤੇਰੀ ਗੱਲ ਤਾਂ ਚੱਲ ਮੈਂ ਤਾਂ ਇਕੱਲਾ ਕਰਕੇ ਕਹਿੰਦਾ ਸੀ ਯਾਰ ਤੇਰੀ ਮਾਂ ਨੂੰ ਵੀ ਬੁਲਾਉਣਾ ਆਊਗਾ ਚੱਲ ਤੂੰ ਐਂ ਕਰ ਅੱਜ ਤੂੰ ਜਾ ਕੇ ਤੇਰੀ ਮਾਸੀ ਕੋਲ ਚੱਲ ਠੀਕ ਹੈ ਮੈਂ ਜਾਂਦਾ ਹਾਂ ਕੀ ਗੱਲਾਂ ਨਹੀਂ ਮਾਰੀਆਂ ਨੇ ਕੋਈ ਪੁੱਤ ਮੈਂ ਕਹਿੰਦਾ ਮੇਰੇ ਵੀ ਲੱਗ ਗਿਆ ਰੰਗ ਜਾਓ ਤੇਰੇ ਵੀ ਲੱਗਿਆ ਹੋਇਆ ਭੂਈ ਤੇ ਕੀ ਹੋ ਗਿਆ ਤੈਨੂੰ ਹੁਣ ਆ ਕੀ ਗੱਲਾਂ ਜੀ ਮਾਰੀ ਜਾਂਦੇ ਮੈਂ ਕਿਹਾ ਦੋਨੇ ਜਾਣੇ ਉਹ ਕੁਛ ਨਹੀਂ ਇਹ ਤਾਂ ਆਪਣੀ ਛਣੀ ਦੀ ਗੱਲ ਕਰਦੇ ਸੀ ਕਹਿੰਦਾ ਮੈਂ ਬਾਹਰ ਜਾਣਾਗਾ ਕਹਿੰਦਾ ਹਾਂ ਉਹ ਮੈਂ ਇਹਦੀ ਮਾਸੀ ਕਨੇ ਗੱਲ ਕਰੀ ਸੀ ਨਾ ਕੱਲ ਉਹ ਕਹਿੰਦੇ ਭੇਜ ਦੇਵਾਂਗੇ ਮੈਂ ਚੱਲ ਕੋਈ ਨਹੀਂ ਭਾਈ ਬਗ ਜੀ ਮੈਂ ਨਹੀਂ ਜਾਣ ਦਿੰਦੀ ਹੈਗੀ ਬਾਹਰ ਪੁਰ ਬਾਹਰ ਜਾਣਾ ਹੈਗਾ ਆਪੇ ਮੈਂ ਤਾਂ ਪਕਾ ਲਏ ਮੈਨੂੰ ਤਾਂ ਪੁੱਛਿਆ ਤੱਕ ਵੀ ਨਹੀਂ ਪੁੱਛਣ ਦੀ ਲੋੜ ਵੀ ਕੀ ਆ ਮੇਰੀ ਸਾਨੂੰ ਕੋਈ ਅੱਜ ਤੱਕ ਪਿੰਡ 'ਚ ਆਏ ਨਹੀਂ ਕਹਿੰਦਾ ਵੀ ਇਹ ਪਿਆ ਪੋਤਾ ਅਸੀਂ ਚਾਰ ਦੋਸਤਾਂ ਵੱਲੋਂ ਰਹਿੰਦੇ ਹਾਂ ਅੱਜ ਉਹਨੇ ਮੈਨੂੰ ਗੱਲ ਕਹੀ ਮੈਂ ਅੱਜ ਤੱਕ ਮੁੰਡੇ ਦੀ ਗੱਲ ਕੋਈ ਟਾਲੀ ਨਹੀਂ ਤੇ ਨਾ ਹੀ ਮੈਂ ਟਾਲਾ ਜੇ ਉਹਨੇ ਬਾਹਰ ਜਾਣ ਨੂੰ ਕਿਹਾ ਤਾਂ ਮੈਂ ਉਹਨੂੰ ਬਾਹਰ ਹੀ ਭੇਜੂ ਜਾਣ ਦੀ ਗੱਲ ਕੋਈ ਮਾੜੀ ਨਹੀਂ ਮੈਂ ਕਹਿੰਦੀ ਪਰ ਮੇਰਾ ਜੀ ਕਿਵੇਂ ਲੱਗੂ ਤੂੰ ਤਾਂ ਬਾਹਰ ਤੁਰ ਪੈਣਾ ਖੁੰਡਾਂ ਤੇ ਬਹਿ ਜਾਏਗਾ ਜਾ ਕੇ ਮੈਂ ਕਿਵੇਂ ਕੱਟੂ ਦੇਣਾ ਕੋਈ ਨਹੀਂ ਹੌਲੀ ਹੌਲੀ ਜਦੋਂ ਉੱਥੇ ਪੱਕਾ ਹੋਵੇ ਤੈਨੂੰ ਨਾਲ ਲੈ ਜੂ ਨਾਲ ਵਗ ਜੀ ਕੋਈ ਗੱਲ ਨਹੀਂ ਨਾਲ ਜਾਣ ਵਾਲੀ ਹੈਗੀ ਹੈ ਮੈਂ ਗੋਡੇ ਮੇਰੇ ਨਹੀਂ ਕੰਮ ਦੇ ਹੈ ਤੁਰ ਮੈਂ ਨਹੀਂ ਸਕਦੀ ਜਾ ਦੇ ਬਈ ਉਹਦੇ ਬਾਅਦ ਤਾਂ ਬੜਾ ਗੁੱਸਾ ਆ ਗੋਡੇ ਗਾਡੇ ਸਾਰੇ ਤੇਰੇ ਵਾਪਸ ਉੱਥੇ ਨਵੇਂ ਪਵਾ ਦੂਗਾ ਭਾਵੇਂ ਸਟੀਲ ਦੇ ਪਾਣੀ ਭਾਵੇਂ ਲੋਹੇ ਦੇ ਪਾਣੀ ਜੇ ਇਹ ਸਾਰੇ ਮਿਲਦੇ ਕਹਿੰਦੇ ਉੱਧਰ ਆ ਪਾਉਣੇ ਦੂਜੇ ਮਿਲ ਜਾਂਦੇ ਸਾਰਾ ਕੁਝ ਮਿਲਦਾ ਉੱਧਰ ਪਵਾਏ ਤਾਂ ਹੈਗੇ ਹੋਰ ਦੁਬਾਰੇ ਪੈਣਗੇ ਇਹ ਇੱਧਰ ਪੰਜਾਬ ਵਾਲੇ ਤੋਂ ਉੱਧਰਲੇ ਪਵਾ ਕੇ ਦੇਖਦੇ ਉਹ ਤਾਂ ਭੱਜੀ ਫਿਰੇਗੀ ਅੱਛਾ ਹਾਂ ਸਾਰਾ ਕੁਝ ਵਧੀਆ ਮਿਲਦਾ ਉੱਧਰ ਇਹ ਨਾ ਫੇਰ ਗੋਡੇ ਦਾ ਫੇਰ ਕਰ ਗੋਡੇ ਦਾ ਕੋਈ ਬਹਾਨਾ ਨਹੀਂ ਇਹਦੇ 'ਚ ਚੱਲਦਾ ਮੁੰਡਾ ਬਾਹਰ ਜਾਊਗਾ ਤਾਂ ਜਾਊਗਾ ਇਹ ਗੋਡੇ ਗੋਡੇ ਵਾਲੇ ਕੋਈ ਬਹਾਨਾ ਨਾ ਲਾ ਇਹਦੇ 'ਚ ਮੈਂ ਤਾਂ ਕੁੜੀ ਨੂੰ ਜਾ ਕੇ ਗੱਲ ਕਰਦੀ ਹਾਂ ਉਹਦੇ ਨਾਲ ਗੱਲ ਕਰੂੰਗੀ ਜਾ ਕੇ ਇਹਦੇ ਨਾਲ ਕੁੜੀ ਨਾਲ ਵੀ ਐਂ ਕਰਦੇ ਆ ਭਾਈ ਉਹਨਾਂ ਨੇ ਰਾਏ ਘਰ ਛੱਡਿਆ ਬਈ ਕੁੜੀ ਆਵੇ ਚਾਹੇ ਕੋਈ ਪਰਾਉਣਾ ਆਵੇ ਜੇ ਕੋਈ ਮਰਜ਼ੀ ਆਵੇ ਜੇ ਜਾਊਗਾ ਤਾਂ ਜਾਊਗਾ ਬੈ ਸਿੱਧੀ ਗੱਲ ਪੱਥਰ ਤੇ ਲਕੀਰ ਕਰਦੀ ਹੈ ਲਕੀਰ ਆ ਕੋਈ ਆਈ ਜਾਵੇ ਕੋਈ ਜਾਈ ਜਾਵੇ ਚੰਗੀ ਗੱਲ ਆ ਜੇ ਮੇਰਾ ਰੱਖ ਕੇ ਭੇਜ ਦੇਣਗੇ ਤਾਂ ਦੋ ਭੈਣ ਭਾਈ ਵਾਲੀ ਵਾਲੀ ਗੱਲ ਆ ਜੇ ਆਪਦੀ ਮਰਜ਼ੀ ਕਰਨਗੇ ਫਿਰ ਮੇਰਾ ਕਿਲਾ ਜਾਣ ਜੇ ਅਸੀਂ ਜਾਣਾ ਤਾਂ ਜਾਣੀ ਹੈ ਬਸ ਮੈਂ ਆਪਾਂ ਬਾਹਲਾ ਕਲੇਸ਼ ਪਾਉਣ ਦੀ ਕੋਈ ਲੋੜ ਨਹੀਂ ਜੋ ਕਹਿੰਦਾ ਮੈਂ ਜਾਣਾਗਾ ਲੋਕਾਂ ਨੇ ਕਿਹੜਾ ਜਾਣ ਦੇਣਗੇ ਕੋਈ ਨਿਸ਼ਾਰ ਨੂੰ ਕਿੱਡੀ ਗੱਲ ਆ ਤੇ ਆ ਜਿਹੜੇ ਫੌਜੀਆਂ ਫੌਜ 'ਚ ਨੌਕਰੀ ਕਰਦੇ ਅਗਲਾ 6-6 ਮਹੀਨੇ ਸਾਲ ਸਾਲ ਦੋ ਦੋ ਸਾਲ ਵੀ ਨਹੀਂ ਉਹ ਤੋਂ ਵੀ ਬਾਹਰ ਹੀ ਰਹਿੰਦੇ ਆ 20 ਦਿਨ ਵਾਸਤੇ ਪਿੰਡ 'ਚ ਆਉਂਦੇ ਆ ਬੇ 20 ਦਿਨਾਂ ਨਾਲ ਕੀ ਹੋ ਜਾਂਦਾ ਇਹਦਾ ਮਨ ਸਮਝਾਉਣ ਦੀ ਗੱਲ ਆ ਉਹ ਤਾਂ ਸਾਲ ਤੋਂ ਛੁੱਟੀ ਆ ਜਾਂਦੇ ਮੈਨੂੰ ਪਤਾ ਹੈ ਫੌਜੀ ਦਾ ਪਰ ਇਹ 5 ਸਾਲ ਤੋਂ ਪਹਿਲਾਂ ਨਹੀਂ ਆ ਸਕਦਾ ਘਰੇ ਹਾਂ ਪਤਾ ਮੈਨੂੰ 5 ਸਾਲਾਂ ਦਾ ਕਿ ਐਂ ਲੰਘ ਜਾਂਦਾ ਅੱਖ ਮੀਚੀ ਰਾਤ ਘੜੀ ਸੀ ਮੇਰਾ ਤਾਂ ਮਗਰੋਂ ਹੀ ਭੋਗ ਪਾ ਦੇਗਾ ਮੈਨੂੰ ਪਤਾ ਇੰਨਾ ਚਿਰ ਮੈਂ ਕੱਟਦੀ ਨਹੀਂ ਉਹ ਕੋਈ ਗੱਲ ਨਹੀਂ ਫਿਰ ਮੁੰਡੇ ਤਾਂ ਨਹੀਂ ਪਾਉਂਦੇ ਭੋਗ ਮੈਂ ਹੀ ਪਾਉਂਗਾ ਮੈਂ ਉੱਥੇ ਹੋਊਂਗਾ ਤੇਰਾ ਤਾਂ ਵਧੀਆ ਕਰੂੰਗਾ ਸਾਰਾ ਕੁਝ ਫਿਰ ਮਾਂ ਪੁੱਤ ਦਾ ਤਾਂ ਵਿਛੋੜਾ ਪਾਤਾ ਉਹ ਵਿਛੋੜੇ ਵਾਲੀ ਕੀ ਗੱਲ ਆ ਮੁੰਡੇ ਚਾਹੀਦਾ ਮੁੰਡਾ ਮੈਂ ਤੈਨੂੰ ਹੋਰ ਲੈ ਦੂੰਗਾ ਲੈ ਦੂੰਗਾ ਮੈਂ ਮੁੰਡਾ ਹੋਰ ਕੀ ਕਰੂੰ ਮੈਂ ਪਾਲੂੰਗੀ ਹੁਣ ਪਾਲਣ ਵਾਲੀ ਗੱਲ ਨਹੀਂ ਕਰਦਾ ਮੈਂ ਚਾਹੁੰ ਨਾ ਸਮਝ ਮੇਰੀ ਮੁੰਡੇ ਤੇ ਬਥੇਰੇ ਕਹਿੰਦੇ ਗੋਦ ਦਿੰਦੇ ਆ ਆਪਾਂ ਗੋਦ ਲੈ ਲਾਂਗੇ ਤਾਂ ਜਿਹਦੇ ਨੂੰ ਮੁੰਡੇ ਚਾਹੀਦਾ ਪਰ ਇਹ ਬਾਹਰ ਜਾਊਗਾ ਤਾਂ ਜਾਊਗਾ ਜਿਹੜਾ ਗੋਦ ਲਿਆ ਹੋਇਆ ਮੁੰਡਾ ਉਹ ਤਾਂ ਗੋਦ ਲਿਆ ਹੀ ਹੋਊਗਾ ਜਿਹੜਾ ਆਪਦਾ ਖੂਨ ਹੁੰਦਾ ਉਹ ਆਪਦਾ ਹੁੰਦਾ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਮੇਰੀ ਇਹਦਾ ਤੇਰੇ ਮਨ 'ਚ ਵਹਿਮ ਹੈ ਵਿਖਣੀ ਆਪਦਾ ਨਹੀਂ ਅੱਜ ਕੱਲ੍ਹ ਕੋਈ ਨਹੀਂ ਤਾਂ ਪਤਾ ਨਹੀਂ ਕਿਹਨੇ ਉਹ ਕਰਨਾ ਕਿਹਨੇ ਨਹੀਂ ਧਾਰਨਾ ਫਿਰ ਤੂੰ ਮਨ ਸਮਝਾ ਲਾ ਆਪਦਾ ਨਹੀਂ ਲੈਣਾ ਨਾਲ ਲੈ ਮੈਨੂੰ ਕੋਈ ਚੱਕਰ ਨਹੀਂ ਪਰ ਇਹ ਬਾਹਰ ਜਾਊਗਾ ਤਾਂ ਜਾਊਗਾ ਬਸ ਆਪਾਂ ਕੋਈ ਬਾਹਰੀ ਇਹਦੇ 'ਚ ਜਿੱਦ ਵੈਸ ਨਹੀਂ ਕਰਨੀ ਜੇ ਮੁੰਡਾ ਜਾਣ ਨੂੰ ਕਹਿੰਦਾ ਉਹਨੂੰ ਵਗ ਜਾਣ ਦੇ ਮੈਂ ਤਾਂ ਸਾਬਰ ਕਰ ਲੂੰ ਜਿਵੇਂ ਤੁਹਾਨੂੰ ਪਿਓ ਪੁੱਤਾਂ ਨੂੰ ਲੋਟ ਆਉਂਦਾ ਨਾ ਕਰ ਲਓ ਮੈਂ ਇੱਥੋਂ ਤੁਹਾਡੇ ਨਾਲ ਪਕਾਈ ਠੀਕ ਪਕਾਈ ਕਰ ਵੀ ਨਾ ਤੂੰ ਨਾ ਲੋੜ ਆ ਅੱਜ ਕੱਲ੍ਹ ਮਾਂ ਪਿਓ ਤਾਂ ਕਹਿੰਦਾ ਵੀ ਬਾਹਰ ਜਾਵੇ ਇਹ ਫਾਨਾ ਲਾਈ ਜਾਂਦੇ ਵਿੱਚ ਪ੍ਰਵੀਨ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਹਾਂ ਹਾਂ ਵਧੀਆ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਹਾਂ ਬੈਠੀ ਕੋਈ ਨਹੀਂ ਪਾਣੀ ਤਾਂ ਪੀ ਕੇ ਬਹਿ ਜਾ ਤੂੰ 2 ਮਿੰਟ ਫਿਰ ਲੈ ਆ
ਅੱਛਾ ਕੀ ਗੱਲ, ਨਾ ਕੋਈ ਫੋਨ ਕਰਿਆ ਨਾ ਕੁਛ ਦੱਸਿਆ ਹੈ, ਸਿੱਧਾ ਹੀ ਅੱਜ ਬਸ ਆਈ ਹੈ, ਗੱਲ ਹੀ ਇਹੋ ਜੀ ਹੈ। ਤੇ ਹੋਰ ਚੰਨੀ ਕਿਵੇਂ? ਗੱਲੇ ਹੈ ਜੀ, ਉਹ ਤਾਂ ਠੀਕ ਆ, ਸੁੱਖ ਸੰਦ ਵੀ ਆ ਮਾਂ। ਸੁੱਖ ਸੰਦ ਹੈ, ਪਰ ਪਤਾ ਕੀ ਹੈ, ਤੇਰੇ ਪਿਓ ਨੇ ਤੇਰੇ ਭਰਾ ਨੇ ਬਾਹਰ ਜਾਣ ਦੀ ਸਲਾਹ ਬਣਾ ਲਈ ਸਨੀ ਨੇ। ਅੱਛਾ ਆਹੋ, ਤੈਨੂੰ ਬਾਅਦ ਚ ਕੌਣ ਦੇਖੂਗਾ, ਮੇਰਾ ਵੀ ਵਿਆਹ ਹੋਇਆ ਪਿਆ। ਦੱਸ, ਇਹੀ ਤਾਂ ਗੱਲ ਹੈ, ਇਹੀ ਤਾਂ ਮੈਂ ਕਹਿਣੀ ਆ। ਤੁਸੀਂ ਗੱਲ ਨੀ ਕਰੀ ਵੀਰੇ ਨਾਲ? ਵੀਰਾ ਵੀ ਉਹ ਜਿਹਾ ਤੇ ਪਿਓ ਵੀ ਉਹ ਜਿਹਾ, ਤੇਰਾ ਨਹੀਂ ਸੁਣਦੇ ਮੇਰੀ ਗੱਲ, ਮੈਂ ਤਾਂ ਹੀ ਆਈ ਆ ਤੇਰੇ ਕੋਲ ਪੁੱਤ। ਬਾਪੂ ਨੂੰ ਤਾਂ ਦੇਖਣਾ ਚਾਹੀਦਾ ਗਾ। ਬਾਪੂ ਨੀ, ਬਾਪੂ ਘੱਟ ਹੈ ਕਿਤੇ, ਬਾਪੂ ਨੂੰ ਦੇਖਣਾ ਚਾਹੀਦਾ ਗਾ। ਵੀ ਦੱਸ, ਤੁਸੀਂ ਜੇ ਦੋਨੇ ਬਾਹਰ ਵਗੇ ਫਿਰ ਮਾਂ ਤੇਰਾ ਕੌਣ ਦੇਖੂਗਾ ਘਰੇ? ਦੋਨੇ ਨੀ ਪੁੱਤ, ਆਪ ਤਾਂ ਤੇਰੇ ਪਿਓ ਤੇ ਰਹੂਗਾ, ਸਨੀ ਨੂੰ ਤੋਰੂ। ਅੱਛਾ, ਹੋਰ ਲੈ ਦੱਸ, ਲੈ ਫਿਰ ਉਹਨੂੰ ਵੀ ਕਿਉਂ ਤੋਰਨਾ ਵਾ? ਫਿਰ ਉਹੀ ਤਾਂ ਹੈ, ਇੱਕ ਤਾਂ ਹੈਗਾ ਖਮੁਰੇ, ਤੂੰ ਤਾਂ ਸਹੁਰੀ ਹੈਗੀ। ਉਹੀ ਤਾਂ ਗੱਲ ਹੈ, ਚੱਲ ਜੇ ਦੋ ਭਾਈ ਹੋਣ ਫੇਰ ਵੀ ਚੱਲ ਇੱਕ ਵਾਰ ਵਗ ਗਿਆ, ਇੱਕ ਤਾਂ ਸਾਂਭੀ ਜਾਂਦਾ ਤੁਹਾਡੇ ਕੋਲੇ ਹੈਗਾ। ਆਹੀ ਗੱਲ ਮੇਰੀ ਹੈ, ਹੋਰ ਤਾਂ ਮੈਂ ਕੁਛ ਕਹਿੰਦੀ, ਮੈਨੂੰ ਪਤਾ ਦੁਨੀਆ ਹੀ ਜਾਂਦੀ ਹੈ, ਪਰ ਮੇਰੇ ਕੋਲ ਵੀ ਦੇਖਣ ਨੂੰ ਕੁਛ ਚਾਹੀਦਾ। ਉਹ ਤਾਂ ਹੈ ਹੀ ਆ ਮਾਂ, ਪਰ ਹੁਣ ਫਿਰ ਮੈਂ ਕੀ ਕਰਾਂ, ਮੈਂ ਕਰਦੀ ਆ ਚੰਨੀ ਨਾਲ ਗੱਲ ਕਰਦੀ ਇੱਕ ਵਾਰੀ, ਫਿਰ ਅਸੀਂ ਦੋਨੇ ਆਵਾਂਗੇ, ਫਿਰ ਕਰਦੇ ਆ ਸਨੀ ਨਾਲ ਗੱਲ। ਸਮਝਾ ਕੇ ਆਓ ਤੁਸੀਂ ਵੀ, ਨਹੀਂ ਭਾਈ ਨਹੀਂ ਜਾਣਾ ਹੈਗਾ। ਠੀਕ ਆ ਮਾਂ, ਚੱਲ ਮਾਂ ਤੂੰ ਬੈਠ, ਇੰਨੇ ਮੈਂ ਤੇਰੇ ਲਈ ਚਾਹ ਪਾਣੀ ਲੈ ਕੇ ਆਉਣੀ ਆ। ਨਹੀਂ ਪੁੱਤ ਨਹੀਂ, ਆ ਗੱਲਾਂ ਹੀ ਮੈਨੂੰ ਤਾਂ ਚਾਹ ਵਰਗੀਆਂ, ਮੈਂ ਤੇਰੇ ਤੇ ਆਸ ਕਰਕੇ ਆਈ ਵੀ ਤੂੰ ਸਮਝਾ ਦੇਂਗੀ ਇਹਨਾਂ ਨੂੰ। ਗੱਲ ਤਾਂ ਸਹੀ ਆ ਮਾਂ ਤੇਰੀ, ਨਾਲੇ ਕੱਲਾ ਕਹਿ ਰਿਹਾ ਮੁੰਡਾ ਗਾ, ਦੱਸ ਉਹਨੂੰ ਕੁਛ ਤਾਂ ਸੋਚਣਾ ਚਾਹੀਦਾ, ਪਤਾ ਨੀ ਕਿਹਦੇ ਮਗਰ ਲੱਗ ਗਿਆ, ਬਾਹਰ ਜਾਣ ਨੂੰ ਉਹਨੂੰ ਕੀ ਹੋਇਆ ਗਾ। ਪਤਾ ਨੀ ਕਿਹਨੇ ਇਹ ਚੱਕ ਦਿੱਤੀ ਆ, ਮੇਰੇ ਤਾਂ ਹੋਲ ਪਈ ਜਾਂਦੇ ਵੀ ਇਹਨਾਂ ਬਿਨਾਂ ਹੈ ਕੌਣ। ਮੇਨ ਗੱਲ ਤਾਂ ਇਹ ਆ ਮਾਂ ਵੀ ਹੁਣ ਆਹ ਉਮਰ ਚ ਤੁਸੀਂ ਦੱਸੋ ਕਿਹਦਾ ਸਹਾਰਾ ਲਓਗੇ, ਹੁਣ ਉਸੇ ਦਾ ਹੀ ਸਹਾਰਾ ਆਪਾਂ ਨੂੰ, ਚੱਲ ਐ ਸੀ ਵੀ ਉਹਦਾ ਵਿਆਹ ਕਰਕੇ ਤੁਹਾਨੂੰ ਸੁੱਖ ਸਹਾਰਾ ਮਿਲ ਜਾਂਦਾ। ਆਹੀ ਤਾਂ ਮੈਂ ਕਹਿੰਦੀ, ਨਾ ਤਾਂ ਤੇਰੇ ਪਿਓ ਨੂੰ ਸੰਗ ਆਉਂਦੀ ਆ, ਉਹਦੀ ਤਿਆਰੀ ਮਿੰਟਾਂ 'ਚ ਕਰੀ ਬੈਠਾ, ਮੈਨੂੰ ਤਾਂ ਪਤਾ ਹੀ ਨਹੀਂ। ਚੱਲ ਕੋਈ ਨਾ ਮਾਂ, ਤੂੰ ਨਾ ਦਿਮਾਗ ਤੇ ਐਵੇਂ ਨਾ ਲੋੜ ਲੈ, ਮੈਂ ਕਰਦੀ ਆ ਆਪ ਗੱਲ, ਕੋਈ ਨਾ। ਆ ਤੁਸੀਂ ਗੱਲ ਕਰਕੇ ਆ, ਚੱਲ ਚੰਗਾ, ਇਹਨੇ ਤੂੰ ਬੈਠ, ਮੈਂ ਲੈ ਕੇ ਆਉਣੀ ਆ ਚਾਹ ਪਾਣੀ, ਤੂੰ ਤਾਂ ਮੈਂ ਕਹੀ ਜਾਂਦੀ ਆ ਪੀ ਕੇ ਆਈਆਂ ਪੀ ਕੇ ਆਈਆਂ। ਨਹੀਂ ਪੁੱਤ, ਮੇਰਾ ਜੀ ਉਹ ਹੀ ਨਹੀਂ ਕਰਦਾ, ਜਦੋਂ ਜੀ ਕਰੂ ਫੇਰ ਹੀ ਪੀਊ। ਬੈਠ ਆ ਲੈ ਮਾਂ ਚਾਹ, ਤੂੰ ਲਿਆ ਕੇ ਬਹਿ ਗਈ ਹੈ ਮਾਂ, ਮੈਂ ਉੱਥੇ ਦੇਖੀ ਜਾਂਦੀ ਆ। ਪੁੱਤ ਲਾਈਟ ਵੱਗ ਗਈ, ਫਿਰ ਗਰਮੀ ਵਾਲੀ ਆ, ਤੈਨੂੰ ਪਤਾ ਹੀ ਆ। ਹਾਂ ਉਹ ਤਾਂ ਹੈ ਹੀ ਆ, ਹੁਣ ਆ ਨਾ ਕੱਟ ਕੱਟ ਕੁੱਟ ਜੇ ਲੱਗਦੇ ਰਹਿੰਦੇ ਨੇ ਗੇ, ਕਣਕਾਂ ਕਰਕੇ ਹੁਣ ਹੱਥ ਨਹੀਂ ਆਊਗੀ ਲਾਈਟ। ਅੱਛਾ, ਜਮਾ ਨਹੀਂ ਆਉਂਦੀ ਹੁਣ? ਕਿੱਥੇ, ਕੱਟ ਵਾਲੇ ਲੰਬੇ ਲੰਬੇ ਲਾ ਦਿੰਦੇ ਨੇ ਪਿੰਡਾਂ ਦਾ, ਤਾਂ ਤੈਨੂੰ ਪਤਾ ਹੀ ਆ ਮਾਂ ਹੁਣ। ਫਿਰ ਤਾਂ ਬੜਾ ਔਖਾ ਤੁਹਾਨੂੰ ਤਾਂ। ਹੋਰ ਦੇਖਦੇ ਆ, ਇਨਵਰਟਰ ਲਿਆਉਣੇ ਆਗੇ, ਕਰਦੇ ਆ। ਲੈ ਇਹ ਵੀ ਆ ਗਈ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹੋਰ ਕਿਵੇਂ? ਠੀਕ ਹੈ? ਹਾਂ ਠੀਕ ਠਾਕ। ਬਾਜਾ, ਕੰਮ ਕੁੰਮ ਕਿਰਿਆ ਕਿਵੇਂ ਤੇਰਾ? ਕੰਮ ਤੇ ਵਧੀਆ ਮਾਂ, ਤੂੰ ਸੁਣਾ, ਅੱਜ ਕਿਵੇਂ ਕਿਹੜਾ ਮਾਰਿਆ? ਬਸ ਪੁੱਤਾ, ਪ੍ਰਵੀਰ ਨਾਲ ਵੀ ਗੱਲ ਕਰਕੇ ਹਟੀ ਆ, ਤੂੰ ਵੀ ਸੁਣ ਲਾ। ਉਹਨਾਂ ਨੇ ਨਾ ਤੇਰੇ ਸਹੁਰੇ ਨੇ ਤੇ ਉਹਨੇ ਸਨੀ ਨੇ ਰਾਏ ਬਣਾ ਛੱਡੀ ਹੈ ਸਨੀ ਨੂੰ ਬਾਹਰ ਤੋਰਨ ਦੀ। ਬਾਹਰ ਤੋਰਨ ਦੀ? ਹਾਂ। ਹੋਰ ਜੀ, ਬਾਹਰ ਜਾ ਰਿਹਾ ਹੈਗਾ, ਮੇਰੀ ਗੱਲ ਸੁਣੋ, ਮੰਮੀ ਤਾਂ ਐ ਕਹਿੰਦੇ ਨੇ ਵੀ ਤੁਸੀਂ ਸਮਝਾ ਕੇ ਆਓ, ਫਿਰ ਮੰਮੀ ਵਿਚਾਰੇ ਇਕੱਲੇ ਰਹਿ ਜਾਣਗੇ, ਇਹਨਾਂ ਦੀ ਦੇਖਭਾਲ ਕੌਣ ਕਰੂਗਾ? ਉਹ ਤਾਂ ਇਕੱਲਾ ਐ ਸੋਚੀ ਜਾਂਦਾ ਵੀ ਪੈਸੇ ਪੈਸੇ। ਹਾਂ ਇਕੱਲਾ ਕਹਿ ਰਿਹਾ ਹੈਗਾ ਗਾ, ਦੱਸੋ। ਪੈਸਾ ਦਿਖਦਾ ਉਹਨੂੰ ਤਾਂ, ਤੇਰੇ ਪਿਓ ਨੂੰ ਤਾਂ, ਬਸ ਹੋਰ ਕੁਛ ਨਹੀਂ। ਹੁਣ ਤੁਸੀਂ ਕਿਵੇਂ ਚਾਹੁੰਦੇ ਹੋ? ਆਪਾਂ ਤਾਂ ਐ ਕਹਿੰਦੇ ਆ ਵੀ ਸਨੀ ਜਾਵੇ ਨਾ, ਕਿਵੇਂ ਨਾ ਕਿਵੇਂ ਕਰਕੇ ਤੁਸੀਂ ਉਹਨੂੰ ਸਮਝਾਓ। ਤੂੰ ਮੇਰੀ ਗੱਲ ਸੁਣ ਰਿਹਾ? ਚਲੋ ਮੰਮੀ, ਮੈਂ ਮਾੜੇ ਜਿਹੇ ਜਾ ਕੇ। ਹਾਂ ਜਾ ਆਇਓ, ਕੋਈ ਨਹੀਂ। ਬਸ ਪਤਾ ਨਹੀਂ ਇਹਨਾਂ ਦੀ ਗੱਲ ਮੇਰੀ। ਹਾਂਜੀ, ਕੀ ਹੋਇਆ? ਤੇਰਾ ਦਿਮਾਗ ਤਾਂ ਸੈੱਟ ਹੈ। ਕਿਉਂ? ਹੋਰ ਸਣੀ ਜਾਊਗਾ, ਚਾਰ ਪੀ ਆਉਣਗੇ ਤੇ ਫੇਰ ਹੀ ਆਪਾਂ ਕੋਲੇ ਆਉਣਗੇ।
ਨਹੀਂ ਫਿਰ ਬੇਚਾਰੀ ਮਾਂ ਦਾ ਕੀ ਬਣੂਗਾ, ਉਹ ਕੱਲੀ ਕਿੱਥੇ ਰੁਲਦੀ ਫਿਰੂਗੀ, ਉਹ ਵੀ ਤਾਂ ਦੇਖੋ ਤੁਸੀਂ। ਕੁਛ ਨਹੀਂ ਹੁੰਦਾ, ਆਪਾਂ ਕੋਲੇ ਆਜੂ ਮਾਂ। ਅੱਛਾ ਹਾਂ, ਨਾਲੇ ਸਣੀ ਜਾਊਗਾ, ਉਦੋਂ ਬਾਅਦ ਮੇਰਾ ਨੰਬਰ ਲੱਗੂਗਾ, ਮੈਨੂੰ ਵੀ ਲੈ ਜਾ। ਤੁਸੀਂ ਵੀ ਘਰ ਜਾਓਗੇ? ਲੈ ਫਿਰ ਮੈਂ ਇਕੱਲੀ ਰਹਿ ਜਾਊਂਗੀ, ਕਿਸੇ ਦੀ ਗੱਲਾਂ ਕਰੀ ਜਾਂਦੇ ਤੁਸੀਂ। ਚੱਲ ਮੈਂ ਨਾ ਜਾਊਂਗਾ, ਕਿਹੜੇ ਚਾਰ ਪੀ ਆਉਣਗੇ, ਉਹ ਤੇ ਆਪਾਂ ਖਾਵਾਂਗੇ। ਅੱਛਾ ਵੀ ਫਿਰ ਸਣੀ ਆਪਾਂ ਨੂੰ ਬਾਹਰੋਂ ਪੈਸੇ ਭੇਜਿਆ ਕਰੂਗਾ ਹੈ? ਥੋਰ ਠੀਕ ਆ, ਹਾਂ ਤਾਂ ਮੈਂ ਦਿਮਾਗ ਕੀ ਨਹੀਂ ਲਾਇਆ ਹੈਗਾ। ਮਾਂ ਨੂੰ ਸਮਝਾ ਪਿਆਰ ਨਾਲ, ਕੋਈ ਨਾ ਵਗ ਜਾਂਦੇ ਸਣੀ। ਹਾਂ ਮੈਂ ਵੀ ਕਹਿ ਦਿੰਦੀ ਵਿੱਚ ਦੀ, ਤੁਸੀਂ ਵੀ ਕਹਿ ਦਿਓ ਫਿਰ। ਹਾਂ ਮੈਂ ਕਹਿ ਦੂੰਗਾ, ਚਲ ਆਇਆ। ਠੀਕ ਆ, ਗੱਲ ਤਾਂ ਤੁਸੀਂ ਸਹੀ ਕਹਿੰਦੇ ਹੋ ਜੀ। ਕੀ ਸਲਾਹ ਬਣਾਈ ਪੁੱਤ? ਇਹ ਤਾਂ ਮਾਂ ਇਹੀ ਕਹਿ ਰਹੇ ਨੇਗੇ ਵੀ ਦੇਖੋ ਹਨਾ ਵੀ ਵਗ ਜਾਂਦੇ ਮੁੰਡੇ ਨੂੰ, ਨਾਲ ਉਰੇ ਆਪਣੇ ਰੁਜ਼ਗਾਰ ਕਿੱਥੇ ਹੈਗਾ, ਉੱਥੇ ਜਾ ਕੇ ਉਹਦਾ ਫਿਊਚਰ ਵਧੀਆ ਬਣ ਜਾਊਗਾ, ਨਾਲ ਫਿਰ ਕੱਲ੍ਹ ਨੂੰ ਉਹਨੂੰ ਆਪਣੇ ਸਣੀ ਦਾ ਵਿਆਹ ਵੀ ਕਰਨਾ ਗਾ, ਆਪਣਾ ਘਰ ਬਾਰ ਵਧੀਆ ਜੁੜ ਜਾਊਗਾ। ਉਹਦਾ ਪੁੱਤ ਤੇਰੀ ਗੱਲ ਜਮਾਂ ਸਹੀ ਹੈ, ਪਰ ਮੈਂ ਕੀ ਕਰਾਂ, ਮੇਰਾ ਦਿਲ ਨਹੀਂ ਖੜਦਾ। ਗੱਲ ਸੁਣ ਤੂੰ ਮੇਰੀ, ਇੱਥੇ ਨਸ਼ੇ ਵਾਲੇ ਵਾਲੇ ਆ, ਡਕੈਤੀਆਂ ਵਾਲੀਆਂ ਹੁੰਦੀਆਂ, ਤੈਨੂੰ ਪਤਾ ਕਿਸੇ ਨਾਲ ਨਸ਼ਾ ਕਰਨ ਲੱਗ ਗਿਆ ਫੇਰ ਵੀ ਔਖਾ ਹੋ ਜਾਊਗਾ, ਨਾਲੇ ਆਪਣਾ ਮੂੰਹ ਕਾਲਾ ਹੋਊਗਾ। ਮਾਂ ਇਹੋ ਜਿਹੇ ਮੁੰਡੇ ਨਾਲ ਜੇ ਰਲਣ ਲੱਗ ਗਿਆ, ਘੱਟੋ ਘੱਟ ਉੱਥੇ ਆਪਾਂ ਨੂੰ ਆਹ ਟੈਨਸ਼ਨ ਤਾਂ ਨਹੀਂ ਰਹੂਗੀ, ਨਾਲੇ ਤੇਰਾ ਕੀ ਆ, ਅਸੀਂ ਹੈ ਤਾਂ ਹੈਗੇ ਆ, ਅਸੀਂ ਆਪੇ ਸਾਂਭਾਂਗੇ। ਹਾਂ ਤੁਸੀਂ ਆਇਆ ਕਰੋ ਮੇਰੇ ਕੋਲੇ। ਲੈ ਆਉਣ ਦੀ ਕੀ ਗੱਲ ਆ, ਮਾਂ ਤੂੰ ਸਾਡੇ ਲਈ ਵੀ ਰਹੀ, ਤੇ ਫਿਰ ਉਹ ਜਿਹੜਾ ਤੇਰੇ ਪਿਓ ਆ ਉਹ। ਚਲ ਕੋਈ ਨਾ, ਤੁਸੀਂ ਅਸੀਂ ਹੈਗੇ ਆ ਨਾ, ਆਪੇ ਸਾਂਭਣਾਗੇ ਤੁਹਾਨੂੰ ਦੋਨੇ ਜਣਿਆਂ ਨੂੰ। ਤੁਹਾਨੂੰ ਵੀ ਮੈਨੂੰ ਐ ਲੱਗਦਾ ਕੋਈ ਲਾਲਚ ਤਾਂ ਨਹੀਂ ਹੋ ਗਿਆ? ਲੈ ਦੱਸ ਮਾਂ, ਸਾਨੂੰ ਕਾਹਦਾ ਲਾਲਚ ਆ, ਜਾਣਾ ਹੈ ਸਣੀ ਨੇ ਹੈਗਾ, ਤੇ ਇਹਦੇ ਚ ਲਾਲਚ ਦੀ ਕੀ ਗੱਲ, ਅਸੀਂ ਤਾਂ ਇਹੀ ਸੋਚਦੇ ਆ ਵੀ ਚਲ ਉੱਥੇ ਜਾ ਕੇ ਵਧੀਆ ਦਾ ਫਿਊਚਰ ਬਣ ਜਾਊਗਾ, ਉਰੇ ਹੈਗਾ ਵੀ ਕੀ ਹੈ, ਇੰਨੀ ਪੜ੍ਹਾਈ ਲਿਖਾਈ ਕੀਤੀ ਆ, ਅੱਜ ਤੱਕ ਨੌਕਰੀ ਨਹੀਂ ਲੱਗਿਆ ਉਹ, ਹੈ ਉੱਥੇ ਜਾਂਦੇ ਸਾਰ ਉਹਨੂੰ ਕੰਮ ਮਿਲ ਜਾਊਗਾ, ਨਾਲੇ ਸਾਨੂੰ ਕਿਹੜਾ ਉਹਨੇ ਪੈਸੇ ਲਿਆ ਕੇ ਪੜਾਉਣੇ ਨੇ, ਸਾਨੂੰ ਕਾਹਦਾ ਲਾਲਚ ਆ ਮਾਂ ਦੱਸੀ। ਮਿੰਟ ਚ ਬਦਲ ਜੇ ਗਏ, ਮੈਂ ਤਾਂ ਕਹਿਨੀ ਆ। ਉਹ ਤਾਂ ਇੰਨਾ ਨਹੀਂ ਕਿਹਾਗਾ ਮੈਨੂੰ ਵੀ ਉਰੇ ਕੀ ਕਰੂਗਾ, ਮੁੰਡਿਆਂ ਚ ਰਲੂਗਾ, ਨਸ਼ੇ ਪੱਤੇ ਕਰਨ ਲੱਗ ਗਿਆ, ਚੋਰੀਆਂ ਚੂਰੀਆਂ ਹੋਣ ਲੱਗ ਗਿਆ, ਫਿਰ ਵੀ ਤਾਂ ਆਪਣਾ ਉਹ ਹੋਊਗਾ ਹੀ ਮੂੰਹ ਕਾਲਾ, ਵੀ ਇਦੂ ਦਾ ਚੰਗਾ ਵਧੀਆ ਜਾਂਦਾ ਬਾਹਰ ਤਾਂ ਵਗ ਜਾਂਦੇ। ਚਲ ਜੇ ਤੁਸੀਂ ਸਹਿਮਤ ਹੋ ਨਾਲ ਜਾਂਦੇ, ਚਲ ਠੀਕ ਹੈ ਫਿਰ ਨਹੀਂ ਮੈਂ ਬੋਲਦੀ। ਮਾਂ ਕਹੇ ਜੀ ਗੱਲਾਂ ਕਰੀਆਂ ਨੇ, ਨਾਲ ਤਾਂ ਤੂੰ ਆਈ ਹੈ ਤਾਂ ਸਾਡੇ ਤੋਂ ਸਲਾਹ ਲੈਣ ਲਈ, ਜੇ ਫਿਰ ਆਪਦੀ ਕਰਨੀ ਸੀ ਫਿਰ ਕਾਹਦੇ ਵਾਸਤੇ ਆਏ ਦੱਸ। ਨਹੀਂ ਪੁੱਤ ਗੁੱਸਾ ਨਾ ਹੋ ਤੂੰ, ਮੈਂ ਤੇਰੀ ਗੱਲ ਸਮਝ ਗਈ, ਗੁੱਸੇ ਨਹੀਂ ਕਾਹਨੂੰ ਹੁੰਦੀ ਆ ਮੈਂ। ਤਾਂ ਹੀ ਕਹਿ ਰਹੀ ਆ ਮਾਂ, ਮੈਂ ਕੁਛ ਨਹੀਂ ਹੁੰਦਾ, ਦੇਖ ਇਹ ਚ ਆਪਣੀ ਸਾਰਿਆਂ ਦੀ ਭਲਾਈ ਹੈਗੀ। ਠੀਕ ਹੈ ਪੁੱਤ। ਸਹੀ ਕਹਿੰਦੇ ਹੋ ਨਾ ਜੀ ਤੁਸੀਂ ਵੀ। ਹਾਂ ਜਮਾ ਸਹੀ ਆ ਮਾਮ, ਮੇਰੇ ਤਾਂ ਨਾ ਕੋਈ ਫਿਰ ਜੋ ਜਾਊਗਾ ਦਿਲ ਖੜਨ ਵਾਲਾ, ਕੋਈ ਟੀਕਾ ਟੂਕਾ ਲਵਾ ਦੀ। ਕੋਈ ਚੱਕਰ ਨਹੀਂ, ਮੈਂ ਆਪੇ ਸਾਂਭ ਲੂ, ਮੇਰੀ ਗੱਲ ਸੁਣਨਾ, ਹੁਣ ਆ ਆਪਣੇ ਗਵਾਂਢੀਆਂ ਦੇ ਮੁੰਡੇ ਨੇ ਕਿਹੜਾ ਨਹੀਂ ਗਿਆ ਬਾਹਰ, ਗਏ ਐ, ਤੇ ਫੇਰ ਕਿੰਨੇ ਜਣੇ ਵਗ ਗਏ ਆਪਣੇ ਵਿਹੜੇ ਚੋਂ, ਹੈ ਆ ਪਰਸੋਂ ਗਿਆਗਾ ਆ ਮਾਸੀ ਦਾ ਮੁੰਡਾ, ਤੇ ਆਪਾਂ ਨੂੰ ਤੋਰਨ ਚ ਕੀ ਅੱਜ, ਜੇ ਉੱਥੇ ਕੁਛ ਬਣਦਾ ਗਾ ਜਵਾਕਾਂ ਦਾ ਭਵਿੱਖ ਸੰਵਰਦਾ, ਉੱਥੇ ਚਾਰ ਪੈਸੇ ਜੁੜਦੇ ਨੇ ਅਗਲਾ ਤਾਂ ਹੀ ਜਾਂਦਾ, ਨਹੀਂ ਕਿਹਦੇ ਦਿਲ ਕਰਦਾ ਘਰ ਤੋਂ ਦੂਰ ਜਾਣ ਦਾ, ਮੈਨੂੰ ਐਂ ਦੱਸ ਮਾਂ। ਸਹੀ ਗੱਲ ਆ ਤੂੰ ਤੇਰੀ, ਚੱਲ ਜੇ ਤੁਸੀਂ ਸਹਿਮਤ ਹੋ ਇਸ ਗੱਲ 'ਚ ਫਿਰ ਮੈਂ ਵੀ ਰਾਜ਼ੀ ਹਾਂ। ਨਾਲੇ ਇਹ ਦੇਖ ਸਭ ਤੋਂ ਵੱਡੀ ਗੱਲ, ਬਾਪੂ ਨੇ ਵੀ ਕੁਛ ਸੋਚ ਸਮਝ ਕੇ ਸਹਿਮਤੀ ਦਿੱਤੀ ਆ ਉਹਨੂੰ, ਬਾਪੂ ਦਾ ਜੀ ਕਰਦਾ ਉਹਦੇ ਮੁੰਡੇ ਨੂੰ ਦੂਰ ਕਰਨ ਦਾ। ਉਹ ਤੇਰੀ ਗੱਲ ਠੀਕ ਹੈ, ਪਹਿਲਾਂ ਖਿਚੜੀ ਇਕੱਲੇ ਪਕਾਉਂਦੇ ਨੇ, ਮੇਰੇ ਕੋਲ ਤਾਂ ਬਾਅਦ 'ਚ ਆਉਂਦੀ ਹੈ ਜਦੋਂ ਬਣ ਜਾਂਦੀ ਹੈ। ਚੱਲ ਕੋਈ ਨਾ, ਐਵੇਂ ਨਾ ਟੈਨਸ਼ਨ ਲਿਆ ਕਰ ਮਾਂ ਤੂੰ, ਚੱਲ ਕੋਈ ਨਹੀਂ ਕਰਦੇ ਆ ਬਾਕੀ ਤਾਂ ਆਪਾਂ ਵੀ ਸਣੀ ਦੇ ਨਾਲ ਗੱਲ, ਉਹਨੂੰ ਖੁਸ਼ੀ ਖੁਸ਼ੀ ਤੋਰ। ਚੰਗਾ ਕਰੀਏ ਤਿਆਰੀ ਤੁਰੀ ਆਪਾਂ ਫਿਰ ਹਨਾ ਨਾਲ ਮਿਲ ਕੇ। ਲੈ ਹੋਰ ਬਾਕੀ ਜੇ ਜਵਾਕ ਬਾਹਰ ਜਾਂਦਾ ਤਾਂ ਵਿਆਹ ਜਿੰਨਾ ਚਾ ਹੋ ਜਾਂਦਾ ਗਾ ਵੀ ਸਾਡਾ ਜਵਾਕ ਬਾਹਰ ਜਾ ਰਿਹਾ ਗਾ, ਹੁੰਦਾ ਬਤ ਨਾ ਇੱਕ ਦੇ ਕਰਮ ਚ ਕਿੱਥੇ ਬਾਹਰ ਜਾਣਾ, ਬਹੁਤ ਔਖਾ ਬਾਹਰ ਜਾਣਾ, 20-25 ਲੱਖ ਰੁਪਇਆ ਲੱਗੂਗਾ ਫੇਰ ਹੀ ਤੋਰੇ ਜਾਊ। ਚੱਲ ਕੋਈ ਗੱਲ ਨੀ ਮਾਂ, ਪੈਸੇ ਹੈਗੇ ਆਪਾਂ ਕੋਲੇ, ਹੁਣ ਜ਼ਮੀਨ ਵੀ ਹੈਗੀ ਆ, ਹੁਣ ਕਿੱਥੇ ਲੈ ਕੇ ਜਾਣੀ ਇੰਨਾ ਕੁਛ, ਬਾਕੀ ਦਾ ਇਹ ਆਪੀ ਸਾਂਭ ਲੈਣਗੇ, ਜ਼ਮੀਨ ਜਮੂਨ ਜੋ ਵੀ ਜਿਵੇਂ ਵੀ ਕਰਨਾ, ਜ਼ਮੀਨ ਆ ਤੁਸੀਂ ਟੈਨਸ਼ਨ ਲਓ, ਆਪੇ ਦੇਖਭਾਲ ਕਰਾਂਗੇ। ਹੁਣ ਤਾਂ ਮੈਨੂੰ ਟੈਨਸ਼ਨ ਫ੍ਰੀ ਕਰਤਾ ਤੁਸੀਂ, ਹੁਣ ਮੈਂ ਜਾਣੀ ਖੁਸ਼ੀ ਖੁਸ਼ੀ। ਲੈ ਮੈਂ ਰੋਟੀ ਬਣਾਉਣੀ ਆ, ਤੁਸੀਂ ਬੈਠੋ। ਨਾ ਰੋਟੀ ਦੀ ਨਹੀਂ ਲੋੜ ਪੁੱਤ, ਨਾ
ਹੁਣ ਮੈਂ ਫਿਰ ਉਹਨਾਂ ਨੂੰ ਵੀ ਜਾਵਾਂ, ਉਹ ਵੀ ਐਂ ਹੋਏ ਪਏ ਨੇ ਵੀ ਜਾਂਦੀ ਹੈ ਕੁੜੀ ਕੋਲੇ, ਪਤਾ ਨੀ ਕਿਆ ਸੁਣਿਆ ਲਿਆ, ਹੁਣ ਮੈਂ ਖੁਸ਼ ਹੋ ਕੇ ਦੱਸਦੀ ਹਾਂ ਵੀ ਤਿਆਰੀ ਕਰੋ ਆਪਾਂ, ਠੀਕ ਹੈ ਨਾ? ਹਾਂ ਜੀ ਮੰਮੀ ਨੂੰ ਛੱਡ ਗਈ ਉੱਥੇ ਤੱਕ। ਹਾਂ ਚਲੋ ਬਾਪੂ, ਨਾ ਤਾਂ ਹੁਣ ਬਾਈ ਫੋਨ ਚੱਕਦਾ, ਪਤਾ ਨੀ ਬੇਬੇ ਪਤਾ ਨੀ ਕੀ ਕਹੂਗੀ ਜਾ ਕੇ ਯਾਰ। ਤੈਨੂੰ ਕੀ ਕਾਹਲੀ ਆ, ਨਹੀਂ ਬੰਦੇ ਬੰਦੇ ਫੋਨ ਲਾਈ ਜਾਂਦਾ, ਜੇ ਤੈਨੂੰ ਮੈਂ ਕਹਿਦਾ ਬਈ ਤੂੰ ਆਪਦੀ ਤਿਆਰੀ ਕਰ ਲੈ, ਜੇ ਤੂੰ ਬਾਹਰ ਭੇਜਣਾ ਤੈਨੂੰ ਭੇਜੂ, ਗੱਲ ਨੀ ਤੂੰ ਕਿਸੇ ਤੋਂ ਲੈਣਾ ਹੈਗਾ। ਗਲਤ ਆ ਨਾ, ਮੈਂ ਭੈਣ ਵਰਗਾ ਨਾ ਕਲੇਜਾ ਪਾ ਕੇ ਨਹੀਂ ਜਾਣਾ ਚਾਹੁੰਦਾ। ਆਪਾਂ ਕਹਦਾ ਕਲੇਜ ਪਾਉਣਾ, ਆਪਣੀ ਮਰਜ਼ੀ, ਆਪਾਂ ਜਾ ਕੇ ਨਾ ਜਾ ਕੇ ਆ ਦੇ ਘਰ ਬੈਠਾ ਪਾ ਦੇ, ਘਰ ਬੈਠੇ ਆਪਾਂ ਨੂੰ ਕੀ ਕਿਸੇ ਡਰ ਆ, ਤੈਨੂੰ ਪਤਾ ਤਾਂ ਹੈ ਉਹ ਜਵਾਕਾਂ ਦੀ ਗੱਲ। ਮਨ ਤਾਂ ਐ ਕਿਤੇ ਬਾਈ ਨਾਲ ਨਾਲ ਟੁਰਿਆ, ਕੋਈ ਨੀ ਆ ਜਾਂਦੇ ਜੇ ਆਹ ਜਿਹੜਾ ਹੁੰਦਾ, ਕੋਈ ਨੀ ਆਪਾਂ ਨੂੰ ਕੋਈ ਕਿਸੇ ਡਰ ਨੀ, ਜੇ ਤੂੰ ਬਾਹਰ ਜਾਣਾ ਤਾਂ ਜਾਣਾ ਹੀ ਸਹੀ, ਬਸ ਮਾਪੇ ਕਹਿ ਦੋ ਉਹਨਾਂ ਨੂੰ ਆ ਗਈ ਲੈ ਬੇਬੇ ਤਾਂ ਆ ਜਾਂਦੇ ਕੋਈ ਨੀ। ਜਾਈ ਮਾਂ? ਆਹੋ ਜਾਈ। ਭੈਣ ਕਿਵੇਂ ਸੀ? ਠੀਕ ਸੀਗੀ। ਤੇ ਬਾਈ ਕਿਵੇਂ ਸੀਗਾ? ਉਹ ਵੀ ਠੀਕ ਹੈ। ਰਾਏ ਦੇਖ ਲੈ, ਰਾਏ ਲੈਣ ਗਈ ਸੀ ਮੈਂ ਕੁੜੀ ਕੋਲ, ਭੈਣ ਭਾਈ ਇੱਕੇ ਡਾਣੀ ਤੇ ਟੁੱਟੇ ਹੋਏ ਨੇ, ਉਹ ਤਾਂ ਆਪ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੀ, ਕਹਿੰਦੀ ਜੇ ਹੋਰ ਕੀ ਚਾਹੀਦਾ ਜੇ ਮੁੰਡਾ ਬਾਹਰ ਜਾਂਦਾ। ਅੱਛਾ ਕਹਿਤਾ ਭੈਣ ਨੇ? ਹਾਂ ਕਹਿਣੇ ਸੀ ਭੈਣ ਜੀ, ਤੇ ਤੇਜ਼ ਹੋਈ ਐ। ਲੈ ਵਾਪਸ ਨਜ਼ਾਰਾ ਹੀ ਆ ਗਿਆ ਫੇਰ ਤਾਂ। ਪਾਗਲ ਫੁੱਲਾਂ ਵਾਲੇ ਕੋਈ ਬੁੜੀਆਂ ਦਾ ਸੂਟ ਪਾ ਵੀ, ਚਾਰ ਭੈਣ ਭਾਈਆਂ ਵੀ ਸੋਹਣਾ ਲੱਗੇ ਪਾ ਕੇ, ਗੱਡੀਆਂ ਵਾਲੇ ਸੂਟ ਜੇ ਲੈ ਕੇ ਪਾਟੀ ਚੁੰਨੀ ਤੋਂ ਵੀ ਤੁਰ ਜਾਂਦੇ ਜਿੱਦਣ ਜਿੱਤ ਕਰਦਾ ਗਾ ਨਾ, ਜਿਹੜੇ ਤੇਰੇ ਸਮਾਏ ਹੋਏ ਉਹ ਮੈਂ ਤੈ ਨੀ ਖੋਲੀ। ਆ ਦੇਖ ਪਾ ਕੇ ਰੱਖੀ ਤੇ ਵਧੀਆ, ਜਾਵਣੀ ਜਾਵਣੀ ਆਗਾ ਟੋਕ ਨੀ ਸਕਦਾ ਕੋਈ, ਵਧੀਆ ਆਹ ਬਣ ਕੇ ਰਹੀਦਾ ਚੈਂਪੀਅਨ। ਆਹ ਬੁੜੇ ਵਾਲੇ ਫਿਰ ਹੈ ਉਹਦੇ, ਤੇਰੇ ਕੋਲ ਬੁੜੇ ਵਾਲੇ ਨਾ, ਬੁੜੀਆਂ ਵਾਲੇ ਆ ਇਹ ਨਾ, ਆਹ ਰੀੜਾ ਪਾਣੀ ਵਾਲਾ ਪਾਇਆ ਹੈ। ਮੇਰੀ ਉਮਰ ਬਾਰੇ 40 ਸਾਲ ਦੀ ਆ, ਮੈਂ ਬੜੀ ਵੱਡੀ ਆ, 55 1980 ਦਾ ਜਨਮ ਹੈ ਮੇਰਾ ਲਾਲਾ ਸਾਹਿਬ, ਇੱਕ ਤਾਂ ਸਾਡੇ ਉੱਤੇ ਹੋਊਗਾ। ਹਾਂ ਮਾਰਦੀਆਂ ਗੱਲਾਂ ਤੇ ਫਿਰ ਐਡੀ ਬੁੜੀ ਨਾਲ ਨਾ ਕਰਾਉਂਦਾ ਪਿਆ। ਮੈਂ ਵਿਆਹ ਨਹੀਂ ਕਰਾਉਣਾ, ਐਂ ਹੀ ਕਿਹਾ ਕੱਪੜੇ ਦੇ, ਵੀ ਕੱਪੜੇ ਭਾਈ ਵਧੀਆ ਪਾ ਕੇ ਰੱਖੇ ਘਰ, ਰੱਬ ਦਿੱਤਾ ਸਾਰਾ ਕੁਝ ਘਰੇ, ਐਂ ਕਿਹਾ ਤੈਨੂੰ ਮੈਂ। ਕਿੰਨੇ ਕਿਲੇ ਕਿਤੇ ਰਿਹਾ ਘਰੋਂ ਰਾ ਟਰੰਕ ਭਰੇ ਪਏ। ਚੱਲ ਬਾਪੂ ਉਹ ਹੱਲ ਕਰ, ਮੈਂ ਤਾਂ ਜਾਣਾ, ਤੁਸੀਂ ਤਾਂ ਕਲੋ ਲੈ ਜਾ ਹੁਣ ਗੱਲ ਕਰ ਲੈ। ਕੀ ਗੱਲ ਕਰ ਲੈ, ਕੀ ਕਹਿੰਦੀ ਭੈਣ? ਬਸ ਤੂੰ ਕੀ ਕਹਿਣਾ ਗੱਲ ਨੂੰ, ਤੂੰ ਉਹਨਾਂ ਨਾਲ ਗੱਲ ਕਰਾ ਦਾ ਭਾਈ, ਕਿੰਨਾ ਪੈਸਾ ਟੱਕ ਜਾਈਦਾ। ਉਹ ਤਾਂ ਬਸ ਬਾਪੂ ਹੋ ਗਈ ਗੱਲ, 10 ਲੱਖ ਰੁਪਇਆ ਕਹਿੰਦੇ ਆ। ਉਹ ਕਹੀਂ ਤਿਆਰੀ ਕਰਦੇ ਆਉਣਗੇ ਉਹ। 10 ਲੱਖ ਨਾਲ ਕਿਵੇਂ ਸ਼ੁਰੂ ਆ ਯਾਰ, ਜਵਾਕਾਂ ਦੀ ਗੱਲ ਆ। ਮੈਂ ਫਿਰ ਇੱਧਰ ਜਾਣ ਨੂੰ ਤੇ ਕਹਿੰਦਾ ਸੀਗਾ, ਤੂੰ ਕੈਨੇਡਾ ਜਾ ਯਾਰ, ਹੋਰੀ ਪਾਸੇ ਪੂਛੀ ਚੱਕ ਲੈਂਦਾ ਗਾ, ਗੱਲ ਕਿੱਧਰ ਦੀ ਹੁੰਦੀ, ਜਾਂਦਾ ਕਿੱਧਰ ਨੂੰ ਆ। ਕੈਨੇਡਾ ਦਾ ਤਾਂ ਫਿਰ 30 ਲੱਖ ਰੁਪਇਆ ਕਹਿੰਦੇ ਆ। ਕੋਈ ਨੀ 30 ਲੱਖ ਦੀ ਫਿਰ ਕੱਢੀ ਗੱਲ ਆ। 25 ਤੇ ਲੱਗੂ ਹੀ ਲੱਗੂ, ਲੱਗਦਾ ਵੱਧ ਵੀ ਜਾਂਦਾ, 25 ਤੇ ਪੱਕਾ ਹੀ ਲੱਗਦਾ। ਤੂੰ ਘਰ ਬਾਰ ਵੀ ਛੱਡਣਾ, ਇੱਥੇ ਜਾਣ ਦਾ ਕੀ ਫਾਇਦਾ? ਚੱਲ ਠੀਕ ਆ ਫਿਰ, ਮੈਂ ਕਰਦਾ ਤਿਆਰੀ ਫਿਰ। ਤਿਆਰੀ ਕਰੋ ਹੁਣ। ਕਰ ਆਹੋ, ਉਹਨੂੰ ਕਹੇ ਉੱਥੇ ਜਾਣਾ ਆਪਾਂ ਤਾਂ ਉਹਦੇ ਕੋਲੇ ਜਾਵਾਂਗੇ, ਤੂੰ ਤਾਂ ਉਰਲੇ ਪਾਸੇ ਭੇਜ, ਉੱਥੇ ਤਾਂ ਉਹਦਾ ਦੋਸਤ ਗਿਆ ਵਾ, ਉੱਥੇ ਨਹੀਂ ਜਾਣਾ ਜੂਣਾ ਆਪਾਂ, ਜਿੱਥੇ ਉਹ ਆਪ ਗਿਆ ਉੱਥੇ ਜਾ, ਐਵੇਂ ਦੂਜੇ ਪਾਸੇ ਤੁਰੇ ਫਿਰੋ। ਨਾ ਨਾ ਕਰੋ ਇਹਦੀ ਤਿਆਰੀ ਕਰੋ, ਸ਼ੋਪਿੰਗ ਕਰਨ ਨੂੰ ਕਹਿੰਦਾ ਉਹ ਵੀ ਕਰਿਆ ਵੇ ਚੱਕ ਦੀ। ਓਏ ਆਪ ਹੀ ਲਿਆਓ ਕੱਪੜੇ ਲਿਆਉਣੇ ਆ, ਸੋ ਉਹਨੂੰ ਆਪਣੇ ਕੋਲ ਬਾਰੇ ਡੰਡ ਬਖੰਡ ਚ ਨਹੀਂ ਆਉਂਦੇ ਲੋਕਾਂ ਵੱਲੋਂ, ਬਸ ਕੱਪੜੇ ਹੁਣ ਜਾ ਕੇ ਆਪ ਦਾ ਲਿਆਊਗਾ, ਕਿਸੇ ਨੇ ਉੱਥੇ ਚੜਾਉਣ ਨਹੀਂ ਜਾਣਾ ਨਾਲ, ਐਵੇਂ ਚੱਕ ਨਾ ਬਰਾਤੀਆਂ ਵੱਲੋਂ ਤੇ ਗੱਡੀ ਭਰ ਕੇ ਤੁਰ ਪੈਂਦੇ, ਚੜਾ ਕੇ ਆਉਣੇ ਵੀ ਇੱਥੇ ਚੜਾ ਦਿਓ ਘਰੋਂ, ਕੋਈ ਗੱਲ ਆ ਤੇ ਆਪਾਂ ਉੱਥੇ ਜਾ ਕੇ ਕਰਨਾ ਗਾ। ਆਪਾਂ ਏਅਰਪੋਰਟ ਦੇ ਲੋਕਾਂ ਨੇ ਚੋਲੇ ਬਣਾਏ ਹੋਏ ਆ, ਜਦੋਂ ਬੰਦਾ ਨੂੰ ਘਰੋਂ ਤੋੜਦਾ ਗਾਹਾਂ ਵੀ ਜਾ ਸਕਦਾ, ਉੱਥੇ ਫਿਰ ਐਂ ਤਾਂ ਉਹਦੇ ਨਾਲ ਹੀ ਪਾਊ ਕੈਨੇਡਾ। ਆਪਾਂ ਜਹਾਜ਼ ਚੜਦੇ ਨੇ ਦੇਖ ਲੈਂਦੇ, ਮੈਨੂੰ ਤਾਂ ਆਪ ਚਾਹ, ਉੱਥੇ ਕੋਈ ਜਹਾਜ਼ ਨਹੀਂ ਚੜਦਾ, 2 ਘੰਟੇ ਪਹਿਲਾਂ ਅੰਦਰ ਵਾੜ ਲੈਂਦੇ ਆ, ਫਿਰ ਐਵੇਂ ਦਾ ਮੂੰਹ ਚੱਕ ਕੇ ਬਾਹਰ ਖੜਾ ਰਹਿੰਦਾ, ਉਹਦਾ ਕੀ ਫਾਇਦਾ ਹੋਇਆ ਵਾਧੂ ਗੱਲਾਂ ਦਾ, ਐਵੇਂ ਜੇ ਵਗ ਗਏ ਇਹਦੋਂ ਇਕੱਲਾ ਵੀ ਜਾ ਸਕਦਾ, ਚੱਲ ਜਾਣਾ ਇੱਕ ਅੱਧਾ ਬਾਗਜੂ ਜਾ, ਇਹਦਾ ਦੋਸਤ ਬਾਗਜੂ, ਗੱਡੀ ਲੈ ਕੇ ਬਾਗ ਜਾਣਗੇ ਉੱਥੇ, ਬਸ ਉੱਥੇ ਕੋਈ ਫਾਇਦਾ ਨਹੀਂ ਜਾਣ ਦਾ। ਉਹ ਜਦੋਂ ਜਹਾਜ਼ ਨਾ ਤੁਰਦਾ ਪੂਹ ਜੀ ਚੱਕਦਾ ਬੜਾ ਸੋਹਣਾ ਲੱਗਦਾ, ਮੈਂ ਤਾਂ ਦੇਖਿਆ ਪਹਿਲਾਂ, ਹੁਣ ਵੀ ਦੇਖਣਾ ਚਾਹੁੰਦੀ ਸੀ। ਬਾਈ ਜਦੋਂ ਤੂੰ ਜਾਏਂਗੀ ਨਾ, ਜਦੋਂ ਲੈ ਗਿਆ ਤੈਨੂੰ ਉਹਦੇ ਨਾਲ ਵਗ ਜੂ, ਦੇਖ ਲਈ ਪੂਹ ਚੱਕਦਾ, ਦੇਖ ਲਈ ਤੂੰ ਹੋਰ ਹੁਣ।
ਬਾਲੀ ਪਕਾਈ ਨਾ ਮਾਰਾ ਤੇ ਕੰਮ ਦੀ ਗੱਲ ਕਰ ਤੇ ਇਹ ਸਾਰਾ ਦਿਨ ਚਪਲ ਚਪਲ ਮੈਨੂੰ ਚੰਗੀ ਨੀ ਲੱਗਦੀ। ਤੂੰ ਘੱਟ ਮਾਰਦਾ, ਤੇਰੇ ਨਾਲ ਵੱਧ ਨੀ ਮਾਰਦੀ ਮੈਂ। ਉਹੀ ਲੜਾਈ ਇਹ ਗੱਲਾਂ ਦਾ ਗੱਲ ਕਰਦਾ ਨਾ, ਕੰਮ ਦੀ ਸਿਆਣੇ ਵਾਲੇ ਗੱਲ ਆ ਮੇਰੇ ਕੋਲ, ਦੂਜੇ ਨਾਮ ਮੈਨੂੰ ਆਉਣ ਨਾ ਮੈਂ ਕਰਾਂ। ਕੀ ਗੱਲਾਂ ਕਰਦਾ ਦੱਸ ਮੈਨੂੰ ਵੀ, ਮੇਰੇ ਖਾਨੇ ਵੀ ਪਾ ਦੇ ਤੁਸੀਂ ਖਾਨੇ। ਬਸ ਤੈਨੂੰ ਇਹ ਦੱਸਿਆ ਹੋਊ ਨਾ, ਮਾੜੀ ਮੋਟੀ ਮਦਦ ਦਵਾਉਣਗੇ ਨਾਲ, ਕਦੋਂ ਆਉਂਦੇ ਨਹੀਂ ਉਹ, ਮਾਂ ਤਾਂ ਜਗਾੜੀ ਕਰ। ਉਹ ਆਊਗੀ ਕੁੜੀ, ਪੁੱਛਣਾਂਗੇ ਕੀ ਮਦਦ ਕਰਦੇ ਆਉਣਗੇ ਦੋਨੇ ਜਣੇ ਉਹ। ਨਾ ਜਿਹੜੇ ਆਪਾਂ ਤੋਂ ਉਦੋਂ ਲੈ ਗਏ 10 ਲੱਖ ਰੁਪਇਆ, ਕਹਿੰਦੇ ਸਾਨੂੰ ਲੋੜ ਆ, ਉਹ ਤਾਂ ਦੇ ਦੇਣਗੇ ਹੁਣ ਉਹ। ਮੈਂ ਤਾਂ ਇਹ ਵੀ ਨੀ ਗੱਲ ਪੁੱਛੀ, ਮੈਂ ਤਾਂ ਆਈ ਗਈ ਸੀ ਵੀ ਉਹਨੂੰ ਸਨੀ ਨੂੰ ਰੋਕੋ ਭਾਈ, ਉਹ ਜਾਣ ਨੂੰ ਤਿਆਰ ਹੈ ਬਾਹਰ। ਗੱਲ ਕਰਨੀ ਚੱਲ, ਗੱਲ ਮੇਰੇ ਕੋਲ ਕੋਈ ਕਰੀ ਨਾ, ਉਹਨਾਂ ਨੇ ਦੇਣ ਲੈਣ ਦੀ ਪੈਸੇ ਦੇ ਦਾਂਗੇ ਅਸੀਂ ਜਾਂ ਨਾ। ਚੱਲ ਕੋਈ ਨੀ, ਮੈਂ ਪੁੱਛ ਲੂੰਗਾ ਉਹਨਾਂ ਨੂੰ। ਤੂੰ ਜਾ ਆਪਦਾ ਕਰ ਲਓ, ਜਾ ਕੇ ਰੋਟੀ ਪਾ ਲਓ। ਮੈਂ ਆਪਦਾ ਕੰਮ ਕਰਦੀ ਹਾਂ, ਦੇਣ ਲੈਣ ਦਾ ਆਪੇ। ਤੁਹਾਨੂੰ ਕਾਹਦਾ ਫਿਕਰਾ ਦੇਣ ਲੈਣ ਦਾ, ਜਿਹੜੀ ਕੰਮ ਦੀ ਗੱਲ ਪੁੱਛੀ ਤਾਂ ਨਹੀਂ ਬੰਦਾ ਬੁੜੀ ਨੂੰ ਬਹਾਨੇ ਨਾਲ ਪੁੱਛਣ ਦੇ ਭਾਈ, ਮੁੰਡੇ ਨੇ ਬਾਹਰ ਜਾਣਾ, ਜਿਹੜੇ ਤੂੰ ਸਾਥੋਂ ਪੈਸੇ ਲਿਆਏ ਸੀਗੇ ਉਹ ਤਾਂ ਤੁਸੀਂ ਸਾਨੂੰ ਕਰ ਹੀ ਦਿਓਗੇ, ਇੰਨੀ ਗੱਲ ਤਾਂ ਬੰਦਾ ਪੁੱਛ ਹੀ ਸਕਦਾ। ਚੱਲ ਕੋਈ ਨੀ, ਜਾਣਾ ਤੂੰ ਆਪਦਾ ਇੰਤਜ਼ਾਮ ਕਰ ਲਾ, ਉਹਨਾਂ ਦਾ ਕੀ ਪਤਾ ਦੇਣ ਚਾਹੇ ਨਾ ਦੇਣ, ਜੇ ਮੁੰਡੇ ਨੇ ਬਾਹਰ ਜਾਣਾ ਤਾਂ ਜਾਣਾ ਹੀ ਸਹੀ। ਉਹ ਜਾੜਤੀਆਂ ਕੋਲ ਜਾ ਕੇ ਉਹਨਾਂ ਨੂੰ ਕਹਿ ਕੇ ਆ ਲੈ ਭਾਈ, ਸਾਨੂੰ ਪੈਸੇ ਚਾਹੀਦੇ ਆ 2-4 ਲੱਖ, 30 ਲੱਖ ਰੁਪਏ ਤਾਂ ਲੱਗ ਹੀ ਜਾਂਦਾ ਨਾ। 30 ਦਾ ਪ੍ਰਬੰਧ ਹੋਵੇ ਭਾਵੇਂ 25 ਲੱਖੇ, 2 ਪਰ ਫਿਰ ਮੌਕੇ 'ਤੇ ਹੁੰਦਾ ਵੀ ਨੀਗਾ। ਬਾਪੂ ਤੈਨੂੰ ਖੁਸ਼ਖਬਰੀ ਦੇਣੀ ਆ। ਕਿਵੇਂ, ਵੀਜ਼ਾ ਆ ਗਿਆ? ਆ ਗਿਆ ਹਾਂ, ਚੱਲ ਵਧੀਆ। ਹੁਣ ਤਾਂ ਖੁਸ਼ ਹੈ? ਹੈ ਤਾਂ ਬਾਪੂ ਖੁਸ਼ ਹਾਂ, ਗੱਲ ਤੇਰੇ ਨਾਲ ਮੈਂ ਇੱਕ ਹੋਰ ਕਰਨੀ ਸੀ ਛੋਟੀ ਜੀ। ਦੱਸ ਵੀਰੇ ਸੰਗ ਵਾਲੀ ਕੀ ਗੱਲ ਆ ਤੈਨੂੰ, ਹੁਣ ਮੈਂ ਕਿਵੇਂ ਦੱਸਾਂ? ਜਿਵੇਂ ਤੂੰ ਪਹਿਲਾਂ ਮੈਨੂੰ ਬਾਹਰ ਜਾਣ ਨੂੰ ਦੱਸਿਆ ਸੀ ਉਵੇਂ ਦੱਸ ਦੇ। ਬਾਪੂ ਮੈਂ ਨਾ ਕਿਸੇ ਕੁੜੀ ਨੂੰ ਵਿਆਹ ਕਰਾਉਣਾ ਚਾਹੁੰਦਾ ਸੀਗਾ। ਹਾਂ, ਆਪਣੇ ਪਿੰਡ ਆ ਮੰਡੀ ਕੋਲ ਤਰੇ ਕੰਨ ਤੇ ਮਾਰੂ ਲਪੜਾ ਕਗਾ ਕੇ ਵਿਆਹ ਕਰਾਉਣਾ ਦਾ, ਨਾਲੇ ਤਾਂ ਇੱਧਰ ਪਾਈ ਫਾਨੇ ਫਸਾਉਂਦਾ ਤਾਂ ਫਾਨੇ ਨਾ ਫਸਾਉਂਦਾ। ਮੈਂ ਕਹਿੰਦਾ ਸੀ ਚੱਲ ਮੇਰੇ ਸਗਨ ਪਾ ਦੇ ਤੂੰ, ਚੱਲ ਕੋਈ ਨੀ ਬਾਅਦ ਚ ਦੇਖਾਂਗੇ ਸਗਨ ਸੁਗਣ, ਮੈਂ ਆਪੇ ਕਰ ਲੂੰਗਾ ਸਰ, ਜਿਹੜਾ ਕੁਛ ਹੋਇਆ ਆਪੇ ਕਰ ਲੂੰ ਨਾ, ਤੂੰ ਬੇਫਿਕਰ ਮੇਰੇ ਤੇ ਛੱਡ ਦੇ, ਤੂੰ ਕਿਹੜਾ ਬਾਹਰ ਜਾ। ਚੱਲ ਠੀਕ ਆ ਬਾਪੂ, ਤੂੰ ਮੈਨੂੰ ਦੱਸ ਡਰੈਸ ਪਾੜਾ ਮੈਨੂੰ ਦੇ ਦੇ, ਮੈਂ ਆਪੇ ਗੱਲ ਕਰ ਲੂੰ। ਠੀਕ ਆ ਠੀਕ ਆ, ਤੂੰ ਟੈਨਸ਼ਨ ਛੱਡ ਦੇ, ਮੈਂ ਆਪੇ ਦੇਖ ਲੂੰਗਾ। ਠੀਕ ਆ ਬਾਪੂ, ਬੋਲ ਪੂਰੀ ਲੱਗ ਜਾਂਦੇ ਜਵਾਬ ਜੇ ਗੱਲਾਂ ਕਰਨ। ਉਹ ਬਾਅਦ ਨਹੀਂ ਤਾਂ ਆਨੰਦ ਕਾਰਜ ਹੁੰਦੇ ਕਿਸੇ ਦੇ, ਉਹਦੀ ਗੁਰਦੁਆਰੇ 'ਚ ਤਾਂ ਆਵਾਜ਼ ਜੀ ਆਈ ਜਾਂਦੀ ਆ। ਹੋਰ ਦੱਸੋ ਤੁਸੀਂ, ਉਹ ਤਾਂ ਠੀਕ ਹੈ? ਠੀਕ ਠਾਕ ਬਾਪੂ, ਤੂੰ ਸੁਣਾ? ਚੱਲ ਵਧੀਆ, ਮੈਨੂੰ ਐਂ ਹੀ ਕਦੇ ਲੇਟ ਨਾ ਹੋ ਜਾਓ, ਵਧੀਆ ਹੋਗਾ ਟਾਈਮ 'ਤੇ ਆ ਕੇ। ਵੀਰੇ ਆ ਜਾਓ, ਟਾਈਮ ਹੋ ਰਿਹਾਗਾ। ਬਸ ਭੈਣੇ ਆ ਗਿਆ, ਬਸ ਆ, ਉਹ ਤਾਂ ਤਿਆਰ ਹੋ ਜਾਂਦਾਗਾ, ਤੇ ਉਹ ਤਾਂ ਗੱਡੀ ਤੂੰ ਹੀ ਚਲਾ ਲਾ ਮੈਂ ਤਾਂ ਕਹਿਣਾ। ਗੱਡੀ ਚੱਲ ਚਲਾ ਲੂੰਗਾ ਮੈਂ, ਚਲਾ ਲਿਆ ਤੁਸੀਂ ਐਂ ਕਰੋ ਪੁੱਤ, ਚੱਲ ਫਿਰ ਤੁਸੀਂ ਦੋਨੇ ਜਾਣੇ ਬਾਬੂ ਜੀ ਨਾਲ ਤਾਂ ਛੱਡ ਕੇ ਚੜਾ ਕੇ ਆ ਜਾਓ। ਠੀਕ ਹੈ? ਨਹੀਂ ਬਾਪੂ ਤੂੰ ਵੀ ਨਾ, ਹਾਂ ਤੂੰ ਵੀ ਨਾਲ ਚੱਲ। ਉਹ ਮੈਂ ਨਾਲ ਕੀ ਕਰਨਾ ਯਾਰ, ਤੁਸੀਂ ਹੈਗੇ ਜਦੋਂ ਬਾਹਰ ਆਏ ਕੀ ਕਰਨਾ ਹੁੰਦਾ ਤਾਂ ਐਡੀ ਤੂੰ ਗੱਡੀ ਚਲਾ ਕੇ ਲੈ ਜੂ ਬਚਨੀ, ਦੋ ਨੂੰ ਕੀ ਹੁੰਦਾ ਵਾ, ਦਿੱਲੀ ਰਾਹੀਂ ਜਾਣਾ ਤੇ ਫਿਰ ਕੀ ਹੋ ਗਿਆ, ਦਿੱਲੀ ਕੀ ਕਲਕੱਤੇ 'ਚ ਪੈਂਦੀ, ਫਿਰ ਵੀ ਬਾਹਲਾ ਸਫ਼ਰ ਹੋ ਜੂਗਾ। ਕੋਈ ਨਾ ਬੇਬੇ, ਆ ਤਾਂ ਰਹੀ ਹੈ। ਬਾਕੀ ਦੇ ਬਾਪੂ ਅੱਜ ਤੁਸੀਂ ਬਾਲੀ ਵਧੀਆ ਕੀਤਾ, ਜਿਹੜਾ ਵੀਰੇ ਨੂੰ ਬਾਹਰ ਤੋਰ ਰਹੇ ਹੋਗੇ। ਉਹ ਹੋਰ ਕਹਿੰਦਾ ਜਾਣਾ ਭਾਈ, ਅੱਜ ਆਪਾਂ ਜਵਾਬ ਦਿੰਨੇ ਫਿਰ ਅਗਲਾ ਕੋ ਸਾਡੀ ਮੰਨ ਦੇਣਗੇ, ਸਾਰਾ ਕੁਝ ਦੇਖਣਾ ਪੈਂਦਾਗਾ। ਇੱਥੇ ਵੀ ਕੀ ਆਪਣੇ ਕੁਝ ਨਹੀਂ ਹੈਗਾ, ਮੈਂ ਤਾਂ ਰਾਜੀ ਹੈ ਨਹੀਂ ਜੀ, ਇਹ ਤਾਂ ਤੁਸੀਂ ਹਾਂ ਕੀਤੀ ਹੈ ਤਾਂ ਮੈਂ ਆ ਕੇ ਮੈਂ ਵੀ ਰਾਜੀ ਹੋ ਗਈ, ਤੁਸੀਂ ਹਾਂ ਹਾਂ ਕਰੀ। ਮਾਂ ਤੂੰ ਤਾਂ ਵੀ ਮਨੋਲਾ ਕਰੀ ਜਾਂਦੀ ਹੈ, ਕੁਝ ਨਹੀਂ ਹੁੰਦਾ ਹੈਗਾ, ਬਲਕਿ ਤੂੰ ਇਹ ਸੋਚੇ ਵੀਰਾ ਜਾ ਕੇ ਉੱਥੇ ਕਿੰਨਾ ਵਧੀਆ ਹੋਊਗਾ, ਵਧੀਆ ਕੰਮ ਕਾਰ ਤੇ ਲੱਗੂਗਾ, ਆਪਣੇ ਵੀ ਦਹਿਸ਼ਤ ਪਾਇਆ ਕਰੂਗਾ, ਅਗਲਾ ਕਿਆ ਕਰੂ ਬਣਾ ਦਾ ਮੁੰਡਾ ਬਾਹਰ ਗਿਆ ਹੋਇਆਗਾ। ਹਾਂ ਉਹ ਤਾਂ ਠੀਕ ਹੈ ਗੱਲ, ਫਿਰ ਉਹ ਇੰਜੋ ਨਾ ਤੂੰ ਐ ਮਨ ਦਾ ਔਲਾ ਕਰਿਆ ਕਰ।
ਬਾਪੂ ਮਾੜਾ ਮਾੜਾ ਕਿਆ ਕਰਨਾ ਮਾਂ ਮਾੜੀ ਮਾੜੀ ਗੱਲ ਦਾ ਟੈਨਸ਼ਨ ਲੈ ਲੈਂਦੀ ਆ ਤਾਂ ਮੇਰਾ ਤਾਂ ਖੜੇ ਨਹੀਂ ਛੱਡਿਆ ਇਹਨੇ ਤਾਂ ਮੈਨੂੰ ਤਾਂ ਇਹ ਕਹਿੰਦੀ ਨਾ ਕਹਿੰਦੀ ਆ ਕਿ ਇੱਕ ਮੁੰਡਾ ਆਪਣੇ ਤੇ ਮੈਂ ਚੌੜ ਚੌੜ ਚ ਆਇਆ ਕਹਿੰਦਾ ਮੈਂ ਮੁੰਡੇ ਦਾ ਕੀ ਆ ਇੱਕ ਮੁੰਡਾ ਮੈਂ ਇੱਕ ਮੁੰਡਾ ਹੋਰ ਲੈ ਲਾਂਗੇ ਕਹਿੰਦੀ ਮੁੰਡਾ ਮੈਂ ਕਿਹਾ ਭਾਈ ਬਹੁਤ ਆ ਤੈਨੂੰ ਪਤਾ ਹੈਗਾ ਮੇਰੇ ਚੌੜ ਕਰਨ ਦਾ ਆਦਤ ਆ ਕੋਈ ਨਾ ਬਾਪੂ ਗੋਦ ਲੈਣ ਦੀ ਵੀ ਲੋੜ ਨਹੀਂ ਮੈਂ ਹੈਗਾ ਨਾ ਭਾਈ ਆ ਗੱਡੀ ਚ ਧਰ ਲਓ ਚਲੋ ਮੈਂ ਆ ਗਿਆ ਹਾਂ ਦੇਖ ਲੈ ਵੀਰੇ ਕੁਝ ਰਹਿ ਨਾ ਗਿਆ ਹੋਵੇ ਚਲੋ 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 ਫਿਰ ਉਹ ਕਿਉਂ ਟਾਈਮ ਲਾਉਣੇ ਬਾਪੂ ਕਿੱਥੇ ਆ ਮੈਨੂੰ ਪਹਿਲਾਂ ਪਤਾ ਸੀਗਾ ਵੀ ਮਾਂ ਨੇ ਆਹੀ ਕੁਛ ਕਰਨਾ ਗਾ ਤੂੰ ਸੁੱਖੇ ਸਾਂਦੇ ਤੌਰ ਦੱਸ ਮੁੰਡੇ ਨੂੰ ਉਹੀ ਗੱਲਾਂ ਵਾ ਤੇਰੀਆਂ ਦੱਸ ਮਾਂ ਤੂੰ ਟੈਨਸ਼ਨ ਨਾ ਲੈ ਗੱਲ ਸੁਣ ਤੂੰ ਮੇਰੀ ਮੈਂ ਇੱਥੇ ਰਹਿ ਕਰੂੰਗਾ ਨਾ ਆਪੇ ਸਾਰਾ ਕੰਮ ਕਰ ਜੋ ਵੀ ਹੈ ਘਰ ਦੀ ਕਬੀਲਦਾਰੀ ਹੁਣ ਆਪੇ ਸਾਂਭੂ ਇਹ ਚੰਨੀ ਠੀਕ ਹੈ ਜੀ ਹਾਂ ਕਾਸੇ ਜੀ ਦੀ ਮਾਂ ਦੇਖ ਜਿਵੇਂ ਮਰਜ਼ੀ ਅਸੀਂ ਤੇਰੇ ਨਾਲ ਖੜਾਂਗੇ ਹਰ ਦੁੱਖ ਸੁੱਖ ਦੇ ਵਿੱਚ ਪਰ ਤੂੰ ਐ ਰੋਈ ਜੇ ਨਾ ਕਰ ਇਹਦੇ ਕਰਕੇ ਸਾਡਾ ਵੀ ਮੂਡ ਖਰਾਬ ਹੋ ਜਾਂਦਾ ਸਾਰਾ ਆ ਗਏ ਪੁੱਤਾ ਹਾਂ ਬਾਪੂ ਆ ਗਏ ਚੜਾਏ ਇਹ ਕਿਵੇਂ ਹਾਂ ਦਪਰੋਸੇ ਕਰੀ ਜਾਂਦੀ ਆ ਤੈਨੂੰ ਪਤਾ ਹੀ ਆ ਬਾਪੂ ਇਹ ਜਾਂ ਇਹ ਕਰਨ ਵਾਲੀ ਗੱਲ ਆ ਮੁੰਡਾ ਬਾਹਰ ਗਿਆ ਡੋਸਾ ਤੇ ਖੁਸ਼ੀ ਮਨਾਉਣੀ ਚਾਹੀਦੀ ਆ ਲਾਗੀ ਕਰਨ ਉਹ ਪਤਾ 5 ਸਾਲ ਨਹੀਂ ਮੁੰਡਾ ਹੁਣ ਤੇ ਨਹੀਂ ਮੁੰਡਾ ਫੇਰ ਕੀ ਹੋ ਗਿਆ ਐਂ ਕਰੀ ਜਾਂਦੀ ਜਿਵੇਂ ਭੰਗ ਪੀਤੀ ਹੁੰਦੀ ਆ ਨਵੀਆਂ ਗੱਲਾਂ ਇਹਦੀਆਂ ਚਲ ਕੋਈ ਨਾ ਮੈਂ ਹੁਣ ਤੂੰ ਹੋਈ ਨਾ ਚਲ ਮੈਂ ਚੁੱਪ ਬਾਹਰ ਜਾਵੇ ਸਾਡਾ ਧੀ ਪੁੱਤ ਬਾਹਰ ਜਾਵੇ ਤੇ ਤੂੰ ਤੂੰ ਇੱਥੇ ਰੋਣ ਲੱਗ ਗਈ ਦੱਸ ਕਿਹੋ ਜਿਹੀਆਂ ਗੱਲਾਂ ਕਰਦੀ ਆ ਮਾਂ ਬਹਿ ਗਈ ਰੋਣੇ ਧੋਣੇ ਲੈ ਕੇ ਐ ਸੁੱਖੀ ਸੰਦੀ ਐ ਮੈਂ ਰੋਈਦਾ ਨਹੀਂ ਹੁੰਦਾ ਫਿਰ ਕਹਿਣਗੇ ਚਾਨਾ ਬਾਲਾ ਬੋਲਦਾ ਚਾਨਾ ਤਾਂ ਆਪੇ ਬਾਲਾ ਬੋਲਦਾ ਚਲ ਕੋਈ ਨਾ ਬਾਪੂ ਆਪਾਂ ਵੀਡੀਓ ਕਾਲ ਕਰਾਂਗੇ ਵੀਰੇ ਨਾਲ ਪਹੁੰਚ ਜਾਣ ਦੋ ਉਹਨੂੰ ਮੈਂ ਕਿਹਾ ਸੀ ਵੀਰੇ ਨੇ ਨਾਲੇ ਵੀਰੇ ਨੇ ਤਾਂ ਕਿਹਾ ਕਿ ਮੰਮੀ ਦਾ ਧਿਆਨ ਰੱਖੀ ਮੈਂ ਕਿਹਾ ਕੋਈ ਗੱਲ ਨਹੀਂ ਤੇ ਆ ਚੰਨੀ ਤੇ ਮੈਂ ਹਜੇ ਇੱਥੇ ਆ ਤੁਹਾਡੇ ਲਵੇ ਉੱਤ ਧਿਆਨ ਨੂੰ ਕਿਹੜਾ ਛੁੱਟੀ ਹੈ ਤੇਰੇ ਸਾਹਮਣੇ ਮੈਂ ਕਿਹੜਾ ਰੱਖਦਾ ਨਹੀਂ ਬਥੇਰਾ ਰੱਖਦਾ ਗੱਲ ਤਾਂ ਇਹਨਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਮੇਰਾ ਮੁੰਡਾ ਬਾਹਰ ਗਿਆ ਇਹ ਆ ਕੇ ਹੋਲੀ ਰੋਣੀ ਧੋਣੀ ਲੈ ਕੇ ਬਹਿ ਗਈ ਇਹ ਗੱਲਾਂ ਨਹੀਂ ਮੈਂ ਗੱਲ ਕਰ ਮੈਨੂੰ ਚੰਗੇ ਲੱਗਦੇ ਆ ਹੋਰ ਕੋਈ ਗੱਲ ਨਹੀਂ ਚਲੋ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਪਾਣੀ ਲੈ ਕੇ ਆਣੀ ਆ ਦੁੱਖ ਤਾਂ ਤੈਨੂੰ ਵੀ ਉਨਾ ਹੀ ਹੋਇਆ ਵੀ ਮੇਰਾ ਭਰਾ ਬਾਹਰ ਤੈਨੂੰ ਕਿਹੜਾ ਹੋਇਆ ਨੀਗਾ ਉਹ ਕਿੰਨੀ ਖੁਸ਼ ਆ ਗਈ ਉਹ ਕਿੰਨਾ ਖੁਸ਼ ਆਗਾ ਇਹ ਰੋਣੇ ਧੋਣੇ ਬਹਿ ਗਏ ਬਹਿ ਗਈ ਤਾਂ ਇਹਨੂੰ ਕਿਹੜਾ ਦੁੱਖ ਨਹੀਂ ਹੁੰਦਾ ਉਦੋਂ ਵੱਧ ਹੁੰਦਾ ਭੈਣਾਂ ਦੇ ਕਿਹੜਾ ਵੀਰ ਛੱਟੇ ਹੁੰਦੇ ਆ ਗੱਲ ਕਰੀ ਸਮਝਦਾ ਰਹੇ ਸਮਝਦੀ ਗੱਲ ਨੂੰ ਵੀ ਚੱਲ ਕੋਈ ਗੱਲ ਨੀ ਕਿੱਡੀ ਗੱਲ ਹੈ 4-5 ਸਾਲ ਨਾਲ ਆ ਗਈ ਕੱਲ ਤੂੰ ਵੀ ਵਗ ਜਾਈ ਮੁੜ ਕੇ ਇਹ ਵੀ ਵਗ ਸਾਰਾ ਕਿਤੇ ਆਏ ਤਾਂ ਖੁਸ਼ੀ ਮਨਾਉਣੀ ਭਾਈ ਅਸੀਂ ਵੀ ਵਗ ਜਾਾਂਗੇ ਨਾਲੇ ਬਾਪੂ ਪਤਾ ਹੀ ਨਹੀਂ ਲੱਗਣਾ ਕਦੋਂ 5 ਸਾਲ ਲਾਂਗੇ ਤੂੰ ਤਾਂ ਮਾਰੀ ਜਾਂਦਾ ਗੱਲਾਂ ਮੇਰਾ ਜੀ ਲੱਗਦਾ ਹੈਗਾ ਚਲ ਚਾਹ ਬਣਾ ਤੂੰ ਚੱਲ ਚਾਹ ਬਣਾ ਕੇ ਪੈ ਇਹਨੂੰ ਲਿਆ ਦਿਆਂਗੇ ਛੋਟੇ ਛੋਟੇ ਦੋ ਲਿਆ ਦੂੰਗਾ ਮੁੰਡੇ ਦਾ ਕੀ ਉਹਦੇ ਆਉਂਦੇ ਨੇ ਆਪਾਂ ਮੁੰਡਾ ਖੜਾ ਕਰ ਦਿਆਂਗੇ ਇਹ ਬੜੀ ਗੱਲ ਆ
ਤੂੰ ਕਹਿਣ ਵਾਲੀ ਰਹਿਣਾ ਆ ਕੇ ਪਤਾ ਲੱਗੇ ਵੀ ਇੱਕ ਛਣੀ ਹੋਰ ਫਿਰਦਾ ਘਰੇ ਛਣ ਛਣ ਕਰਦਾ ਜੇ ਕੁੜੀ ਫਿਰਦੀ ਹੁੰਦੀ ਹੈ ਐਵੇਂ ਨਹੀਂ ਕਰ ਦਿੰਦੇ ਓਏ ਹੁਣ ਤਾਂ ਸੁਭਾਸ਼ ਜੀ ਵੀ ਨੱਸੀ ਚੰਗਾ ਚੰਗਾ ਸਾਰੀ ਗੱਲਾਂ ਰਹਿੰਦੀਆਂ ਉਹ ਗੱਲੇ ਹੀ ਰਹਿੰਦੀਆਂ ਫਿਰ ਹੱਥੀ ਖੇਡੀਆਂ ਫੇਰੀ ਆ ਤੂੰ ਇਕੱਲੀ ਜਾਣੀ ਹੈ ਜਿਹੜੀ ਐ ਸਿੱਟੀ ਬੈਠੀ ਆ ਸਾਰੇ ਜਾਣੇ ਕਹਿੰਦੇ ਖੁਸ਼ ਆ ਗਏ ਮੇਰੇ ਤਾਂ ਛੱਜਰੀ ਲੱਗੀ ਆ ਤੈਨੂੰ ਤਾਂ ਆਉਂਦੀਆਂ ਨੇ ਗੱਲਾਂ ਸਾਡੀ ਕਿਹੜਾ ਲੱਗੀ ਛੱਡ ਕੇ ਬੇਹੀ ਲੱਗੀ ਆ ਛੱਜਰੀ ਲੱਗੀ ਬੇਹੀ ਲੱਗੀ ਆ ਮਾਂ ਤੂੰ ਕਹੇ ਜਿਹੀਆਂ ਗੱਲਾਂ ਕਰੀ ਜਾਂਦੀ ਤੂੰ ਦਿਲ ਘਟ ਕਰੀ ਜਾਂਦੀ ਓਏ ਉਹੀ ਗੱਲ ਆ ਯਾਰ ਐਵੇਂ ਰੋਣੀ ਬਾਜ ਬਿਮਾਰ ਹੋ ਜਾਏਗੀ ਤੂੰ ਯਾਰ ਸੁੱਖ ਦਾ ਭਾਰ ਦੇ ਨਹੀਂ ਮੁੰਡੇ ਦੀ ਸੁੱਖ ਦਾ ਭਾਰ ਨਹੀਂ ਮੂਡ ਖਰਾਬ ਹੋ ਗਏ ਆਪੇ ਹੌਲੀ ਹੌਲੀ ਜੋਟ ਅਦਰ ਸ਼ਹਿਰ ਲੈ ਕੇ ਚੱਲਾਂ ਆ ਚੱਲਦੇ ਆ ਯਾਰ ਕੁਲਫੀ ਖਵਾ ਲੈ ਯਾਰ ਕੁਲਫੀ ਮਤ ਖਾਂਦੀ ਹੁੰਦੀ ਹੈ ਹਾਂ ਕੁਲਫੀ ਖਵਾ ਲੈਣਾ ਇਹ ਕੁਲਫੀ ਖਵਾ ਦੇ ਨਾਲ ਇੱਕ ਦੀ ਥਾਂ ਦੋ ਖਾ ਲਈ ਬੇਬੇ ਨਾਲ ਜਾਂ ਛੱਟ ਵੀ ਮੇਰੇ ਨਾਲ ਚੁੱਪ ਕਰਾ ਦੇ ਹਰਦਾ ਨਹੀਂ ਭੁੱਲੀ ਜਾਂਦਾ ਇਹ ਭਾਈ ਜੀ ਨੰਗਲ ਦਿੰਦੇ ਇੱਥੇ ਹੋਰ ਇੱਥੇ ਕੁਲਫੀ ਆ ਜੂ ਜਵਾਕਾਂ ਨੂੰ ਕੁਲਫੀ ਕੁਲਫੀ ਉਹ ਬਾਹਲੇ ਕੁਲਫੀ ਖਾਂਦੀ ਹੈ ਚੱਜ ਦੋ ਖਵਾ ਦਾਂ ਖਵਾ ਦੇ ਇਹਨੂੰ ਫਿਰ ਇੱਕ ਸਨੀ ਦੇ ਨਾਮ ਦੀ ਖਵਾ ਦਾਂ ਹਾਂ ਉਹ ਸਨੀ ਦੇ ਬਾਅਦ ਹੀ ਕਹਿੰਦੀ ਖਵਾ ਚੱਲ ਠੀਕ ਹੈ ਬਾਪੂ ਮੈਂ ਵੀ ਕਰਦਾ ਆਰਾਮ ਕੱਲ ਨੂੰ ਕਰ ਲਓ ਹੋਊਗਾ ਤੁਸੀਂ ਵੀ ਟਾਈਮ ਬਹੁਤ ਲੱਗ ਜਾਣਾ 6 ਘੰਟੇ ਦਾ ਰਸਤਾ ਸੱਤ ਦਾ ਕਿਹੜਾ ਨੇੜੇ ਤੇੜੇ ਹੈ ਦਿੱਲੀ ਤੇ ਟਾਈਮ ਤਾਂ ਲੱਗਦੀ ਆਰਾਮ ਕਰ ਲਓ ਚੱਲ ਤੇ ਰੋਟੀ ਖਾਊਗਾ ਉਹ ਖਾਊਗਾ ਭੁੱਖਾ ਤਾਂ ਨਹੀਂ ਪਊਗਾ ਉਹੀ ਗੱਲ ਕਿ ਟਾਈਮ ਤੇ ਰੋਟੀ ਖਾਊਗਾ ਤੂੰ ਹਰੇ ਜਿਹੇ ਕੋਲ ਲੈ ਲਾ 2 ਪਲੇਟ ਵਾਲੀਆਂ ਲੈ ਕੇ ਤੇ ਉਹ ਤੂੰ ਵੀ ਆਰਾਮ ਕਰ ਲੈ ਘੰਟਾ ਕੋਈ ਨਹੀਂ ਜੇ ਆ ਕੇ ਚੜਾ ਆਇਓ ਆ ਜਾ ਕੇ ਆਊਂਗਾ 2 ਘੰਟਿਆਂ ਨੂੰ ਫੋਨ ਆ ਜਾਊ ਉਹਦਾ ਕਰ ਲਈ ਗੱਲ ਆਹੋ ਐਵੇਂ ਹੀ ਕਰਦੇ ਹੁੰਦਾ ਜਿੰਨਾ ਮਰਜ਼ੀ ਸੋਚੀ ਚੱਲ ਕੋਈ ਤੈਨੂੰ ਮਾਇ ਲਾ ਕੇ ਜਾਂਦਾ ਕੋਲ ਆਈ ਜਾਂਦਾ ਉਹ ਖਾ ਲਾ ਜਿਹੜੀ ਚੀਜ਼ ਹੈ ਆਰਾਮ ਕਰ ਲਾ ਭਾਵੇਂ ਇੱਥੇ ਬਜਾ ਬੋਲ ਲੈ ਜਾਂਦੇ ਵਾਹਿਗੁਰੂ ਵਾਹਿਗੁਰੂ ਸਤਨਾਮ ਕਿਵੇਂ ਬਾਪੂ ਪਿਆ ਸੀ ਠੀਕ ਹੈ ਬਾਪ ਮੈਂ ਤਾਂ ਇਦੋਂ ਹੀ ਪਾਸੇ ਜਾ ਕੇ ਪੈ ਗਿਆ ਸੀਗਾ ਅੱਛਾ ਬਾਪੂ ਮੈਂ ਤਾਂ ਐ ਗੱਲ ਕਰਨ ਆਈ ਸੀਗੀ ਵੀ ਜੇ ਅਸੀਂ ਉਰੀ ਰਹਿ ਲਈਏ ਦੇਖ ਬੱਤਾ ਛੋਟਾ ਘਰ ਆ ਤੇਰਾ ਘਰ ਆ ਜਿਵੇਂ ਤੈਨੂੰ ਚੰਗਾ ਲੱਗਦਾ ਇਹ ਚ ਕੀ ਗੱਲ ਆ ਜੇ ਛੋਟਾ ਉੱਥੇ ਸਰਦਾ ਗਾ ਭਾਈ ਇੱਥੇ ਰਹਿਪੋ ਨਹੀਂ ਨਹੀਂ ਸਰਦਾ ਤਾਂ ਕਾਹਨੂੰ ਆ ਬਾਪੂ ਅਸੀਂ ਤਾਂ ਸੋਚਦੇ ਸੀ ਵੀ ਤੁਸੀਂ ਤੇ ਬੇਬੇ ਜਮੀ ਇਕੱਲੇ ਰਹਿ ਗਏ ਫਿਰ ਤੁਹਾਡਾ ਔਖਾ ਕਰਨਾ ਨੇ ਤੈਨੂੰ ਪਤਾ ਹੀ ਆ ਮਾਂ ਦਾ ਤਾਂ ਉਹ ਤੇ ਮਿੰਟਾਂ 'ਚ ਬੀਪੀ ਜਿਹਾ ਡਾਊਨ ਕਰਕੇ ਪੈ ਜਾਂਦੀ ਹੈਗੀ ਉਹ ਤਾਂ ਠੀਕ ਆ ਪੁੱਤ ਤੇਰੀ ਗੱਲ ਆ ਗੱਲ ਤਾਂ ਮੈਂ ਕਰਦਾ ਸੀਗਾ ਵੀ ਮੈਂ ਤਾਂ ਐਂ ਸੋਚਿਆ ਸੀਗਾ ਵੀ ਚੱਲ ਪੈਰੀ ਠੇਕੇ ਤੇ ਲਾ ਦਿਆ ਕਰੋ ਸਨੀ ਕਹਿ ਕੇ ਗਿਆ ਸੀ ਜਾਂ ਭਾਈ ਜੇ ਤੁਸੀਂ ਇੱਥੇ ਰਹੋਗੇ ਫਿਰ ਆਪਾਂ ਵੀਜ਼ੇ ਲਿਆ ਕਰਾਂਗੇ ਉਹੀ ਤਾਂ ਗੱਲ ਲੈ ਬਾਪੂ ਦੱਸ ਨਾਲੇ ਚੰਗੇ ਭਲਾ ਆਪੇ ਸਾਹਮਣੇ ਕਰਨਗੇ ਚੰਨੀ ਕੁਛ ਨਹੀਂ ਹੁੰਦਾ ਗਾ ਠੇਕੇ ਤੇ ਜ਼ਰੂਰੀ ਦੇਣੀ ਹੈ ਬਾਪੂ ਆਪਾਂ ਨੇ ਜ਼ਮੀਨ ਚੱਲ ਤੂੰ ਫਿਰ ਆਏਗਾ ਪੁੱਤ ਉਹਦੇ ਨਾਲ ਗੱਲ ਕਰ ਲਾ ਕੋਈ ਚੱਕਰ ਨਹੀਂ ਜਿਵੇਂ ਬਾਪੂ ਤੈਂ ਕਹਿਤਾ ਉਸੇ ਚਾਹਾਂਗੀ ਨਾਲੇ ਐਂ ਕਹਿੰਦੀ ਸੀ ਮੈਂ ਆ ਤੁਸੀਂ ਨਾ ਉਹਨੂੰ ਲੈਂਦੇ ਨਾ ਲੈਣਾ ਪੁੱਤ ਉਹ ਆਏ ਨਾ ਹੱਥ ਨੇ ਮੈਂ ਕੱਪੜੇ ਦੂਜੇ ਪਾ ਲੈਣਾ ਨਾ ਤਾਂ ਕਰਕੇ ਵੀ ਮੈਂ 2 ਦਿਨ ਕੱਢਣਾ ਨਾ ਲੈਣਾ ਕੋਈ ਨਹੀਂ ਨਾ ਲੈਣਾ ਹੋਰ ਬਾਪੂ ਕੋਈ ਨਾ ਕਰੇ ਗ੍ਰਹਿ ਸੁੱਟ ਕੇ ਰੱਖਿਆ ਕਰੋ ਸਾਰੀ ਦਿਹਾੜੀ ਤੁਸੀਂ ਉਧਰੋਂ ਮਾਰ ਹੋ ਜਾਂਦੀ ਆ ਤੂੰ ਤਾਂ ਘੱਟੋ ਘੱਟ ਬਾਪੂ ਨਾ ਧੋ ਲਿਆ ਕਰ ਟਾਈਮ ਸਿਰ ਕੋਈ ਨਹੀਂ ਨਾ ਲੈਣਾ ਕੋਈ ਨਹੀਂ ਮੈਂ ਪਰ ਉਹ ਟੈਨਸ਼ਨ ਨਹੀਂ ਲੈਂਦਾ ਮੈਨੂੰ ਤਾਂ ਪਤਾ ਵੀ ਉਧਰ ਗਿਆ ਵਾ ਚੱਲ ਕੋਈ ਨਹੀਂ ਉਹਦੇ ਕੋਲ ਤਾਂ ਕਰਨੇ ਬੰਦਾ ਮਾੜਾ ਮੋਟਾ ਤਾਂ ਜਾ ਫਿਰ ਵੀ ਹੁੰਦਾ ਹੀ ਆ ਕਿਹੜਾ ਨਾ ਉਹ ਤਾਂ ਹੁੰਦਾ ਬਾਪੂ ਹੁਣ ਮੈਨੂੰ ਕਿਹੜਾ ਦੁੱਖ ਨਹੀਂ ਹੈਗਾ ਤਾਂ ਹੀ ਤਾਂ ਮੈਂ ਕਹਿੰਦਾ ਫਿਰ ਵੀ ਮਾਂ ਤਾਂ ਆਪਦੀ ਜਗ੍ਹਾ ਸਹੀ ਹੈ ਐਡਾ ਵੱਡਾ ਪਾਲਿਆ ਤੂੰ ਐਂ ਕਰ ਫਿਰ ਵੀ ਤੂੰ ਤਾਂ ਗੱਲ ਕਹੀ ਹੈ ਮਾੜੀ ਜੀ ਉਹਦੇ ਨਾਲ ਵੀ ਗੱਲ ਕਰ ਲਾ ਚੰਨੀ ਨਾਲ ਉਹਨੂੰ ਪੁੱਛ ਲਾ ਜੇ ਉਹਨੇ ਕਹਿ ਤਾ ਫਿਰ ਵਾਹਨ ਮੈਂ ਠੇਕੇ ਤੇ ਲਾਉਂਦਾ ਨਹੀਂ ਇੱਕ ਦੋ ਬੰਦੇ ਆਏ ਸੀ ਕਹਿੰਦੇ ਭਾਈ ਲਾਏਗਾ ਠੇਕੇ ਤੇ ਮਾਂ ਭਾਈ ਮਿਲਾਵਾਂਗੇ ਤੇ ਫਿਰ ਉਹਦੇ ਨਾਲ ਪੱਕੀ ਗੱਲ ਕਰ ਲਾ ਜੇ ਉਹਨੂੰ ਕਹਿ ਤਾ ਫਿਰ ਮੈਂ ਜਵਾਬ ਦੇ ਦੂੰਗਾ ਮਾੜਾ ਉਹਨੂੰ ਪੁੱਛ ਲਾ ਕਹਿੰਦਾ ਮਾੜਾ ਹੱਕ ਬਣਦਾ ਜੇ ਤੂੰ ਆਪਦੇ ਕੋਲ ਕਹਿ ਤਾ ਅਗਲਾ ਕੋਈ ਮੈਨੂੰ ਤਾਂ ਪੁੱਛਿਆ ਨਹੀਂ ਉਹਨੂੰ ਪੁੱਛ ਲਾ ਪੁੱਛਣ ਦਾ ਕੋਈ ਡਰ ਨਹੀਂ ਹੁੰਦਾ ਠੀਕ ਹੈ ਬਾਪੂ ਤੂੰ ਬੈਠ ਮੈਂ ਉਹਨਾਂ ਨੂੰ ਬੁਲਾ ਕੇ ਲਿਆਉਣੀ ਆਪਾਂ ਹੁਣੇ ਗੱਲ ਕਰ ਲੈਂਦੇ ਹਾਂ ਚਲਾਂਗੇ ਕਰ ਲਓ ਬੁਲਾ ਲਿਆ ਚੰਗੀ ਗੱਲ ਹੈ ਇਹ ਵੀ ਆਇਆ ਹੁੰਦਾ ਗੱਲ ਉਹ ਤਾਂ ਬਾਪੂ ਮਾਂ ਨਾ ਬੀਪੀ ਜਿਹਾ ਡਾਊਨ ਕਰੀ ਬੈਠੀ ਆ ਉਹਦੇ ਲਈ ਦਵਾਈ ਲੈਣ ਗਿਆ ਗਾ ਅੱਛਾ ਮੈਂ ਕਿਹਾ ਚਲ ਕੋਈ ਨਹੀਂ ਚਲ ਬਾਪੂ ਇਹਦੀ ਤਾਂ ਤੂੰ ਦੇਖ ਤੂੰ ਟੈਨਸ਼ਨ ਨਾ ਕਰ ਅਸੀਂ ਹੈਗੇ ਅਸੀਂ ਆਪੇ ਸਾਂਭ ਲਾਂਗੇ ਬਥੇਰਾ ਕੋਈ ਚੱਕਰ ਨਹੀਂ ਗੀ ਪਰ ਆਇਆ ਮਾਂ ਨੂੰ ਤਾਂ ਹੁੰਦਾ ਹੀ ਆ ਚਲ
ਤੂੰ ਵੀ ਬਾਪੂ ਮਾੜਾ ਮੋਟਾ ਸਮਝਾ ਦਿਆ ਕਰ ਮਾਂ ਨੂੰ। ਤੇਰੇ ਸਾਹਮਣੇ ਕਿੰਨਾ ਸਮਝਾਇਆ, ਇਸ ਗੱਲ ਦਾ ਮੈਂ ਪਾਸੇ ਆ ਕੇ ਬਹਿ ਗਿਆ ਸੀਗਾ, ਮੈਂ ਉੱਥੇ ਬੈਠੇ ਨਹੀਂ। ਚੱਲ ਕੋਈ ਗੱਲ ਨਹੀਂ, ਜਦੋਂ ਚੰਨੀ ਆ ਗਿਆ ਮਾੜੀ ਗੱਲ ਫਿਰ ਵੀ ਕਰ ਲਈ ਕਰਕੇ ਨਾ, ਗੱਲ ਫਿਰ ਬਾਅਦ ਚ ਦੱਸਦੀ ਮੈਨੂੰ, ਠੀਕ ਹੈ? ਠੀਕ ਹੈ ਬਾਪੂ, ਤੂੰ ਪੈ ਜਾਣੇ ਤੇ ਮੈਂ ਪਾਣੀ ਪੁਣੀ ਲਾ ਲੈਣੀ। ਤੂੰ ਲਾ ਦੇ, ਆ ਫਿਰ ਮੈਂ ਨਹਾ ਹੀ ਲੈਣਾਗਾ। ਠੀਕ, ਹੋਰ ਲਾ ਦੇ ਬਾਲਟੀ, ਮੈਂ ਨਹਾ ਲੈਣਾ। ਨਾ ਮੇਰੀ ਗੱਲ ਸੁਣੋ, ਜਦੋਂ ਕੋਈ ਚੱਜ ਦੀ ਗੱਲ ਕਰਨੀ ਹੁੰਦੀ ਉਦੋਂ ਤੁਸੀਂ ਚੁੱਪ ਕਰਕੇ ਬਾਹਰ ਤੁਰ ਜਾਂਦੇ ਹੋਗੇ, ਮਾੜਾ ਮੋਟਾ ਆਕਰ ਨੂੰ ਹੱਥ ਮਾਰੋ। ਉਹ ਤਾਂ ਹੀ ਤੈਨੂੰ ਭੇਜਿਆ ਸੀ, ਮੈਂ ਚੰਗਾ ਨਹੀਂ ਲੱਗਦਾ ਇਹ ਗੱਲ ਕਰਦਾ। ਮੈਂ ਤਾਂ ਬਾਪੂ ਨਾਲ ਗੱਲ ਕਰ ਲਈ, ਸਾਰੀ ਗੱਲ ਖੋਲ ਲਈ। ਬਾਪੂ ਕਹਿੰਦਾ ਜਿਵੇਂ ਤੁਹਾਡੀ ਖੁਸ਼ੀ ਉਵੇਂ ਮੈਨੂੰ ਆ। ਬਾਪੂ ਨੇ ਤਾਂ ਹਾਂ ਚ ਹਾਂ ਮਿਲਾਤੀ। ਬਾਪੂ ਕਹਿੰਦਾ ਵੀ ਜ਼ਮੀਨ ਠੇਕੇ ਤੇ ਦੇਣ ਨੂੰ ਕਹਿੰਦੇ ਨੇ ਦੋ ਚਾਰ ਲੋਕ, ਵੀ ਸਾਨੂੰ ਠੇਕੇ ਤੇ ਦੇ ਦਿਓ। ਬਾਪੂ ਕਹਿੰਦਾ ਮੈਂ ਫਿਰ ਜਵਾਬ ਦੇ ਦਿੰਦਾ ਉਹਨਾਂ ਨੂੰ, ਜੇ ਚੰਨੀ ਨੂੰ ਪੁੱਛ ਲੈ ਵੀ ਚੰਨੀ ਬੀਜਲੂਗਾ। ਤੇ ਮੈਂ ਹੋਰ ਕੀ ਭਾਲਣਾ, ਬੀਜੂਗਾ, ਤੈਨੂੰ ਪਹਿਲਾਂ ਹੀ ਕਿਹਾ ਮੈਂ। ਤੇ ਫਿਰ ਉਰੇ ਬੈਠ ਕੇ ਥੋੜੀ ਬੀਜੋਗੇ, ਜੇ ਬਾਪੂ ਨਾਲ ਮੋੜੇ ਮੋਟੇ ਤੁਸੀਂ ਰਾਏ ਮਸ਼ਵਰਾ ਕਰੋਗੇ ਤਾਂ ਹੀ ਆ। ਹੁਣ ਮੈਂ ਕੱਲੀ ਕਿੰਨੀਆਂ ਕੁ ਗੱਲਾਂ ਕਰੀ ਜਾਵਾਂ, ਬਾਪੂ ਨੂੰ ਦਲਾਸੇ ਦੇ ਜਾਵਾਂ ਝੂਠੇ, ਹੈ? ਚਲ ਐਂ ਕਰਦੇ, ਬਾਪੂ ਨਾਲ ਮੈਂ ਕਰਦਾ ਗੱਲ ਫਿਰ। ਥੋੜਾ ਜਿਹਾ ਟਿਕਾ ਕੇ ਗੱਲ ਕਰਿਓ ਬਾਪੂ ਨਾਲ। ਨਹੀਂ ਮੈਂ ਕਰੂੰਗਾ, ਟਿਕਾ ਕੀ ਕਰੂੰਗਾ, ਟੈਨਸ਼ਨ ਨਾ ਲੈ। ਤਾਂ ਹੀ ਆਪਣੇ ਇਸ ਘਰ 'ਚ ਪੈ ਜਾਵਣਗੇ, ਹੁਣ ਤੁਹਾਡੇ ਪਿੱਛੇ ਲੱਗ ਤਾਂ ਗਈ ਮੈਂ। ਮਾੜਾ ਮੋਟਾ ਤੁਸੀਂ ਵੀ ਸੋਚ ਲਿਆ ਕਰੋ, ਹੁਣ ਸਾਰਾ ਦਿਨ ਨਾ ਲੰਘ ਜਿਆ ਕਰੋ, ਕਦੇ ਇੱਧਰ 'ਚ ਕਦੇ ਉੱਧਰ। ਉਹ ਨਹੀਂ ਲੰਘਦਾ ਹੁਣ, ਮੈਂ ਇੱਥੇ ਹੀ ਰਹੂੰਗਾ। ਤੇ ਬਾਪੂ ਨੂੰ ਮਿੱਠੀਆਂ ਗੋਲੀਆਂ ਦੇ ਕੇ ਰੱਖਿਓ ਤੁਸੀਂ। ਕੋਈ ਗੱਲ ਨਹੀਂ, ਮਿੱਠੀਆਂ ਵੀ ਦਊਂਗਾ, ਖੱਟੀਆਂ ਵੀ ਦਊਂਗਾ, ਦੋਨੇ ਹੀ ਦਊਂਗਾ। ਖੱਟ ਮਿੱਠਾ ਜਾਊਗਾ। ਮੈਨੂੰ ਪਤਾ ਤੇਰਾ, ਕਿਉਂਕਿ ਮੇਰੀ ਗੱਲ ਹੋਰ ਆ, ਮੈਂ ਤਾਂ ਧੀ ਆ, ਜਵਾਈ ਨੂੰ ਪੁੱਤ ਬਣਨ 'ਚ ਬਹੁਤ ਟਾਈਮ ਲੱਗਦਾ ਗਾ। ਇਹ ਤਾਂ ਹੈ ਗੱਲ, ਪਰ ਕੋਈ ਗੱਲ ਨਹੀਂ, ਬਾਪੂ ਨਾਲ ਕਰਦਾ ਗੱਲ ਮੈਂ। ਮੇਰੀ ਗੱਲ ਸੁਣੋ, ਉਰੀ ਨਾ ਬੁਲਾਣਾ ਮੈਂ ਬਾਪੂ ਨੂੰ। ਉਰੀ ਬੁਲਾ ਲੈ ਫਿਰ ਬਾਪੂ ਨੂੰ। ਤੇ ਨਾਲੇ ਐਂ ਕਹਿ ਦੀ ਕਿ ਬਾਪੂ ਕਿ ਪ੍ਰਵੀਨ ਗੱਲ ਕਰਨ ਨੂੰ ਤਾਂ ਕਹਿੰਦੀ ਸੀ ਮੈਨੂੰ, ਮਾੜਾ ਜਿਹਾ ਬਹਾਨਾ ਚਲਾ ਦਿਓ ਕਿ ਉਹ ਬੇਬੀ ਦੀ ਹਾਲਤ ਬਾਹਲੀ ਡਾਊਨ ਹੋ ਗਈ ਸੀ। ਮੈਂ ਸੋਚਿਆ ਗੱਲਾਂ ਤਾਂ ਫਿਰ ਹੁੰਦੀਆਂ ਰਹਿਣਗੀਆਂ, ਵੀ ਪਹਿਲਾਂ ਮੈਂ ਭੱਜ ਕੇ ਦਵਾਈ ਲੈ ਆਵਾਂ। ਚੰਗਾ ਚੰਗਾ, ਮਸਾਲਾ ਜਿਹਾ ਲਾ ਦੀ ਆਪਦੇ ਵੱਲੋਂ ਲਾ ਦੂੰਗਾ, ਤੂੰ ਨਾ ਟੈਨਸ਼ਨ ਲੈ। ਬਾਪੂ ਕਿਤੇ ਨਹਾਉਣ ਵੀ ਨਾ ਵਗ ਗਿਆ ਵੇ। ਬਾਪੂ ਲੈ ਆਉਂਦਾ ਗਾ, ਚੱਲ ਹੁਣ ਗੱਲ ਨੂੰ ਸਾਂਭ ਲਈ। ਮੈਂ ਸਾਂਭ ਲੂ, ਆਪੇ ਸਾਂਭ ਲੂ। ਉਹ ਆਇਆ ਬਾਪੂ, ਫੇਰ ਨਾ ਲਈ ਤੂੰ। ਚੰਗੀ ਗੱਲ ਆ ਪੁੱਤਾ, ਆ ਪ੍ਰਵੀਨ ਜੀ ਕਹਿੰਦੀ ਸੀ ਮੈਂ ਤਾਂ ਬਾਹਰ ਲਾਉਣਾ ਸੀ ਠੇਕੇ ਤੇ, ਜੇ ਤੂੰ ਸਾਂਭ ਲਈਗਾ ਆਪਾਂ ਕਿਉਂ ਠੇਕੇ ਤੇ ਲਾਵਾਂਗੇ, ਤੂੰ ਬਿਜਲੀ। ਮੈਂ ਸਾਂਭੂਗਾ, ਤੂੰ ਟੈਨਸ਼ਨ ਨਾ, ਮੇਰੇ ਤੇ ਛੱਡ ਦੇ, ਠੇਕੇ ਦੇਣ ਦੀ ਲੋੜ ਨਹੀਂ ਤੈਨੂੰ। ਪੁੱਤੇ ਜੀ ਕੀ ਗੱਲ ਆ, ਹੁਣ ਸੋਲਡੀ ਤੇ ਛੱਡਿਆਗਾ, ਤੁਸੀਂ ਕਿਹੜਾ ਕੋਈ ਉੱਪਰ ਆਉਂਗੇ। ਬਾਪੂ ਟੈਨਸ਼ਨ ਨਾ ਲੈ, ਮੈਂ ਆਪੇ ਜ਼ਮੀਨ ਬੀਜੂਗਾ, ਦੁੱਗਣੀ ਫਸਲ ਕੱਢ ਕੇ ਦਿਖਾਉਣਾ ਨਾਲ ਤੈਨੂੰ। ਚੱਲ ਕੋਈ ਗੱਲ ਨਹੀਂ ਪੁੱਤਾ, ਆਪਣਾ ਤਾਂ ਘਰ ਦਾ ਵਾਹਣਾ ਗਾ, ਕੋਈ ਗੱਲ ਨਹੀਂ, ਮਿਹਨਤ ਕਰ ਆ, ਜੇ ਆਪਾਂ ਫਸਲ ਬੀਜਾਂਗੇ ਤਾਂ ਫੇਰ ਹੀ ਹੋਊਗੀ, ਕੋਈ ਗੱਲ ਨਹੀਂ। ਹਾਂ ਉਹੀ ਆ ਬਾਪੂ, ਹੁਣ ਤੁਸੀਂ ਵੀ ਇਕੱਲੇ ਕਿੱਧਰ ਕਿੱਧਰ ਹੋਵੋਗੇ, ਘਰ ਦਾ ਮਾਂ ਨੂੰ ਦੇਖੋਗੇ ਕਿ ਜ਼ਮੀਨ ਦਾ ਦੇਖੋਗੇ। ਨਾ ਪੁੱਤਾ, ਮੈਂ ਤੈਨੂੰ ਦੱਸੀ ਗੱਲ ਆ, ਮੈਂ ਤਾਂ ਠੇਕੇ ਤੇ ਲਾਉਂਦਾ। ਠੇਕੇ ਤੇ ਨਹੀਂ ਲਾਉਣੀ, ਬਸ ਮੈਂ ਕਹਿਤਾ ਨਾ ਮੈਂ ਬੀਜੂਗਾ। ਹਾਂ ਚਲੋ ਠੀਕ ਆ, ਜੇ ਕੋਈ ਹੁਣ ਆਇਆ ਮੈਂ ਉਹਨੂੰ ਜਵਾਬ ਦੇ ਦੂੰਗਾ। ਹਾਂ ਜਵਾਬ ਦੇ ਦੇ ਹੁਣ ਤੂੰ। ਭਾਈ ਅਸੀਂ ਤਾਂ ਆਪ ਬੀਜਾਂਗੇ। ਹਾਂ ਕਿੱਡਾ ਔਖਾ, ਜਾਂ ਕਿ ਮੋਟਰ ਛੱਡਣੀ ਹੈ, ਆਪਣਾ ਕਿਹੜਾ ਪਾਣੀ ਕਿਸ ਪਾਸੇ ਨਿਕਲਦਾ ਗਾ, ਵੀ ਟਾਈਮ ਲੱਗਦਾ ਗਾ, ਆਪਣਾ ਪਾਣੀ ਤਾਂ ਭਾਵੇਂ ਦਿਨ ਰਾਤ ਮੋਟਰ ਚੱਲੀ ਜਾਵੇ ਇਸਦੇ ਪਾਣੀ ਨਹੀਂ ਪੈਂਦਾ। ਹਾਂ ਇੱਕੋ ਪਟਾ ਆਪਾਂ ਨਾਲੇ, ਤਾਂ ਹੀ ਤਾਂ ਕਹਿਣਾ ਵੀ ਆਪਣਾ ਵਾਹਣ ਕਰਨਾ ਕੋਈ ਔਖਾ ਤਾਂ ਹੈ ਨਹੀਂ ਗਾ। ਉਹ ਚੱਲ ਮੈਂ ਤਾਂ ਫਿਰ ਵੀ ਸਣੀ ਕਹਿ ਕੇ ਗਿਆ ਸੀਗਾ, ਚੱਲ ਕੋਈ ਰਹਿਣ ਦੀ ਆਪਣਾ ਸਰਦਾ ਗਾ, ਚੰਗੀ ਗੱਲ ਆ ਵੀ ਤੂੰ ਇੱਥੇ ਰਹਿ ਕੇ ਕਰੀਂਗਾ, ਚੰਗੀ ਗੱਲ ਆ। ਉਹੀ ਆ ਨਾਲੇ ਤਾਂ ਅਸੀਂ ਜ਼ਮੀਨ ਦਾ ਦੇਖ ਲਾਂਗੇ, ਨਾਲੇ ਰੋਟੀ ਟੁੱਕ ਦਾ ਸਾਂਭ ਲਿਆ ਕਰੂੰਗੀ ਮੈਂ। ਹੁਣ ਮਾਂ ਦਾ ਤਾਂ ਪਤੀ ਆ ਬਾਪੂ, ਤੈਨੂੰ ਮਿੰਟਾਂ 'ਚ ਬਿਮਾਰ ਹੋ ਕੇ ਪੈ ਜਾਂਦੀ ਹੈਗੀ, ਹੈਂ? ਜੇ ਤੂੰ ਕੋਲੇ ਰਹੇਂਗੀ ਨਾਲੇ ਚੱਲ ਉਹਨੂੰ ਹੌਸਲਾ ਜਿਹਾ ਰਹੂਗਾ। ਉਹੀ ਆ ਵੀ ਚੱਲ ਉਹਦਾ ਮਨ ਕੁਛ ਹੋਰ ਹੋ ਜਾਊਗਾ, ਅਸੀਂ ਵੀ ਤਾਂ ਹੀ ਦੋ ਇਹ ਜੀਆਂ ਨੇ ਸੋਚੇ ਵੀ ਚੱਲ ਉਰੇ, ਨਹੀਂ ਸਾਡੇ ਕਿਹੜਾ ਜੀ ਕਰਦਾ ਸੀ ਵੀ ਇਹ ਨੌਕਰੀ ਛੱਡ ਦੇਣਾ ਆਪਦੀ, ਹੈ? ਵਧੀਆ ਬਣੀ ਜਾਂਦੇ ਸੀ ਚਾਰ ਪੈਸੇ ਬਾਪੂ,
ਅਸੀਂ ਸੋਚਿਆ ਵੀ ਚੱਲ ਬੇਬੇ ਬਾਪੂ ਇਕੱਲੇ ਨੇ ਛੱਡ ਕੇ ਜਾਣ ਨੂੰ ਕਿੱਥੇ ਦਿਲ ਮੰਨਦਾ ਗਾ। ਬਾਪੂ ਤੁਹਾਡੇ ਕਰਕੇ ਨੌਕਰੀ ਛੱਡ ਰਿਹਾ ਮੈਂ ਹੁਣ, ਬਸ ਮੇਰਾ ਖਿਆਲ ਰੱਖਿਓ ਤੁਸੀਂ। ਨਾ ਪੁੱਤਾ, ਖਿਆਲ ਨੂੰ ਕਹਿੰਦੇ ਰੱਖਦੇ, ਤੇਰੀ ਰੱਖਾਂਗੇ, ਹੋਰ ਆਪਾਂ ਕਿਹਦੇ ਰੱਖਣਾ। ਮੈਂ ਠੇਕੇ ਦੇ ਦੇ ਤੂੰ ਬਾਅਦ ਚ। ਨਹੀਂ ਨਹੀਂ ਪੁੱਤਾ, ਸਾਰਾ ਕੁਝ ਮੈਨੂੰ ਪਤਾ ਗਾ, ਜੇ ਤੂੰ ਪਹਿਲਾਂ ਛੱਡ ਕੇ ਆਏਗਾ ਅਸੀਂ ਕੱਢਦੇ ਇੱਥੋਂ, ਕੁਝ ਲੁਕੋ ਕੇ ਰੱਖਣਾ। ਨਾਲੇ ਬਾਪੂ ਮਾਂ ਨੂੰ ਇੱਕ ਗੱਲ ਹੋਰ ਕਹਿ ਦੀ, ਜੇ ਇੱਕ ਸਨੀ ਗਿਆ ਨਾ ਆ ਦੂਜਾ ਸਨੀ ਹੈਗਾ, ਨਾਲੇ ਇਹਨੂੰ ਵੀ ਸਨੀ ਨੂੰ ਸਮਝਿਆ ਕਰੇ ਉਹ। ਹੋਰ ਸਨੀ ਬਣਾ ਕੇ ਫੇਰ ਸੁਣ ਨੂੰ ਕਿਹਾ ਹੈਗਾ ਇੱਥੇ, ਇਹ ਕਿਹੜਾ ਕੋਈ ਉੱਪਰ ਹੈਗਾ। ਮਾਂ ਨੂੰ ਵੀ ਕਹੀ ਦੇ, ਮੇਰੀ ਗੱਲ ਸੁਣ, ਮੈਨੂੰ ਪਤਾ ਮਾਂ ਦਾ ਦਿਲ ਨਹੀਂ ਠਹਿਰਦਾ ਹੈਗਾ, ਮਾਂ ਨਾਲ ਗੱਲ ਕਰੀ ਲੈਣੇ ਆ ਆਪਾਂ। ਚੱਲ ਕਰ ਲੈਣੇ, ਕਿਉਂਕਿ ਸਾਰੇ ਪਰਿਵਾਰ 'ਚ ਗੱਲ ਕੀਤੀ ਬਾਬਾ ਬਾਪੂ, ਤੈਨੂੰ ਵੀ ਪਤਾ ਚੰਗੀ ਹੁੰਦੀ ਆ। ਗੱਲ ਤਾਂ ਠੀਕ ਆ ਮਾਂ, ਚਲੋ ਤਾਂ ਤੇਰੀ ਗੱਲ ਠੀਕ ਆ, ਸਮਝਦਾ ਗਾ ਤੂੰ, ਤੇ ਤੁਸੀਂ ਕਰ ਲਓ, ਮੈਂ ਤਾਂ ਤੁਹਾਡੇ ਨਾਲ ਗੱਲ ਕਰ ਹੀ ਲਈ, ਮੈਂ ਨਹਾ ਲੈਂਦਾ ਇਹਨੂੰ। ਠੀਕ ਹੈ, ਠੀਕ ਹੈ ਨਾ। ਹਾਂ ਆ ਵੀ ਤੇਰੀ ਗੱਲ ਠੀਕ ਹੈ। ਮੇਰੀ ਗੱਲ ਸੁਣ ਲੈ ਹੁਣ ਮਾੜਾ ਜਿਹਾ ਨਾ, ਆਪਦੇ ਹਿਸਾਬ ਨਾਲ ਮਾਂ ਨਾਲ ਗੱਲਾਂ ਕਰ। ਬਿਮਾਰ ਮੈਂ ਤੇਰੇ ਕਰਕੇ ਨੌਕਰੀ ਛੱਡ ਰਿਹਾ, ਮੈਂ ਹੁਣ ਤੇਰੇ ਕੋਲ ਰਿਹਾ ਕਰੂੰਗਾ। ਨੌਕਰੀ ਛੱਡੇਗਾ? ਹਾਂ ਮਾਂ, ਪਰ ਮੇਰਾ ਵੀ ਜੀ ਨਹੀਂ ਲੱਗਦਾ, ਤੂੰ ਬਿਮਾਰ ਰਹਿਣੀ, ਮੈਨੂੰ ਬੜੀ ਟੈਨਸ਼ਨ ਹੋ ਜਾਂਦੀ ਤੇਰੇ ਕਰਕੇ। ਗੱਲ ਸੁਣ ਮਾਂ, ਇਹਨਾਂ ਨੂੰ ਤੇਰੇ ਉੱਤੇ ਦੀ ਨੌਕਰੀ ਥੋੜੀ ਚੰਗੀ ਆ, ਨੌਕਰੀਆਂ ਹੋਰ ਬਥੇਰੀਆਂ ਮਿਲਦੀਆਂ ਰਹਿਣਗੀਆਂ, ਕੁਛ ਨਹੀਂ ਹੁੰਦਾ। ਤੇਰੇ ਕਰਕੇ ਉਹਨੂੰ ਨੌਕਰੀ ਛੱਡਤੀ, ਮੈਂ ਸਾਰੀ ਜ਼ਮੀਨ ਹੁਣ ਮੈਂ ਬੀਜੂਗਾ, ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਤੂੰ ਬਸ ਬੈਠਿਆ ਕਰ, ਰੋਟੀਆਂ ਖਾਇਆ ਕਰ ਤੇ ਨਾਮ ਜਪਿਆ ਕਰ। ਹਾਂ ਘਰ ਦੀ ਤਾਂ ਟੈਨਸ਼ਨ ਲੈਣੀ, ਮਾਂ ਤਾਂ ਜਮੀ ਛੱਡ ਦੇ, ਰੋਟੀ ਟੁੱਕ ਮੈਂ ਆਪੇ ਕਰ ਲਿਆ ਕਰੂੰ। ਹਾਂ ਖੇਤ ਦਾ ਇਹ ਸਾਂਭ ਲੈਣਗੇ। ਤੁਸੀਂ ਇੱਥੋਂ, ਮੈਂ ਕੋਈ ਟੈਨਸ਼ਨ ਨਹੀਂ, ਮੈਨੂੰ ਕੋਈ ਫਿਕਰ ਨਹੀਂ ਹੈਗਾ, ਮੈਂ ਉਹਦੇ ਨਾਲ ਬੈਠੀ ਰਿਹਾ ਕਰਾਂ। ਹਾਂ ਸਭ ਪਤਾ ਮੈਨੂੰ ਤੇਰੇ ਦਿਮਾਗ 'ਚ ਕੀ ਚੱਲਦਾ ਰਹਿੰਦਾ, ਮਿੰਟ ਮਿੰਟ ਤੇ ਤੈਨੂੰ ਮਾਂ ਗੋਲੀ ਦੇਣੀ ਪੈਂਦੀ ਹੈਗੀ। ਨਹੀਂ ਨਹੀਂ ਹੁਣ ਨਹੀਂ ਆਈ, ਇੰਨਾ ਲੋੜ ਨਾ ਲਿਆ ਕਰ ਮਾਂ, ਕਦੇ ਦਿਮਾਗ ਦੀ ਨਾਲੀ ਫੜ ਜੂਗੀ। ਨਹੀਂ ਬੁੱਤ ਹੁਣ ਨਹੀਂ ਕਰਦੀ। ਤੇ ਨਾਲੇ ਸਨੀ ਦਾ ਫੋਨ ਆਇਆ ਸੀ, ਉਹ ਪਹੁੰਚ ਗਿਆ ਠੀਕ ਠਾਕ। ਅੱਛਾ ਹਾਂ, ਵਧੀਆ ਠੀਕ ਪਹੁੰਚ ਗਿਆ, ਠੀਕ ਠਾਕ ਪਹੁੰਚ ਗਿਆ। ਮੈਨੂੰ ਕਹਿੰਦਾ ਸੀਗਾ, ਕਹਿੰਦਾ ਮੈਂ ਮਾਂ ਨਾਲ ਫਿਰ ਗੱਲ ਕਰੂੰਗਾ, ਭੈਣੇ ਤੂੰ ਇੱਕ ਵਾਰੀ ਮੰਮੀ ਨੂੰ ਦੱਸ ਦੇ ਵੀ ਮੈਂ ਪਹੁੰਚ ਗਿਆ। ਚਲ ਠੀਕ ਹੈ, ਰੋਟੀ ਖਾ ਲਈ ਉਹਨੇ? ਹਾਂ ਮਾਂ ਰੋਟੀ ਖਾ ਲਈ, ਸਾਰਾ ਕੁਝ ਕਰ ਲਿਆ ਉਹਨੇ, ਤਾਂ ਮਾਂ ਹੁਣ ਫਿਕਰ ਨਾ ਕਰਿਆ ਕਰੇ ਮੇਰੇ, ਤੂੰ ਫਿਕਰਾ ਕਰਨ ਛੱਡ ਦੇ ਹੁਣ। ਠੀਕ ਹੈ, ਹਾਂ ਤੂੰ ਰੋਟੀ ਖਾ ਲਾ ਹੁਣ, ਤੂੰ ਹਾਂ ਰੋਟੀ ਖਾ, ਤੂੰ ਮਾਂ ਸਿਆਣੀ ਬਣ ਕੇ ਰੋਟੀ ਖਾ, ਲੈ ਰੋਟੀ ਪਾ ਦੇ ਮਾਂ। ਹਾਂ ਮੈਂ ਪਾਉਣੀ ਆ, ਚੱਲ ਮਾਂ ਤੁਹਾਨੂੰ ਵੀ ਪਾ ਦੇਵਾਂ। ਹਾਂ ਹਾਂ ਬਾਪੂ ਮੈਨੂੰ ਬੁਲਾਇਆ ਸੀ। ਹਾਂ ਪੁੱਤ। ਹਾਂ ਦੱਸ ਬਾਪੂ। ਉਹ ਤਾਂ ਮੈਂ ਬੁਲਾਇਆ ਸੀ। ਹਾਂ ਹਾਂ ਪੁੱਤ, ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਹਿਸਾਬ ਕਿਤਾਬ ਜਾ ਕਰ ਲਿਆ ਸੀ, ਆੜਤੀਆਂ ਨਾਲ ਸਾਰਾ ਨਿਬੜ ਗਿਆ ਆਪਣਾ। ਹਾਂ ਬਾਪੂ, ਉਹ ਆਪਾਂ ਕਹਿੰਦੇ ਥੋੜ੍ਹੇ ਜਿਹੇ ਪੈਸੇ ਵੱਧ ਗਏ, ਉਹ ਦੇਣੇ ਆ ਉਹਨੂੰ। ਆਪਣੇ ਘਰ ਟੁੱਟ ਗਏ? ਹਾਂ ਬਾਪੂ। ਅੱਛਾ ਜੀ। ਦੇ ਬਾਪੂ, ਜਦੋਂ ਤੂੰ ਬਿਮਾਰ ਹੋਇਆ ਸੀ ਉਦੋਂ ਪੈਸੇ ਫੜ ਕੇ ਲਿਆਇਆ ਮੈਂ, ਜਦੋਂ ਮਾਂ ਬਿਮਾਰ ਹੋਈ ਉਦੋਂ ਫੜ ਕੇ ਲਿਆ, ਨਾਲ 2-3 ਸਾਲ ਹੋ ਗਏ, ਫਸਲ ਤਾਂ ਨਿਕਲਦੀ ਨਹੀਂ ਪਈ, ਘਾਟਾ ਹੀ ਪਈ ਜਾਂਦਾ। ਨਾਲੇ ਹੁਣ ਬਾਪੂ ਤੈਨੂੰ ਵੀ ਪਤਾ ਬਰਸਾਤਾਂ ਦਾ ਮੌਸਮ ਹੋ ਰਿਹਾ ਹੈਗਾ, ਕਿੱਥੇ ਆਪਾਂ ਨੂੰ ਕੁਛ ਬਚਦਾ। ਉਹ ਮੈਨੂੰ ਹਿਸਾਬ ਹੀ ਨਹੀਂ ਆਇਆ ਬਾਪੂ। ਹਾਂ ਤਾਂ ਮਤਲਬ ਠੀਕ ਹੈ। ਚੱਲ ਬਾਪੂ ਦੇਖ, ਤੂੰ ਮਨ ਨਾ ਵਾਲਾ ਕਰ, ਅਸੀਂ ਤਾਂ ਜਿੰਨੇ ਜੋਗੇ ਸੀ ਤੁਹਾਡੇ ਨਾਲ ਹੀ ਖੜੇ ਸੀਗੇ, ਉਹ ਤਾਂ ਠੀਕ ਹੈ, ਹੁਣ ਰੱਬ ਦੀ ਦੇਣ ਆ ਉਹ ਤਾਂ।
ਚਲੋ ਠੀਕ ਹੈ, ਕੋਈ ਗੱਲ ਨਹੀਂ, ਸਾਈਂ ਵਾਲਾ ਆ ਜਾਵੇ ਤਾਂ ਸਰ। ਠੀਕ ਹੈ ਬਾਪੂ, ਠੀਕ ਹੈ। ਠੀਕ ਹੈ ਪੁੱਤ, ਕੋਈ ਗੱਲ ਨਹੀਂ, ਆਈ ਬੁਲਾਜ ਮੈਂ ਤਾਂ। ਬਾਪੂ ਮੈਂ ਤੇਰੀ ਧੀ ਹਾਂ, ਆਖਰ ਨੂੰ ਇੰਨਾ ਕੁ ਤਾਂ ਸਮਝਦੀ ਹੈ ਵੀ ਤੇਰੇ ਮਨ 'ਚ ਕੀ ਚੱਲ ਰਿਹਾ। ਨਾ ਨਾ ਪੁੱਤ, ਮੈਂ ਤਾਂ ਪੁੱਛਿਆ ਜੀ, ਵੈਸੇ ਮੈਂ ਪੁੱਛਣ ਦਾ ਚੱਲ ਮੇਰਾ ਹੱਕ ਆ ਗਿਆ ਅਤੇ ਮੈਂ ਪੁੱਛਿਆ ਨਹੀਂ ਨਾ, ਢਿੱਲਾ ਮਿੱਠਾ ਜਿਹਾ ਹੋ ਗਿਆ ਸੀਗਾ ਵੀ ਮੁੜ ਕੇ ਆਖੋ ਬਾਪੂ ਨੇ ਕੁਛ ਵੀ ਨਹੀਂ ਪੁੱਛਿਆ ਮੈਥੋਂ, ਵੀ ਤਾਂ ਮੈਂ ਪੁੱਛਿਆ ਸੀਗਾ। ਕੋਈ ਗੱਲ ਨਹੀਂ, ਦੱਸਤਾ ਕੋਈ ਨਹੀਂ, ਆਪਾਂ ਦੇ ਦੇਵਾਂਗੇ ਪੈਸੇ, ਤਾਂ ਨਹੀਂ ਆਪਾਂ ਰੱਖਦੇ ਆ ਪੌਦੇ, ਨਿਬੜਾਂਗੇ ਸਹੀ, ਨਿਬੜਾਂਗੇ ਆਪਾਂ ਅਗਲੇ ਨਾਲ। ਪਤਾ ਕੀ ਬਾਪੂ, ਸਾਨੂੰ ਤਾਂ ਸ਼ਰਮ ਜੀ ਆਈ ਜਾਂਦੀ ਸੀ ਤੇਰੇ ਨਾਲ ਗੱਲ ਕਰਨ ਲੱਗੀ, ਵੀ ਲੋਕ ਤਾਂ ਕਹਿੰਦੇ ਨੇ ਵੀ ਹਾਂ ਜ਼ਮੀਨ 'ਚ ਇੰਨਾ ਕੁਛ ਬਚ ਗਿਆ, ਪਰ ਸਾਡੇ ਵੱਲੋਂ ਤਾਂ ਬਚਣ ਦੀ ਬਜਾਏ ਹੋਰ ਹੋਰ ਰੱਖੀ ਜਾਂਦੇ ਨੇ। ਹੁਣ ਉੱਧਰੋਂ ਮਾਂ ਵੀ ਮਿੰਟਾਂ 'ਚ ਬਿਮਾਰ ਹੋ ਜਾਂਦੀ ਆ, ਬਾਬਾ ਤੂੰ ਵੀ ਬਿਮਾਰ ਰਹਿੰਦਾ, ਫਿਰ ਹੁਣ ਕੀ ਕੀ ਕਰੀਏ, ਘਰ ਦੇ ਖਰਚੇ ਵੀ ਨੇਗੇ, ਫਿਰ ਉੱਧਰ ਸੁਨੀਲ ਨੂੰ ਵੀ ਦੇਣੇ ਪੈਂਦੇ ਨੇ, ਤੁਹਾਨੂੰ ਪਤਾ ਹੀ ਆ। ਕੀ ਹੋ ਗਿਆ ਪੁੱਤ? ਕੋਈ ਗੱਲ ਨਹੀਂ ਪੁੱਤ, ਕੋਈ ਗੱਲ ਨਹੀਂ, ਇਹ ਵੀ ਨਾ ਤੁਸੀਂ ਆਓ ਕੀ ਗੱਲ। ਉਹ ਤਾਂ ਮੈਂ ਇਹ ਗੱਲ ਕਰਦੇ ਸੀਗੇ ਵੀ ਬਾਪੂ ਪੁੱਛਦਾ ਸੀ ਤੁਹਾਨੂੰ ਪਤਾ ਹੀ ਆ, ਹੁਣ ਇੱਕ ਤਾਂ ਮੀਂਹ ਦੇ ਪੈਣ ਕਰਕੇ ਫਸਲਾਂ ਫੁਸਲਾਂ ਕਿਹੜੀਆਂ ਹਨਾ, ਹੁਣ ਡੁੱਬੀ ਗਈਆਂ, ਤੇ ਬਾਕੀ ਦਾ ਸਾਨੂੰ ਇੰਨਾ ਹਿਸਾਬ ਕਿਤਾਬ ਹਜੇ ਕਿੱਥੇ ਆ ਇਹਨਾਂ ਦਾ, ਤੇ ਕੁਛ ਮੁਨਾਫ਼ਾ ਜਿਹਾ ਤਾਂ ਲੱਗਿਆ ਨੀ ਸਾਨੂੰ, ਤੇ ਇਹ ਤਾਂ ਤੁਹਾਨੂੰ ਪਤਾ ਬਾਪੂ ਵੀ ਨੌਕਰੀ ਤੋਂ ਵੀ ਹਟ ਗਏ ਹਨਾ, ਤੇ ਅਸੀਂ ਐਂ ਸੋਚਦੇ ਸੀ ਹੁਣ ਵੀ ਨਾ ਤਾਂ ਸਾਨੂੰ ਇਹਦਾ ਕੋਈ ਹਿਸਾਬ ਕਿਤਾਬ ਆਇਆ, ਉਲਟਾ ਕਰਜ਼ਾ ਹੋਰ ਚੜ ਗਿਆ ਆਪਣੇ ਸਿਰ, ਵੀ ਕਿਉਂ ਨਾ ਇਹ ਨੌਕਰੀ ਤੇ ਦੁਬਾਰੋਂ ਲੱਗ ਜਾਣ। ਹਾਂ ਕਰਜ਼ਾ ਚੜ ਗਿਆ। ਹਾਂ ਮਾਂ, ਤੂੰ ਦੱਸ ਚੋ ਕੁਛ ਬਚਿਆ ਨੀ? ਕੁਛ ਨੀ ਬਚਿਆ ਮਾਂ। ਤੈਨੂੰ ਕਿਸੇ ਨੂੰ ਕੁਛ ਕਿਹਾ? ਕੋਈ ਗੱਲ ਨੀ, ਮੈਨੂੰ ਪਤਾ ਮਾਂ ਦੇ ਦਿਲ ਚ ਕੀ ਚੱਲ ਰਿਹਾ, ਮਾਂ ਨੂੰ ਆਏ ਵੀ ਸ਼ਾਇਦ ਅਸੀਂ ਖਾ ਗਏ, ਤੁਸੀਂ ਕਰਿਆ ਮੈਂ ਤੁਹਾਡੇ ਵਾਸਤੇ ਵੀ ਸੋਚੂ, ਕੋਈ ਗੱਲ ਨੀ, ਤੁਹਾਡਾ ਮੈਂ ਕੋਈ ਮਿਹਨਤ ਜਾਇ ਨੀ ਜਾਣ ਦਿੰਦਾ। ਹਾਂ ਕੋਈ ਗੱਲ ਨੀ, ਤੂੰ ਟੈਨਸ਼ਨ ਨਾ ਲੈ, ਸੋਚਿਆ ਚੱਲ ਕੋਈ ਨੀ ਬਾਪੂ, ਦੇਖ ਲੋ ਜਿਵੇਂ ਤੁਹਾਨੂੰ ਸਹੀ ਲੱਗਦਾ। ਠੀਕ ਹੈ ਠੀਕ ਹੈ, ਜਾ। ਕੀ ਹੋ ਰਿਹਾ ਹੈ, ਕੀ ਹੋ ਰਿਹਾ ਹੈ? ਉਹ ਹੋਣਾ ਕਿਹੜਾ ਸੀ, ਜਿਹੜਾ ਕੁਛ ਨਹੀਂ ਹੋਣਾ ਸੀ ਉਹ ਹੋ ਗਿਆ। ਕਿਵੇਂ? ਮੈਨੂੰ ਪਤਾ ਸੀਗਾ, ਲਾਤਾ ਮੈਨੂੰ ਖੂੰ ਚ ਇਹਨਾਂ ਨੇ, ਗੱਲ ਨਹੀਂ ਬਾਤ ਨਹੀਂ, ਹੁਣ ਮੈਂ ਇਹਨਾਂ ਨੂੰ ਕੀ ਕਹਾਂ, ਨਿੰਬੂ ਨਹੀਂ ਨਿਚੋੜਦੇ ਹੁੰਦੇ, ਨਿੰਬੂ ਨਿਚੋੜ ਕੇ ਐਂ ਸੁੱਟ ਦਿੰਦੇ ਆ, ਜੇ ਉਹਦੀ ਲੋੜ ਨਹੀਂ ਉਹ ਕੰਮ ਹੋ ਗਿਆ ਮੇਰੇ ਨਾਲ ਤਾਂ। ਨਹੀਂ ਨਿੰਬੂ ਨਿਚੋੜਨ ਵਾਲੀ ਕੀ ਗੱਲ ਹੈ, ਆ ਜਿਹੜੇ 2 ਕਿੱਲੇ ਬਚ ਗਏ ਇਹਨਾਂ ਦੇ ਸਹਾਰੇ ਹੀ ਬਚ ਗਏ, ਪਹਿਲਾਂ ਤਾਂ ਤੂੰ ਬਿਮਾਰ ਹੋਇਆ ਫਿਰ ਮੈਂ ਹੋ ਗਈ, ਪੈਸੇ ਤਾਂ ਲੱਗੇ ਹੀ ਜਾਂਦੇ ਨੇ, ਹੁਣ ਇਹ ਕਿੱਥੋਂ ਹਰੇ ਕਰੀ ਜਾਣ, ਘਰ ਚੋਂ ਹੀ ਲੱਗਦੇ ਨੇ। ਤੂੰ ਆਹ ਗੱਲ ਕੀ ਕਹਿਣੀ ਹੈ, ਪੈਰਾਸੀਟਾਮੋਲ ਗੋਲੀਆਂ ਦਾ ਪੱਤਾ 10 ਰੁਪਏ ਦਾ ਆਉਂਦਾ, ਮੈਨੂੰ ਉਹੀ ਖਵਾਈ ਗਏ ਆ ਢਿੱਲੇ, ਹੁਣ ਦੱਸ ਕੀ ਮੇਰੇ ਤੇ ਇਹਨਾਂ ਨੇ ਪੈਸੇ ਲਾਤੇ, ਉਹ ਵੀ ਵਾਧੂ ਬਣਾ ਤੇ, ਮੈਨੂੰ ਤਾਂ ਲੱਗਦਾ ਢਿੱਲੇ ਹੁਣ ਤੇ ਮੇਰੇ ਰੁਪਈਏ ਸਾਰੇ 30-40 ਰੁਪਏ ਲੱਗੇ ਹੋਣਗੇ, ਮੈਨੂੰ ਪਤਾ ਇਹਨਾਂ ਦੇ ਲੱਖਾਂ 'ਚ। ਲੈ ਤੂੰ ਤਾਂ ਐਵੇਂ ਧੀ ਤੇ ਦੋਸ਼ ਲਾਈ ਜਾਂਦਾ ਬਈ, ਪੈਰਾਸੀਟਾਮੋਲ ਦੇ ਪੱਤੇ 10 ਗੋਲੀਆਂ ਹੁੰਦੀਆਂ, ਜੇ ਇੱਕ ਵੀ ਰੋਜ਼ ਲਵਾਂ 10 ਰੁਪਏ ਬਣ ਕੇ, 3 ਪੱਤੇ ਲੱਗੇ ਮਹੀਨੇ ਦੇ, ਵੱਧ 4 ਲੱਗ ਜਾਣਗੇ, 40 ਰੁਪਈਆਂ ਦੇ ਲੱਗੇ ਆ, ਕਿੰਨਾ ਵੀ ਚਿਰ ਮਹੀਨੇ 2 ਮਹੀਨੇ ਢਿੱਲਾ ਲਾ ਲਾ, ਹੋਰ ਤਾਂ ਮੈਨੂੰ ਇਹਨਾਂ ਨੇ ਗੋਲੀ ਦਿੱਤੀ ਨਹੀਂ। ਬਾਪੂ ਆਹ ਲੈ ਲੈ, ਇਹ ਬਾਹਲੀ ਵਧੀਆ ਹੈ, ਸਰੀਰ ਨੂੰ ਵੀ ਤਾਕਤ ਦਿੰਦੀ ਹੈ, ਐਂ ਕਰਕੇ ਦੇ ਦਿੰਦੇ ਸੀਗੇ। ਤੇ ਮੇਰਾ ਵੀ ਇਲਾਜ ਕਰਾਇਆ, ਐਂ ਤਾਂ ਤੈਨੂੰ ਪਤਾ ਹੀ ਹੈ। ਉਹ ਤੇਰਾ ਇਲਾਜ ਕਰਾਇਆ, ਤੈਨੂੰ ਕਿਹੜਾ ਦੂਜੇ ਨਕੋਦਰਾ ਹੀ ਦਿੰਦੇ ਗਏ ਆ, ਪੈਰਾਸੀਟਾਮੋਲ ਤੈਨੂੰ ਦੇਈ ਗਏ, ਤੈਨੂੰ 10 ਰੁਪਏ ਨੇ ਸਭ ਵੱਡੇ ਹਸਪਤਾਲ 'ਚ ਦਾਖਲ ਕਰਾਤਾ, ਮੇਰੇ ਕੋਲ ਨਾ ਇੰਨੇ ਬਾਹਲੀ ਤਰਫਦਾਰੀ ਜੀ ਨੇ ਕਰ, ਮੈਨੂੰ ਸਾਰਾ ਪਤਾ ਹੀ ਹੈ, ਕੀ ਹੋ ਗਿਆ ਮੈਂ ਬੋਲਦਾ ਨੀਗਾ।
ਆਦੀ ਆਦਾ ਮਾਤਾ ਦੇ ਕੋਲ ਰੱਖ ਐਵੇਂ ਬਹਿ ਜਾਣੇ ਕੁੜੀ ਦੀ ਸਪੋਰਟ ਜੀ ਕਰਨਾ। ਸਪੋਰਟ ਮੈਂ ਨਹੀਂ ਕਰਦੀ, ਐਂ ਤਾਂ ਦੇਖ ਲਾ ਕੈ ਸਾਰ ਹੋ ਗਏ ਬੈਠੇ ਨੂੰ ਆਪਣੇ ਕੋਲ, ਆਪਣੇ ਪਿੱਛੇ ਬੈਠੇ ਨੇ, ਹੁਣ ਪ੍ਰਾਹੁਣੇ ਨੇ ਤਾਂ ਨੌਕਰੀ ਵੀ ਛੱਡਤੀ, ਹੋਰ ਦੱਸ। ਨੌਕਰੀ ਛੱਡਤੀ ਮੈਨੂੰ ਦੀਂਦਾ ਵੀ ਨੌਕਰੀ ਛੱਡਤੀ ਤੇ ਗੱਲ ਐਂ ਦੇਖ ਲਾ ਵੀ ਫਸਲ ਕਿੱਦਾਂ ਜਾਂਦੀ ਹੈ, ਪੈਸੇ ਵੀ ਇਹਨਾਂ ਕੋਲ ਆਉਂਦੇ ਫਸਲ ਦੇ। ਉਹ ਤਾਂ ਕਹਿੰਦੇ ਆਪਣੇ ਤੇ ਕਰਜ਼ਾ ਡਿੱਗ ਪਿਆ ਸਮਾ, ਹੋਰ ਵੀ ਪੈ ਗਿਆ ਆਪਣੇ ਤੇ ਕਰਜ਼ਾ। ਉਹ ਤਾਂ ਮੈਂ ਕਹਿ ਦਿੰਦਾ, ਉਹ ਤਾਂ ਮੈਨੂੰ ਵੀ ਕਹਿੰਦਾ ਵੀ ਤੇਰੇ ਤੇ ਪੈਸੇ ਲਾ ਕੇ, ਹੁਣ ਪੁੱਛ ਲਈ ਹਿਸਾਬ ਕਿਤਾਬ ਵੀ ਬਾਪੂ ਤੂੰ ਕਿੰਨੇ ਲੱਗ ਗਏ, ਪਤਾ ਕੀ ਕਹਿਣਗੇ, ਬਾਪੂ ਬਾਹਰ ਤਾਂ ਨਹੀਂ ਲੱਗੇ, ਬਸ 5 ਲੱਖ 6 ਲੱਖ ਤੇ ਲੱਗਿਆ ਹੋਊਗਾ, ਬਸ 6-7 ਲੱਖ ਇਹਦੇ ਲੱਗਿਆ ਹੋਊ, ਮੈਂ 40-50 ਰੁਪਏ ਕਹਿਣਾਗਾ, ਇਹ 7 ਲੱਖ ਬਣਾ ਦੇਣੇ, ਕੋਈ ਹਿਸਾਬ ਕਿਤਾਬ ਮਿਲਦਾ ਇਹਨਾਂ ਨਾਲ। ਮਾਰੀ ਜਾਂ ਆਪਦੀ ਭਕਾਈ ਆਖੇ ਪੈਰਾਸੀਟਾ ਮੋਲ ਦਿੰਦੇ ਸੀ, ਜਿਹੜਾ ਹਸਪਤਾਲ 'ਚ ਦਾਖਲ ਰੱਖਿਆ ਤੈਨੂੰ ਵੀ ਰੱਖਿਆ ਮੈਨੂੰ ਵੀ ਰੱਖਿਆ, ਐਵੇਂ ਨਹੀਂ ਕਹਿੰਦੇ ਹੈਗੇ ਉਹ, ਕੁੜੀ ਦੇ ਐਵੇਂ ਨਦੋਸ਼ ਜੇ ਲਾਈ ਜਾ ਤੂੰ, ਬਥੇਰਾ ਕੀਤਾ ਉਹਨਾਂ ਨੇ ਆਪਣਾ। ਮਾਰੀ ਜਾਂ ਆਪਦੀਆਂ ਹੀ ਉਹ ਇੱਥੇ ਦੇ ਦੋਸਤ ਲਾਉਣ ਵਾਲੀ ਕੋਈ ਗੱਲ ਨਹੀਂ, ਮੈਨੂੰ ਸਾਰਾ ਪਤਾ ਹੀ ਆ ਕੀ ਹੋ ਗਿਆ, ਮੈਂ ਬੋਲਦਾ ਨੀਗਾ, ਮੈਨੂੰ ਹੀ ਪਤਾ ਕਾਇਦਾ ਹਸਪਤਾਲ 'ਚ ਰਿਹਾ ਕਿੰਨੇ ਪੈਸੇ ਲੱਗਦੇ, ਸਭ ਪਤਾ ਹੀ ਹੈ ਮੈਨੂੰ ਸਭ ਇਹਨਾਂ ਨਾਲ। ਤੈਨੂੰ ਜੇ ਗੱਲ ਅੰਦਰ ਹੀ ਗੱਲ ਦੱਸੋ, ਮੇਰੇ ਮਨ 'ਚ ਹੀ ਆ ਸਾਰੀ, ਇਹਨਾਂ ਨੇ ਡਾਕਟਰ ਨਾਲ ਗੱਲਬਾਤ ਕਰੀ ਵੀ ਸੀ ਉੱਥੇ ਵੀ, ਉੱਥੇ ਜਾ ਕੇ ਮੇਜ਼ ਤੇ ਪਾ ਲਿਆ, ਮੇਜ਼ ਦੇ ਵੀ ਪੈਸੇ ਦਿੰਦੇ ਹੋਣਗੇ ਨਾ ਦਿੰਦੇ ਹੋਣਗੇ, ਡਾਕਟਰ ਇਹਨਾਂ ਦਾ ਸੀਗਾ, ਉੱਥੇ ਵੀ ਪੈਰਾਸੀਟਾਮੋਲ ਹੀ ਦੇ ਗਏ, ਬੇਹੋਸ਼ ਟੀਕਾ ਲਾਉਂਦੇ ਸੀਗੇ, ਵੀ ਇਹ ਬਾਹਲਾ ਬਿਮਾਰ ਪਿਆ ਗਾ, ਜਾਣ ਕੇ ਮੈਨੂੰ ਹਸਪਤਾਲ 'ਚ ਰੱਖਿਆ ਇਹਨਾਂ ਨੇ, ਮੈਨੂੰ ਡੱਕਾ ਨਹੀਂ ਹੋਇਆ ਸੀ, ਸਭ ਪਤਾ ਮੈਨੂੰ। ਇਹ ਵੀ ਰਲੀ ਮਿਲੀ ਉਹਨਾਂ ਨਾਲ, ਤੂੰ ਹੋਰ ਹੀ ਮਰੀ ਜਾਂਦੀ ਆ, ਮਾਨੂੰ ਮੇਰੇ ਕੇ ਗੋਲੀ ਵੱਜੀ ਸੀ, ਬੁਖਾਰ ਚੜਿਆ ਸੀਗਾ, ਕਰਕੇ ਡਾਕਟਰ ਨਾਲ ਗੱਲ ਆ, ਤੇ ਉੱਥੇ 1000-2000 ਉਹਨੂੰ ਦੇਤਾ ਹੋਊਗਾ, ਤੇ ਮੈਨੂੰ ਮੰਨ ਤਾਂ 7-8 ਲੱਖ 'ਚ ਮਾਰਦੀ ਆ ਗੱਲਾਂ। ਤੈਨੂੰ ਇਹੋ ਜਿਹੇ ਸੜੇ ਜਿਹੇ ਵਹਿਮ ਪਾ ਕੇ ਨਹੀਂ ਦਿੱਤੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਛੜੇ ਵਹਿਮ ਨਹੀਂ, ਵਹਿਮ ਵਧੀਆ ਵਧੀਆ, ਮੈਨੂੰ ਪਤਾ ਉਹੀ ਬਾਣ ਮੈਂ ਵੀ ਬੀਜਦਾ ਰਿਹਾ ਹੈਗਾ, 2 ਕਿੱਲਾ 1.5 ਕਿੱਲਾ ਬੈ ਲੈ ਲਿਆ ਸੀ, ਉਹੀ ਬਾਣ ਇਹ ਬੀਜਦੇ ਆ, ਫਸਲ ਕਿੰਨੀ ਹੁੰਦੀ ਕਿੰਨੀ ਨਹੀਂ ਹੁੰਦੀ ਮੈਨੂੰ ਭੋਰਾ ਭੋਰਾ ਜਾਂ ਪਤਾ ਲੱਗਦਾ ਵੀ ਕਿੰਨੇ ਦੀ ਵਿਕ ਗਈ, ਕਿੰਨੇ ਖਰਚ ਹੋਇਆ ਸੀਗਾ, ਵੀ ਮੈਂ ਕਮਲਾ ਬੋਲ ਆ ਰਹੀ ਕੀ ਹੋ ਗਿਆ, ਮੈਂ ਇਹਨਾਂ ਨੂੰ ਨਹੀਂ ਪੁੱਛਿਆ, ਤੇ ਮੈਂ ਆਸੇ ਪਾਸੇ ਪੁੱਛ ਲੈਣਾ ਆੜਤੀਆਂ ਨੂੰ, ਮਾਰਦੀ ਆ ਗੱਲਾਂ। ਤੈਨੂੰ ਤਾਂ ਫਿਰ ਇਹੀ ਗੱਲ ਹੈ, ਤੇਰੇ ਮਨ 'ਚ ਤਾਂ ਛੱਕਾ ਵੀ ਐਵੇਂ ਹੀ ਕਹਿੰਦੇ ਆ ਇਹ। ਹਾਂ ਤੇਰਾ ਨਹੀਂ ਡਾਊਟ ਆਉਂਦਾ ਹੈਗਾ, ਨਾ ਤੂੰ ਕਿਸੇ ਤੇ ਯਕੀਨ ਕਰੇ, ਕਿੰਨੇ ਕੋਈ ਕਰੀ ਜਾਵੇ ਤੇਰਾ, ਨਾ ਤੂੰ ਸ਼ਾਬਾਸ਼ ਦੇਵੇਂ, ਤੂੰ ਤਾਂ ਪਿੱਟ ਲਾਣ 'ਚ ਹੀ ਦੇਣੀ ਹੁੰਦੀ ਹੈ, ਪਤਾ ਹੈ ਤੇਰਾ। ਚੱਲ ਕੋਈ ਨਹੀਂ, ਤੈਨੂੰ ਤਾਂ ਦੱਸੇ ਜੀ ਘੱਟ ਘੱਟ ਯਾਰ, ਤੂੰ ਕਿਹੜਾ ਕਿਸੇ ਦੀ ਮੰਨਣੀ ਹੈ, ਕਿੰਨਾ ਮਰਜ਼ੀ ਮੇਰੇ ਤੇਰੇ ਨਾਲ ਗੱਲ ਕਰੀ ਜੀ ਘੱਟ ਆ, ਤੈਨੂੰ ਤਾਂ ਮੈਂ ਦੱਸੇ ਹੀ ਨਾ ਵੈਲੀ ਗੱਲ, ਮੈਂ ਤੈਨੂੰ ਕਹਿ ਦਿੰਦਾ ਤੂੰ ਸਿਆਣੀ ਹੈ ਬਸ। ਨਹੀਂ ਤੇਰੇ ਜਿੰਨਾ ਸਿਆਣਾ ਤਾਂ ਕੋਈ ਨਹੀਂ। ਸ਼ਾਬਾਸ਼ ਬਾਪੂ, ਆ ਤੂੰ ਸਾਨੂੰ ਚੰਗੀਆਂ ਇਨਾਮਦਾਰੀਆਂ ਦੇ ਰਿਹਾ ਹੈ, ਯੋਗਾ ਪੁੱਤੋ ਦੇਖ ਰੰਗ ਮਿੰਟਾਂ 'ਚ ਬਦਲ ਰਿਹਾ ਬਾਪੂ, ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ, ਨਾ ਕੀ ਪੈਰਾਸੀਟਾਮੋਲ, ਜੇ ਅਸੀਂ ਤੁਹਾਡੇ ਤੇ ਤੁਹਾਨੂੰ ਮਿੰਟਾਂ 'ਚ ਹਸਪਤਾਲ ਲੈ ਜਾਂਦੇ ਸੀ, ਤੁਸੀਂ ਕਹਿੰਦੇ ਵੀ ਆ ਕਿ ਸਾਨੂੰ ਪੈਰਾਸੀਟਾਮੋਲ ਦੇ ਦਿੰਦੇ ਸੀ ਹੈ, ਬਾਪੂ ਮਾੜਾ ਮੋਟਾ ਅਕਲ ਨੂੰ ਹੱਥ ਮਾਰ, ਅਸੀਂ ਤਾਂ ਇਹਨੇ ਤਾਂ ਵਿਚਾਰੇ ਨੇ ਆਪਦੀ ਨੌਕਰੀ ਵੀ ਗਵਾਤੀ ਤੁਹਾਡੇ ਪਿੱਛੇ, ਬਾਪੂ ਤੁਹਾਡੇ ਕਰਕੇ ਨੌਕਰੀ ਛੱਡੀ ਆ ਮੈਂ, ਉਹ ਤਾਂ ਸੁਣਨ ਤਾਂ ਕੁਛ ਨਹੀਂ ਕਿਹਾ ਕਿਸੇ ਨੇ, ਉਹ ਤਾਂ ਮੈਂ ਤਾਂ ਆਪਦੀ ਗੱਲ ਕਰਦਾ, ਮੈਂ ਹਜੇ ਘਰੇ ਪਾ ਲੈਂਦੇ ਮੈਨੂੰ ਪੈਰਾਸੀਟਾਮੋਲ ਹੀ ਦੇ ਜਾਂਦੇ ਰਹੇ, ਮਾਮਾ ਦੇਖ ਮਿੰਟਾਂ 'ਚ ਬਦਲਿਆ ਕਿ ਨਹੀਂ ਬਦਲਿਆ ਬਾਪੂ, ਐਂ ਕਹਿੰਦਾ ਭਾਈ ਇਹ ਤਾਂ ਕਹਿੰਦਾ ਹੈਗਾ, ਦੇਖ ਬਾਪੂ ਆ ਫਿਰ ਅਸੀਂ ਕਹਿਣਾ ਵੀ ਪੈਰਾਸੀਟਾਮੋਲ ਮੈਨੂੰ ਘਰੇ ਦੇ ਦਿੰਦੇ, ਬਾਹਲਾ ਖਰਚਾ ਨਾ ਕਰਦੇ, ਮੈਂ ਕੀ ਗਲਤ ਕਿਹਾ ਪੁੱਤ, ਅਸੀਂ ਕਿਹਾ ਸੁਣ ਦਾ ਕੁਛ ਕਿਹਾ, ਤੇ ਸਾਨੂੰ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ ਬਾਪੂ, ਨਤੀਏ ਤੂੰ ਤਾਂ ਉਹੀ ਲਾਗੀ ਕਰਨਾ, ਉਹੀ ਕਹਿੰਦੇ ਨੇ ਕਿ ਕਹਿੰਦੇ ਜਿੰਨਾ ਮਰਜ਼ੀ ਕਰ ਲਓ ਕੋਈ ਕਿਸੇ ਦੀ ਕਦਰ ਨਹੀਂ ਕਰਦਾ ਬਾਪੂ, ਮੈਂ ਤਾਂ ਫੇਰ ਤੇਰੀ ਧੀ ਸੀਗੀ, ਨਾ ਨਾਲੇ ਸਾਨੇ ਪੈਸੇ ਲੈ ਕੇ ਕਿੱਧਰ ਜਾਣਾ ਸੀਗਾ, ਬਲਕਿ ਸਾਨੂੰ ਕਿਹੜਾ ਨਹੀਂ ਰੋਟੀ ਟੁੱਕ ਮਿਲਦੀ ਸੀ, 2 ਟਾਈਮ ਦੀ ਰੋਟੀ ਤਾਂ ਬਾਪੂ ਸਾਰੇ ਖਾਂਦੇ ਨੇ ਆਪਦੇ ਘਰੇ ਵਧੀਆ, ਕੋਈ ਨਹੀਂ ਪੁੱਤ ਜਿੰਨਾ ਛੋਟਾ ਖਰਚਾ ਹੋਇਆ ਜਿੰਨਾ ਚ ਤੁਸੀਂ ਇੱਥੇ ਰਹੇ ਹੋ ਨਾ, ਛੋਟਾ 5-5 ਮਿਲੂ, ਮੈਂ ਛੋਟਾ ਕੁਛ ਨਹੀਂ ਰੱਖਦਾ, ਜੇ ਐਵੇਂ ਕਰਨਾ ਤਾਂ ਕਰੀ ਜਾਓ, ਤੇ ਬਾਪੂ ਫਿਰ ਮੇਰੀ ਮਾਂ ਨੂੰ ਤੰਗ ਕਿਉਂ ਕਰਦਾਗਾ, ਨਾਲ ਤਾਂ ਤੂੰ ਸਾਡੇ ਬਾਰੇ ਸੁਣਾਈਆਂ ਕਰੀ ਜਾਂਦਾ ਹੈ ਵੀ ਅੱਗੇ ਪੈਸਾ ਉੱਥੇ ਆੜਦੀ ਨਾਲ ਇਦਾਂ 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 ਉਹ ਨਾਲ ਹੋਰ,
ਕੀ ਗੱਲਾਂ ਨੀ ਤੈਨੇ ਕਹੀਆਂ ਸਾਡੇ ਬਾਰੇ, ਹੁਣ ਬਾਪੂ ਤੂੰ ਮਿੰਟਾਂ ਚ ਮੁੱਕਰ ਵੀ ਗਿਆ। ਨਹੀਂ ਪੁੱਤ, ਉਹ ਤਾਂ ਮੈਂ ਵੈਸੇ ਗੱਲ ਕਰਦਾ ਸੀ, ਆਪਦੀ ਤਾਂ ਗੱਲ ਬੰਦਾ ਕਰ ਹੀ ਲੈਂਦਾ, ਕਰੇ ਸੁਣ ਤਾਂ ਨਹੀਂ ਕੁਛ ਕਿਹਾ ਕਿਸੇ ਨੇ ਵਿੱਚ। ਆ ਦੇਖ ਬਾਪੂ, ਅਸੀਂ ਤਾਂ ਤੇਰੇ ਮੂਹਰੇ ਬੰਨੇ ਹੱਥ, ਅਸੀਂ ਨਹੀਂ ਹੋਰ ਟਾਈਮ ਰਹਿ ਸਕਦੇ ਇੱਥੇ, ਜਿੰਨਾ ਰਹਿ ਗਿਆ ਬਹੁਤ ਆ, ਚਲੋ ਜੀ ਚੱਲੀਏ ਆਪਾਂ। ਚੰਗਾ ਮਾਂ, ਸਾਨੂੰ ਤਾਂ ਦੇ ਦੇ ਇਨਾਮਦਾਰੀਆਂ ਬਾਪੂ ਨੇ, ਅਸੀਂ ਤਾਂ ਹੀ ਨਹੀਂ ਰਹਿੰਦੇ ਸੀਗੇ। ਮੈਨੂੰ ਤਾਂ ਤੇਰੇ ਤੇ ਤਰਸ ਆ ਗਿਆ ਬਾਪੂ ਤੇ, ਵੀ ਕੌਣ ਰੋਟੀ ਟੁੱਕ ਦਊਗਾ, ਕੌਣ ਜ਼ਮੀਨ ਸਾਂਭੂਗਾ, ਹੁਣ ਇਹ ਕੀ ਦੱਸ ਸਾਡੇ ਹੱਥ ਸੀਗਾ, ਤੇ ਰੱਬ ਦੀ ਦੇਣ ਆ ਗਈ, ਫਸਲ 'ਚ ਨਹੀਂ ਬਚਿਆ ਕੁਛ, ਉਲਟਾ ਸਾਨੂੰ ਹੀ ਭੋਲਣ ਲੱਗ ਗਿਆ ਬਾਪੂ। ਇਹ ਤਾਂ ਇਹੋ ਜਿਹੀਆਂ ਇਨਾਮਦਾਰੀਆਂ ਦਿੰਦਾ ਹਰੇਕ ਨੂੰ, ਮੈਨੂੰ ਕਿੱਧਰੋਂ ਇਹ ਫੁੱਲ ਪਾਉਂਦਾ ਹੈ, ਸਾਰਾ ਦਿਨ ਕਰਦਾ। ਸਾਨੂੰ ਕਿਹੜਾ ਵਿੱਚ ਕੁਝ ਖੱਟਣ ਪਾਉਣ ਨੂੰ ਸੀਗਾ, ਚੰਗਾ ਮਾਂ ਧਿਆਨ ਰੱਖੀ ਆਪਦਾ, ਜਾਣੇ ਆ ਸੀ। ਚਲ ਠੀਕ ਆ ਧੀਏ, ਹੁਣ ਖੁਸ਼ ਹੈ? ਖੁਸ਼ ਕੀ ਆ, ਹੱਥ ਹੋ ਗਈ ਜੋੜ ਦਿਆ, ਹੱਥ ਤਾਂ ਮੈਂ ਜੋੜਦਾ ਵੀ ਬਾਗੇ, ਮੈਨੂੰ ਨਾ ਕਹਿਣਾ ਪਿਆ, ਹੁਣ ਕੱਲਾ ਚੌੜਾ ਹੋ ਜੀ ਇੱਥੇ, ਕੋਈ ਗੱਲ ਨਹੀਂ, ਸਭ ਕੁਝ ਜਾਣਦਾ, ਕੋਈ ਨਹੀਂ। ਰੋਟੀਆਂ ਮੈਂ ਵੀ ਨਹੀਂ ਲਾ ਕੇ ਦਿੰਦੀ ਸਰਦਾਰ ਜੀ, ਆਪੇ ਲਾਹੀ। ਉਹ ਕੋਈ ਨਾ ਦੇ, ਰੋਟੀਆਂ ਨਾਲ ਮੈਂ ਕਮਾ ਭੁੱਖਾ ਨਹੀਂ ਮਰ ਜਾਊਂਗਾ, ਮੈਂ ਤਾਂ ਮੌਜ ਨਾਲ ਪਾਉਂਗੀ ਪੱਖੇ ਥੱਲੇ। ਮੇਰੇ ਮੈਨੂੰ ਤੂੰ ਵੀ ਉਹਨਾਂ ਨਾਲ ਵਗ ਜਾ, ਮੇਰੇ ਕੋਲ ਪਾ ਦੇ ਨਾ ਮਾਰ, ਕੋਈ ਗੱਲ ਨਹੀਂ, ਮੈਂ ਤਾਂ ਕੋਈ ਗੱਲ ਨਹੀਂ, ਦੋ ਸਾਲ ਹੋਰ ਆਪ ਵਾਹਣ ਬੀਜ ਲੂੰਗਾ, ਔਖਾ ਸੌਖਾ ਕੋਈ ਨਹੀਂ, ਮੈਂ ਸਾਰੇ ਘਾਟੇ ਵਾਧੇ ਪੂਰੇ ਕਰ ਦੂੰ, ਮੈਨੂੰ ਕੋਈ ਟੈਨਸ਼ਨ ਨਹੀਂ ਗੀ। ਪਰਮਾਤਮਾ ਦੇ ਕਹਿੰਦੇ ਹੁੰਦੇ ਆ ਭਰੋਸਾ ਰੱਖ, ਸਾਰਾ ਕੁਝ ਠੀਕ ਹੋ ਜੂ। ਹੁਣ ਆਪਾਂ ਨੂੰ ਬੋਲ ਕੇ ਕੀ ਕਰਾਂਗੇ, ਕੁਛ ਨਹੀਂ ਫਾਇਦਾ, ਬਸ ਆਪਦਾ ਚੁੱਪ ਕਰਕੇ ਦੋ ਸਾਲ ਮਿਹਨਤ ਕਰ, ਉਸ ਨੂੰ ਇੱਧਰ ਮੁੰਡੇ ਦੇ ਆਉਣ ਲੱਗ ਜਾਣਗੇ, ਚੱਲ ਮੇਰਾ ਭਾਈ। ਇਹਨਾਂ ਨੇ ਤਾਂ ਜਿਹੜਾ ਮੁੰਡਾ ਇਹ ਭੇਜਦਾ ਸੀ ਉਹ ਵੀ ਵਿੱਚ ਲਫੂ ਦਫੂ ਕਰਕੇ, ਜ਼ਮੀਨ ਆ ਵੀ ਰਫੂ ਦਫੂ ਕਰਕੇ, ਸਾਰਾ ਬਸ ਐਂ ਪੋਚਾ ਫੇਰ ਕੇ, ਹੁਣ ਕਹਿੰਦੇ ਚੱਲ ਹੁਣ ਪਿੰਡ ਜਾਂਦੇ। ਹੁਣ ਤੁਸੀਂ ਇੱਥੇ ਰਹਿ ਕੇ ਵੀ ਕੀ ਕਰਨਾ ਗਾ, ਹੁਣ ਤੁਸੀਂ ਪਿੰਡ ਜਾਣ 'ਚ ਫਾਇਦਾ, ਆਹ ਦੇਖ ਲਓ ਕੀ ਨਾਮ ਦੇ ਕੇ ਗਏ ਆ। ਪਤਾ ਹੋਰ ਵਧੀਆ ਰਿਹਾ ਉੱਥੇ? ਮੈਂ ਕਹਿੰਦਾ ਬਾਪੂ ਪੂਰੇ ਵਧੀਆ ਰਹੇ, ਵਧੀਆ ਪੈਸੇ ਬਣਦੇ, ਤੈਨੂੰ ਪਤਾ ਤਾਂ ਹੈ ਉੱਧਰ। ਤੂੰ ਮਾਣ ਮੂਣ ਵਧੀਆ ਲੱਗ ਗਿਆ ਸੀ? ਮਾਣ ਤਾਂ ਬਾਪੂ ਤੈਨੂੰ ਪਤਾ ਲਾਉਣਾ ਹੀ ਪੈਂਦਾ ਬਾਹਰ, ਹੈ ਨਾ? ਯਾਰ ਉਹ ਤਾਂ ਠੀਕ ਹੈ ਪੁੱਤ ਤੇਰੀ ਗੱਲ, ਅਤੇ ਇੱਕ ਤੂੰ ਮੈਨੂੰ ਕਹਿ ਕੇ ਗਿਆ ਸੀਗਾ ਵਾਅਦਾ ਕੁੜੀ ਵਾਲਿਆਂ ਦਾ, ਗੱਲ ਕਰਕੇ ਗਿਆ ਸੀਗਾ, ਅਤੇ ਉਹ ਕੁੜੀਆਂ ਵਾਲੇ ਦੇ ਮੈਂ ਜਾ ਆਇਆ ਸੀਗਾ। ਠੀਕ ਹੈ ਬਾਪੂ, ਮੈਂ ਕੱਢ ਲਈ ਗੱਲਬਾਤ ਉਹਨਾਂ ਨੇ ਕਰ ਲਈ ਸਾਰੀ ਗੱਲ ਆ, ਅਤੇ ਆ ਹੁਣ ਤੇਰਾ ਮੈਂ ਵਿਆਹ ਹੀ ਕਰ ਦੂੰਗਾ, ਠੀਕ ਹੈ? ਠੀਕ ਹੈ। ਹਾਂ, ਬੰਦੇ ਭਲੇ ਮਾਨਸ ਸੀਗੇ, ਮੈਂ ਜਾ ਆਇਆ ਸੀਗਾ, ਠੀਕ ਹੈ, ਸਾਰੀ ਗੱਲਬਾਤ ਉਹਨਾਂ ਨੇ ਸਮਝਾਇਆ ਸੀਗਾ। ਹਾਂ ਹਾਂ, ਅਤੇ ਪੁੱਤ ਮੈਂ ਤੈਨੂੰ ਐਂ ਕਹਿੰਦਾ ਸੀ ਇੱਕ, ਅਤੇ ਵੀ ਯਮਨਾ ਆੜ ਤਾਂ ਕਹਿੰਦੇ ਨੇ ਥੋੜ੍ਹੇ ਜਿਹੇ ਪੈਸੇ ਟੁੱਟ ਗਏ ਸੀ ਆਪਣੇ ਮੈਨੇ। ਅੱਛਾ। ਅਤੇ ਜੇ ਤੂੰ ਥੋੜ੍ਹੇ ਘਣੇ ਲਿਆਇਆ ਹੋਊਗਾ ਤਾਂ ਮੈਂ ਤਾਂ ਦੇਖ 5 ਸਾਲ ਹੋ ਗਏ, ਤਾਂ ਆਪਾਂ ਤਾਂ 200 ਰੁਪਈਆ ਨਹੀਂ ਫੜਿਆ, ਮੈਂ ਚੱਲ ਮੁੰਡਾ ਜੋੜ ਲੂਗਾ ਉੱਥੇ, ਇੱਥੇ ਘਰਾਂ 'ਚ ਤਾਂ ਚੱਲ ਚੁੱਲ ਜਾਂਦੇ ਹੁੰਦੇ ਆ। ਬਾਪੂ ਇਹ ਤੂੰ ਕੀ ਗੱਲ ਕਹਿੰਦਾ ਗਾ, ਕਿਉਂ ਪੁੱਤ ਲਿਆਉਣ ਦਾ ਕੀ ਮਤਲਬ ਹੋਇਆ? ਨਾ ਪੁੱਤ, ਮੈਂ ਤਾਂ ਤੈਨੂੰ ਪੈਸਿਆਂ ਦੇ ਮਾਰੇ ਨਹੀਂ ਭੇਜਿਆ, ਲਿਆਉਣ ਦਾ ਕੀ ਮਤਲਬ ਹੈ ਪੁੱਤ? ਜੇ ਤੂੰ ਬਾਹਰ ਗਿਆ ਸੀ ਤਾਂ ਹੀ ਗਿਆ ਸੀਗਾ ਵੀ ਚੱਲ ਮੈਂ ਬਾਪੂ ਤੇਰੇ ਮੈਂ 200 ਰੁਪਈਆ ਭੇਜੂ, ਮੈਂ ਤਾਂ 100 ਰੁਪਈਆ ਲੈਤਾ ਕਿਤੇ। ਅਤੇ ਫਿਰ ਬਾਪੂ ਲਿਆਉਣ ਦਾ ਕੀ ਮਤਲਬ ਹੋਇਆ? ਆਏ ਮਹੀਨੇ ਤਾਂ ਤੁਹਾਨੂੰ ਮੈਂ ਪੈਸੇ ਪਾਉਂਦਾ ਰਿਹਾ। ਸਾਨੂੰ ਪਾਉਂਦਾ ਰਿਹਾ? ਅਤੇ ਹੋਰ ਨਾ ਪੁੱਤ, ਮੇਰੇ ਕੋਲ ਤਾਂ 1 ਰੁਪਈਆ ਵੀ ਨਹੀਂ ਆਇਆ। ਤੇਰੇ ਤਾਂ ਖਾਤੇ 'ਚ ਨਹੀਂ, ਤੇਰਾ ਤਾਂ ਖਾਤਾ ਹੈ ਨਹੀਂਗਾ, ਤੈਨੂੰ ਪਤਾ ਬੈਂਕ ਅਕਾਊਂਟ ਹੈ ਨਹੀਂਗਾ, ਬੇਬੇ ਦੇ ਖਾਤੇ 'ਚ ਤਾਂ ਪਤਾ 2 ਕਰੋੜ ਰੁਪਈਆ ਮੈਂ। 2 ਕਰੋੜ? ਤੈਨੂੰ ਪਤਾ ਹੀ ਨਹੀਂ ਲੱਗਿਆ? ਤੂੰ ਦੁਬਾਰੇ ਨਾ ਕਹਿ 2 ਕਰੋੜ ਟੈਕ ਹੋ ਜਾਓ, ਇਹ ਕੀ ਫਿਰ ਦੁਬਾਰੇ ਕਹਿਣ ਵਾਲੀ ਕਿਹੜੀ ਗੱਲ ਆ ਬਾਪੂ, ਸੱਚ ਆ ਇਹ? ਨਾ ਪੁੱਤ, ਦੁਬਾਰੇ ਨਾ ਕਹਿ ਦੀ, ਸੱਚੋ ਟੈਕ ਹੋ ਜੂ, ਮਜ਼ਾਕ ਨਹੀਂ ਕਰਦਾ, 2 ਕਰੋੜ ਰੁਪਈਆ ਬਾਹਲਾ ਹੁੰਦਾ ਗਾ। ਜੇ 1 ਮਿੰਟ ਮੇਰਾ ਸਾਹ ਜੀ ਤਾਂ ਹਾਲੇ ਤਾਂ ਖੜਿਆ, ਥੱਲੜੇ ਥੱਲੜੇ ਖੜਿਆ, ਇੱਕ ਦੂਜੇ ਦੇ ਰਲ ਜਾਣ ਦੇ, ਫਿਰ 2 ਕਰੋੜ ਦਾ ਨਾਂ ਲਈ। ਓਹੋ, ਐਡਾ ਮੈਂ ਥੋੜ੍ਹਾ ਪੁੱਤ, ਮੈਨੂੰ ਤਾਂ ਇਹਨਾਂ ਨੇ ਆੜਤਿਆਂ ਦਾ ਵੀ ਕਰਚਾਈ ਕਰਿਆ ਪਿਆ, ਨਾ ਤੇਰੀ ਮਾਂ ਨੇ ਕਿਹਾ, ਮੈਨੂੰ ਤਾਂ ਤੇਰੀ ਭੈਣ ਵੀ ਸ਼ਮਕਾ ਲੜਕੇ ਪਾ ਕੇ ਕਹਿੰਦੇ ਬਾਪੂ ਫਸਲ 'ਚ ਕੁਛ ਬਚਦਾ ਨੀਗਾ, ਅਤੇ ਕਹਿੰਦੇ ਆੜਤਿਆਂ ਨੇ ਪੈਸੇ ਦੇਣੇ ਆ, ਮੈਂ ਇਹਨੂੰ ਤੇਰੀ ਮਾਂ ਨੂੰ ਇੱਕ ਦਿਨ ਕਹਿਤਾ, ਮੈਂ ਕਿਹਾ ਇਹ ਮੈਨੂੰ ਖਾਈ ਜਾਂਦੇ ਆ, ਅਤੇ ਅੱਗੇ ਤੂੰ ਢਿੱਲਾ ਹੋ ਗਿਆ ਸੀਗਾ, ਮੈਨੂੰ ਪੈਰਾਸ਼ੀਟਾਮੋਲ ਤਾਂ ਗੋਲੀਆਂ ਖਵਾਈ ਗਏ ਆ,
ਤੇ ਮੁੜ ਕੇ ਕਹਿੰਦੇ ਤੇਰੇ ਤੇ ਇੰਨਾ ਖਰਚ ਹੋ ਗਿਆ ਤੇ ਮੈਂ ਕਿਹਾ ਮੇਰੇ ਤੇ ਕਾਹਦਾ ਖਰਚ ਹੋ ਗਿਆ ਤੇ ਮੁੜ ਕੇ ਕਹਿੰਦੇ ਅਸੀਂ ਸਾਨੂੰ ਨੂੰ ਪੈਸੇ ਭੇਜੇ ਗਏ ਇੱਥੋਂ ਮੈਨੂੰ ਬਾਪੂ ਮੈਂ ਪੈਸੇ ਕੀ ਕਰਾਉਣੇ ਸੀ ਦੋ ਢਾਈ ਲੱਖ ਰੁਪਏ ਦਾ ਮੇਰੀ ਤਨਖਾਹ ਬੰਨੀ ਸੀ ਉੱਧਰ ਮਹੀਨੇ ਦੀ ਪੁੱਤੋ ਫਿਰ ਇਹਨੇ ਗੱਲ ਤੇਰੀ ਮਾਂ ਨੇ ਕਿ ਪੜਦਾ ਰੱਖਿਆ ਹੁਣ ਬੋਲ ਮਾਰੋ ਤੇ ਉਹਦੇ ਲਾਉਣ ਵਾਲੇ ਗੁੱਤ ਚ ਬਾਪੂ ਮੈਂ ਤਾਂ 18-18 ਘੰਟੇ ਕੰਮ ਕਰਦਾ ਰਿਹਾ ਮੇਰੀ ਤਾਂ ਨੀਂਦ ਨਹੀਂ ਸੀ ਪੂਰੀ ਹੋਈ ਉੱਧਰ ਮਿੰਦਰੇ ਆ ਕੀ ਲਵੇ ਬਾਪੂ ਕਿਉਂ ਕਰ ਸਿਰ ਤੇ ਚੱਕ ਛੱਡਿਆਗਾ ਊ ਨਹੀਂ ਬੋਲ ਮਾਰਿਆ ਜਾਂਦਾ ਹੈਗਾ ਸਿਰ ਤੇ ਚੱਕਿਆ ਘਰ ਤਾਂ ਸਾਰਾ ਸਿਰ ਤੇ ਤੂੰ ਚੱਕੀ ਬੈਠੀ ਆ ਆ ਕੀ ਮੈਂ ਸੁਣਦਾ ਗੱਲ ਕੀ ਹੋ ਗਿਆ ਤੂੰ ਪੈਸੇ ਆ ਸਣੀ ਭੇਜਦਾ ਸੀਗਾ ਤੇ ਕਿੱਧਰ ਗਏ ਪੈਸੇ ਉਹ ਖਾਤੇ ਚੋਂ ਕਢਾਉਂਦੇ ਸੀ ਜੇ ਤੂੰ ਬਿਮਾਰ ਸੀ ਮੈਂ ਬਿਮਾਰ ਸੀ ਲੱਗ ਗਏ ਆਪਣੇ ਤੇ ਬੇਬੇ 2 ਕਰੋੜ ਲੱਗ ਗਿਆ ਬਾਪੂ ਤੇ ਮੇਰੇ ਤੇ ਵੀ ਲੱਗਿਆ ਦੋਨੇ ਦੇ ਬਿਮਾਰ ਪਏ ਸੀ ਅਸੀਂ ਹਸਪਤਾਲ ਜੇ ਜਾਂਦੇ ਰਹੇ ਬਿਮਾਰ ਜਾਂਦੇ ਤੁਸੀਂ ਬਥੇਰੇ ਪੈਸੇ ਲੱਗੇ ਨੇ ਸਾਡੇ ਤੇ 2 ਕਰੋੜ ਤੇ ਤਾਂ ਬਾਪੂ ਦਾ ਸਾ ਜਾਂਦੇ ਸਾਡੇ ਪਿੱਛੇ ਨਾ ਉਹਨੇ ਨੌਕਰੀ ਛੱਡਤੀ ਪਰਾਉਣੇ ਨੇ ਤੈਨੂੰ ਆ ਪਤਾ ਉਹ ਨੌਕਰੀ ਛੱਡਦੇ ਮੇਰਾ ਜੀ ਕਾਤਮ ਆ ਦੇਖਣਾ ਬੜਾ ਪਤਾ ਢੱਡ ਜਮਾਂ ਨੂੰ ਮੁੱਕੀ ਤੇ ਗੱਲ ਦੱਸ ਨਹੀਂ ਮੈਨੂੰ ਤੇ ਜਿਹੜੇ ਫਸਲ ਵਾਲੇ ਪੈਸੇ ਸੀ ਉਹ ਵੀ ਉਹ ਉਧਰ ਲੱਗ ਗਏ ਜਿਹੜੇ ਬਾਹਰੋਂ ਪੈਸੇ ਸੀ ਉਹ ਵੀ ਉਧਰ ਲੱਗ ਗਏ ਇੰਨਾ ਦੱਸ ਮੇਰੇ 'ਚ ਕੀ ਨਾੜਾਂ ਨਵੀਆਂ ਪਵਾਂਗਾ ਸੀਗੀਆਂ ਉਹ ਕਬੀਲਦਾਰੀ ਤਾਂ ਉਹਨਾਂ ਨੇ ਸਾਮੀ ਆ ਸਾਰੀ ਹੁਣ ਬੋਲੀ ਜਾਂਦੇ ਜੇ ਠੀਕ ਹੋ ਗਿਆ ਉਹ ਤੇ ਕਿੰਨੇ ਸਾਲ ਬੋਲੇ ਤੇ ਮੇਰਾ ਕੁਝ ਬਦਲਿਆ ਉਹਨਾਂ ਨੇ ਦੇ ਕੇ ਪੈਰਾਸ਼ੀਟਾਂ ਮੋਲਦੇ ਆ ਗੋਲੀਆਂ ਤੇ ਆਪਦੀਆਂ ਪਾਲਣੇ ਜਾ ਕੇ ਉਹਨਾਂ ਨੇ ਕੋਠੀਆਂ ਤੇ ਮੇਰੇ ਸਾਹ ਮੇਰਾ ਮਕਾਨ ਉਵੇਂ ਤਾਂ ਉਵੇਂ ਪਿਆਗਾ ਮੈਂ ਤਾਂ ਇਹਨੂੰ ਹਲੇ ਪੁੱਛਣਾ ਸੀ ਕਿ ਰੰਗ ਰੁੰਗ ਨਹੀਂ ਕਰਾਇਆ 2 ਕਰੋੜ ਚ ਤਾਂ ਬਾਪੂ ਦੀਆਂ 206 ਹੱਡੀਆਂ ਬਦਲਣੀਆਂ ਜਾਂਦੀਆਂ ਉਹ ਤੁਸੀਂ ਤਾਂ ਇਲਜ਼ਾਮ ਲਾਉਣੇ ਚੰਗਾ ਨਾਮ ਦਿੱਤਾ ਉਹਨਾਂ ਨੇ ਬਥੇਰਾ ਕੀਤਾ ਉਹਨਾਂ ਨੇ 5 ਸਾਲ ਕੀਤਾ 5 ਸਾਲ ਕੀ ਕੀਤਾ ਉਹਨਾਂ ਨੇ ਕੀਤਾ ਉਹ ਆਦਾ ਕਰਕੇ ਲੈ ਗਏ ਕੀ ਕੀਤਾਗਾ ਕੀ ਲੈ ਗਏ ਖਾਲੀ ਆਏ ਸੀ ਜਿਵੇਂ ਆਏ ਸੀ ਇੱਕ ਬੈਗ ਚ ਉਵੇਂ ਵਗ ਗਿਆ ਹਾਂ ਬਾਗੇ ਬੈਗ ਤੇ ਦੇਖਾ ਕਿੱਧਰ ਬੋਲਦੀ ਆ ਬਾਗੇ ਬੈਗ ਚ ਲੈ ਕੇ ਸਾਰੇ ਪੈਸੇ ਕਢਾ ਕੇ ਇਥੋਂ ਬਾਗੇ ਇਹ ਤਾਂ ਹਲੇ ਇੱਧਰ ਕਹਿੰਦਾ ਮੈਂ ਤਾਂ ਆੜਤੀਏ ਦੇ ਪੈਸੇ ਦੇਣੇ ਇਹ ਕਰਜਾਈ ਹੋਇਆ ਬੈਠਾ ਉਹ ਤਾਂ ਆੜਤੀਏ ਤੋਂ ਫੜ ਕੇ ਲੈ ਗਏ ਮੈਨੂੰ ਕਹਿੰਦਾ ਕਰਜਾਈ ਆ ਫਸਲ ਦਾ ਕੱਪਾ ਸਾਹਿਬ ਨਹੀਂ ਦਿੱਤਾ ਇਹਨਾਂ ਨੇ ਫਸਲ ਆਏ ਗਏ ਨਾਲੇ ਉੱਧਰ ਲੈ ਗਏ ਜੇ ਫਸਲ ਮਾਰੀ ਗਈ ਫੇਰ ਉਹ ਕੀ ਕਰਨਾ ਤੇ ਕੁਛ ਨਹੀਂ ਮਰਿਆ ਮੁਰਿਆ ਕੀ ਮਰੀ ਫਸਲ ਮੀਂਹ ਪੈ ਜੇ ਇੱਥੇ ਕਈ ਵੀ ਕਹਿੰਦੇ ਬਾਰਸ਼ ਹੋ ਗਈ ਬਾਰਸ਼ ਨਾਲ ਫਸਲ ਹੁੰਦੀ ਹੁੰਦੀ ਆ ਹਿਸਾਬ ਲਾਇਆ ਕਿਤੇ ਕਣਕਾਂ ਤਾਂ ਵੇਚ ਜਾਂਦੀਆਂ ਸੀਗੀਆਂ ਜੀਰੀਆਂ ਵੇਚ ਜਾਂਦੀ ਸੀ ਹੋਰ ਕੀ ਫਿਰ ਉਹ ਭਾਈ ਕੋਈ ਫਿਸੀ ਨਹੀਂ ਮੈਂ ਖੇਚਦੀ ਜਾਂਦਾ ਰਿਹਾ ਮੈਂ ਕੋਈ ਮੈਂ ਕਿਆ ਕੰਮ ਲਾਣੀ ਸੀ ਗੇੜਾ ਮਾਰੇ ਵੇਚ ਜਾਂਦੀ ਸੀ ਮਗਰ ਜਿਵੇਂ ਉਹਨਾਂ ਨੇ ਕਹਿੰਦਾ ਮਗਰ ਲੱਗ ਗਈ ਮੇਰੇ ਕੋਲ ਉਹਨੇ ਤਰਫਦਾਰੀ ਜੀ ਨਾ ਕਹਦਾ ਸਾ ਗੱਲ ਤੈਨੂੰ ਮੈਂ ਦੇਖੀ ਜਾਊ ਜਿਹੜਾ ਮੈਂ ਬਾਪੂ ਤੈਨੂੰ ਕਹਿ ਕੇ ਅੱਜ ਵੀ ਆਪਦੀ ਠੇਕੇ ਤੇ ਲਾ ਦੀ ਤੂੰ ਉਹ ਪੁੱਤ ਕਹਿੰਦੇ ਆ ਕਿ ਜਲਾ ਹੋ ਜਾਊਗਾ ਅਸੀਂ ਕਰ ਲਾਂਗੇ ਮੈਂ ਉਹ ਕਹਿੰਦਾ ਵੀ ਮੈਂ ਨੌਕਰੀ ਛੱਡ ਦਿੰਨਾ ਮੈਂ ਸਾਂਭੂਗਾ ਸਾਰਾ ਘਰ ਫਿਰ ਅਸੀਂ ਕਿਵੇਂ ਉਹਦਾ ਦਿਲ ਤੋੜ ਦਈਏ ਵੀ ਨਹੀਂ ਭਾਈ ਐ ਨਹੀਂ ਕਰਨਾ ਨਾਲੇ ਉਹਨਾਂ ਨੇ 5 ਸਾਲ ਕੀਤਾ ਰੋਟੀ ਪਾਣੀ ਬਣਾਇਆ ਕੁੜੀ ਅੱਡ ਚੁੱਲ੍ਹੇ ਦਾ ਕਰਦੀ ਰਹੀ ਉਹ ਖੇਤੀ ਦਾ ਕਰਦਾ ਰਿਹਾ ਹਜੇ ਉਹਨਾਂ ਨੂੰ ਆਹ ਨਾਮਦਾਰੀ ਦੇਤੀ ਤੂੰ ਹਜੇ ਵੀ ਸੁਧਰ ਜਾਵਾਂ ਸੁਧਰ ਜਾ 2 ਕਰੋੜ ਰੁਪਏ ਮਾੜਾ ਮੋਟਾ ਗੱਲ ਨਹੀਂ ਹੁੰਦੀ ਜੇ ਮੈਨੂੰ ਇੱਕ ਕਤਲ ਮਾਫ ਹੋਵੇ ਨਾ ਮੈਂ ਮਿੱਟ ਲਾਵਾਂ ਤੇਰਾ ਕੰਨ ਲੱਗ ਗਿਆ ਜੇ ਇੱਕ ਫਾਂਸੀ ਮਾਫ ਹੋਵੇ ਪਹਿਲਾਂ ਰੱਸਾ ਉਹਦੀ ਪਾ ਕੇ ਟੰਗ ਦਿਆਂ ਕਾਰੀ ਦੇ ਤੇਰੇ ਨਾਲ ਖੜੇ ਛੁੱਟ ਜੇ ਮੇਰਾ ਕਾਰੀ ਦੇ ਕਰਾ ਲੈਂਦਾ ਤੈਨੂੰ ਮੈਂ ਕਾਰੀ ਦੇ ਮੇਰਾ ਕਦਰ ਤਾਂ ਤੂੰ ਨਾਲ ਖਰਾਬ ਖੂਜ ਪਾ ਦੇ ਤੁਸੀਂ ਕਰਬੀਆਂ ਨਹੀਂ ਬਚਾ ਇੰਨੇ ਇੰਨੇ ਪੈਸੇ ਭੇਜ ਕੇ ਉਹ ਵੀ ਲੱਗ ਗਏ ਉਧਰ ਬਾਹਨ ਵਾਲੇ ਸੀ ਉਹ ਵੀ ਲੱਗ ਗਏ ਸਮਝ ਹੋ ਗਈ ਹਜੇ ਵੀ ਨਹੀਂ ਮੰਨਦੀ ਗੱਲ ਲੋੜਾ ਹੈ ਪੈ ਇਹਨਾਂ ਦੇ ਪੈਸੇ ਲੱਗਣ ਲੱਗ ਗਏ ਮੈਂ ਕੀ ਮੈਨਾਂ ਮੈਨ ਤਾਂ ਉਹਨਾਂ ਕੋਲ ਸੈਨ ਤੇ ਲੈ ਜਾਂਦੇ ਬੜੇ ਦਿੰਦੇ ਹੁੰਦੇ ਆ ਹਾਂ ਦੀਦੇ ਹੁੰਦੇ ਆ ਇਹ ਕੜਾ ਕੜਾ ਕੇ ਬੈਂਕਰ ਦੇ ਦਿੱਤੀਆਂ ਹਜੇ ਦੀਂਦੇ ਆ ਤੁਹਾਨੂੰ ਤਾਂ ਨਿਸ਼ਾਨੀ ਲਾਉਣੀ ਸੀ ਤੈਨੂੰ ਉਹਨਾਂ ਨੇ ਤੈਨੂੰ ਨਹੀਂ ਦਿਸੇ ਇਹਨੂੰ 2 ਕਰੋੜ ਰੁਪਏ ਤੇ ਨਾਲੇ ਮੈਨੂੰ ਕਿਹੜੇ ਭੇਜਿਆ ਨਾ ਤੂੰ ਕੱਲ ਉਹ ਕਹਿੰਦਾ ਵੀ ਮੈਂ ਭੇਜਦਾ ਉਧਰ ਨਾਲੇ ਸਾਡਾ ਲਾਜ ਕਰਾ ਭੇਜਿਆ ਉਹਨੇ ਐਵੇਂ ਨਹੀਂ ਕਹਿੰਦਾ ਹੈਗਾ ਉਹ ਕਿਹਨੇ ਭੇਜਿਆ ਚੰਨੀ ਨੇ ਹੋਰ ਕਿਹਨੇ ਸਟੇਟਮੈਂਟ ਕਢਵਾ ਕੇ ਕਿਹੜਾ ਕਹਿੰਦਾ ਮੈਨੂੰ ਪੈਸੇ ਭੇਜਿਆ ਮੈਂ ਪੈਸੇ ਕੀ ਕਰਾਉਣੇ ਸੀ ਤੀਜੇ ਦਿਨ ਉਹਦਾ ਭੈਣ ਤੇ ਬਾਈ ਫੋਨ ਲਾ ਦਿੰਦੇ ਸੀ ਲਿਆ ਪਾ ਦੇ ਸਾਨੂੰ 20,000 30,000 ਉਹਨਾਂ ਨੂੰ ਵੀ ਪਾਉਂਦਾ ਰਿਹਾ ਮੈਂ ਫਿਰ ਸਾਡੇ ਤੇ ਲੱਗਦੇ ਸੀ ਕਾਕਾ ਗੱਲਾਂ ਦਾ ਆਗ ਦੁੱਖ ਸੁੱਖ ਕੀ ਕਰਨੇ ਸੀ ਲੜਨੀ ਬਹਿ ਗਏ ਪਿਓ ਪੁੱਤ 2-2 ਕਰੋੜ ਲੱਗਦਾ ਹੁੰਦਾ ਤੁਹਾਡੇ ਤੇ ਉਹ 2 ਕਰੋੜ ਨੂੰ ਮੈਂ ਆਏ ਦਾ ਸਭੇ ਨਵਾਂ ਪਾਇਆ ਕੀ ਹੈ ਉਹੀ ਹੈ ਜਿਵੇਂ ਮੈਨੂੰ ਛੱਡ ਕੇ ਸੋਵੇਂ ਆ ਜੇ ਬੁਖਾਰ ਚੜ ਗਿਆ ਤਾਂ ਭਾਵੇਂ 2 ਕਰੋੜ ਰੁਪਏ ਲੱਗ ਗਿਆ ਉਹ ਦੱਸੀ ਤਾਂ ਜਾਣਦੇ ਨੇ ਪੈਰਾਸ਼ੀਟ ਵਾਲੇ ਮੋੜ ਤੇ ਹੋਏ 40 ਰੁਪਏ ਲੱਗੇ ਮੇਰੇ ਤੇ ਆਹੀ ਗੱਲ ਦਾ ਨਹੀਂ ਖੜਾ ਛੱਡਦਾ ਲੈ ਜੋ ਲੱਗੇ 40 ਆ
ਬਖਾਰ ਦੀਆਂ ਗੋਲੀਆਂ ਦਿੱਤੀਆਂ ਗਈਆਂ ਉਹ ਪਾ ਕੇ ਨਾ ਜਲਦ ਜੀ ਹਸਪਤਾਲ ਚ ਨਹੀਂ ਲੈ ਗਏ ਮੈਨੂੰ ਉੱਥੇ ਕਰਕੇ ਡਾਕਟਰਾਂ ਨਾਲ ਗੱਲ ਤੇ ਕਰਕੇ ਡਾਕਟਰਾਂ ਨਾਲ ਚਾਰ ਪੱਤੇ ਉੱਥੇ ਪਵਾ ਦੇ ਪੈਰਾਸ਼ੀਟਾ ਮੋੜ ਦੇ ਫਿਰ ਮੈਂ ਪੁੱਤ ਦਾ ਤੂੰ ਗਾਲ ਘੋਟ ਦੇ ਕਿਉਂ ਕਾ ਤੋ ਤੇ ਕੋਟੀ ਦੇ ਮਸਾਂ ਮੈਂ ਆਪਦੇ ਆਪ ਨੂੰ ਸੰਭਾਲਿਆ ਅੱਜ ਜਿਹੜਾ ਤੂੰ ਐਂ ਬੋਲਦਾ ਮੇਰੇ ਨਾਲ ਦੁੱਖ ਸੁੱਖ ਕਰਿਆ ਕੋਈ ਆ ਕੇ ਤੂੰ ਮਰਿਆ ਵਾ ਸੀ 5 ਸਾਲਾਂ ਦਾ ਤੇਰੇ ਲਈ ਮੈਂ ਮਰਿਆ ਵਾ ਸੀ ਮੈਂ ਐਂ ਚਾਹੁੰਦੀ ਸੀ ਵੀ ਤੂੰ ਮਰੇ ਹੈ ਤੇ ਹੋਰ ਹੁਣ ਕੀ ਸੀ ਤੂੰ ਸਾਡ ਗੱਲ ਆ ਮੇਰੀ ਗੱਲ ਸੁਣ ਜੇ ਬਾਹਰ ਜਾਣਾਗਾ ਜੇ ਕੁਛ ਬਣਾਉਣਾਗਾ ਖਾਤਾ ਖਲਾ ਜਾ ਇੱਥੇ ਮੇਰਾ ਮੈਨੂੰ ਤਾਂ ਲੋੜ ਨਹੀਂ ਕਿਸੇ ਦੀ ਨਾਮ ਆ ਕਿਸੇ ਖਾਤੇ ਪਾਉਣ ਨਾ ਲੋੜ ਆ ਜਿਹਦਾ ਖੂਹ ਚ ਗਏ ਤਾਂ ਗਏ ਹੁਣ ਕੋਈ ਫਾਇਦਾ ਨਹੀਂ ਰੌਲਾ ਪਾਉਣ ਦਾ ਉਹ ਤਾਂ ਤਿੱਤਰੀ ਲਾ ਕੇ ਤੇ ਇੱਥੋਂ ਆਦਾ ਕਰਕੇ ਪੂਰਾ ਕੰਮ ਵੀ ਉਹਨਾਂ ਮੁੰਡਾ ਹੋਣਾ ਲੱਗਾ ਨਾ ਤਾਂ ਇੱਥੇ ਕੁੜੀ ਵੜਨੀ ਚਾਹੀਦੀ ਆ ਨਾ ਪਰਾਉਣਾ ਇਦੂ ਆ ਤਰ ਕੇ ਉਹ ਤਾਂ ਲੈ ਕਿਉਂ ਜਿੰਜਰ ਮੈਂ ਜਿਉਣੀ ਆ ਤਾਂ ਆਊਗੀ ਇਹ ਕੀ ਗੱਲ ਹੋਈ ਦੇਖ 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 ਉਹਨੇ ਬੋਲੀ ਬੋਲਦੀ ਆ ਉਹ ਆਊਗੀ ਤੂੰ ਵਗ ਜਾ ਉੱਥੇ ਮੈਂ ਵੀ ਜਾਊਂਗੀ ਉਹ ਵੀ ਆਉਣਗੇ ਰੋਕ ਨਹੀਂ ਸਕਦਾ ਕੋਈ ਮੇਰੇ ਜਿਉਂਦੀ ਜਿਉਂਦੀ ਮਾਰ ਦਿਓ ਗੱਲਾਂ ਜਿਉਂਦੀ ਨਹੀਂ ਰੋਕ ਸਕਦਾ ਬਈ ਉਹਦਾ ਆਦਾ ਕੱਕ ਨਾ ਉਹਨੂੰ ਪਤਾ ਲੱਗ ਗਿਆ ਉਹਦੇ ਚਿੱਤਰ ਬਣ ਗਏ ਆਪਣਾ ਤਾਂ ਰੰਗ ਵੀ ਨਹੀਂ ਕਰਵਾਇਆ ਕਾਕੂਰ ਪਾ ਲਿਆ ਉਹਨਾਂ ਨੇ ਲੈ ਉਹਨੇ ਕੋਠੀ ਪਾਈ ਬੈਠੇ ਆ ਬਸ ਫਿਰ ਹਾਂ ਆਪਣੇ ਹੱਡਾਂ ਦੀ ਕੋਠੀ ਹੋਈ ਆ ਉਹਨਾਂ ਦੀ ਕੋਠੀ ਤੇ ਕਿੱਡੀ ਨਿਗਾਹ ਦੇਖ ਲਾ ਪਿਓ ਆ ਇਹਦਾ ਪਿਓ ਜਾਦੇ ਆ ਉਹਦਾ ਪਿਓ ਨਹੀਂ ਕੁੜੀ ਦਾ ਮੈਂ ਨਹੀਂ ਸਮਝਾਉਂਦੀ ਵੀ ਇੱਕ ਬੰਦਾ 2500 ਰੁਪਏ ਲੈਂਦਾ ਸੀ ਮਹੀਨੇ ਦਾ ਉਹ 2500 ਰੁਪਏ ਲੈਣ ਵਾਲਾ ਤਾਂ ਕੋਠਾ ਪਾ ਗਿਆ ਜਿਹੜੇ ਅਸੀਂ ਇੰਨੀ ਫਸਲ ਆਉਂਦੀ ਸੀਗੀ ਤੇ ਉਹ ਕੋ ਜਾ ਕੇ ਹੋ ਰਿਹਾ ਲੱਖਾਂ ਰੁਪਏ ਧਰਨ ਵਾਲਿਆਂ ਦੇ ਕਮਰਾ ਵੀ ਨਹੀਂ ਬਦਲਿਆ ਗਿਆ ਸੱਤ ਵੀ ਨਹੀਂ ਬਦਲੀ ਗਈ ਸਾਡੇ ਘਰ ਤੋਂ ਤੂੰ ਆਏ ਦੱਸ 5 ਸਾਲ ਤੋਂ ਆਇਆ ਤੂੰ ਤੂੰ ਮੇਰੇ ਨਾਲ ਕੋਈ ਦੁੱਖ ਸੁੱਖ ਕੀਤਾ ਬੈਠ ਕੇ ਦੋ ਸਾਲਾਂ ਦਾ ਨੌਕਰੀ ਨਹੀਂ ਬਦਲਿਆ ਕੀ ਆ 5 ਸਾਲਾਂ ਦਾ 18 20 ਘੰਟੇ ਕੰਮ ਕਰਦਾ ਰਿਹਾ ਉੱਥੇ ਮਤਰੇਗਾ ਵੀ ਨਹੀਂ ਕਰਦੀਆਂ ਇਹੋ ਜਿਹਾ ਕੁਝ ਵੇ ਮੈਂ ਕੀ ਕਰਤਾ ਢਾਈ ਜਣੇ ਮੈਨੂੰ ਐ ਬੋਲਦਾ ਤੇ ਉਹਦੇ ਚੱਕ ਚਕਾਈ ਚ ਚੱਕ ਚਕਾਈ ਚ ਨਹੀਂ ਬੋਲਦਾ ਗੱਲ ਸਹੀ ਕਹਿੰਦਾ ਨਾ ਤੈਨੂੰ ਪਹਿਲਾਂ ਦੱਸਿਆ ਸੀਗਾ ਸਾਡਾ ਅਜੇ ਤੱਕ ਕੋਈ ਪਿਆ ਪੁੱਤ ਵਾਲਾ ਨਹੀਂਗਾ ਅਸੀਂ ਯਾਰ ਦੋਸਤਾਂ ਮੈਨੂੰ ਰਹਿੰਦੇ ਆ ਤੂੰ ਖਾ ਗਈ ਸਾਨੂੰ ਹਾਂ ਮੈਂ ਬਾਹਰ ਨਾ ਗਈ ਤੂੰ ਬਾਈਨਾਂ ਨੂੰ ਟੱਪ ਗਈ ਜਦੋਂ ਕੁਝ ਪਾ ਕੇ ਦੇ ਦਿੰਦੀ ਹਾਂ ਪਾ ਕੇ ਦੇ ਦਿੰਦੀ ਜੇ ਚੱਜ ਦਾ ਮੂੰਹ ਨਹੀਂ ਬਣਾਇਆ ਗੱਲ ਤਾਂ ਚੱਜ ਦੀ ਕਰ ਲੈ ਚੋਰ ਕਿਉਂ ਤਪਾਉਣਾ ਮੈਨੂੰ ਤਪਾਉਂਦਾ ਨਹੀਂ ਜਦੋਂ ਤਪਾਉਣ ਤੇ ਆ ਗਿਆ ਨਾ ਗੱਲ ਨਹੀਂ ਆਉਣ ਨਹੀਂ ਨਰਮ ਕਰ ਕੀ ਗੱਲ ਆ ਤੈਨੂੰ ਤਾਂ ਐਵੇਂ ਗਿਆਨੀ ਜਿਹਾ ਕਿਹੜਾ ਬੋਲਦਾ ਤੈਨੂੰ ਪਤਾ ਨਹੀਂ ਤੂੰ ਗਿਆਨੀ ਦਾ ਕੰਮ ਹੀ ਨਹੀਂ ਦੇਖੇ ਕੁਦਰਤੀ ਮਾਰ ਸੁੱਖ ਰੱਖੇ ਦੇਗ ਹੀ ਨਹੀਂ ਖਾਦੀ ਉਹ ਤੇ ਗੁਰਦੁਆਰੇ ਵਾਲੀ ਜਿੱਥੇ ਖਾ ਲੈਣਾ ਦੇ ਦੇ ਤੂੰ ਗਿਆਨੀ ਜਾ ਹੈ ਤੇਰਾ ਤਾਂ ਦਿਖਾਵ ਹੈ ਕੰਜਰ ਆ ਪੂਰਾ ਸਿਰੇ ਦਾ ਕੰਜਰ ਆ ਤੂੰ ਸੁਣ ਲੈ ਫਿਰ ਮੈਂ ਤੋਂ ਵੀ ਸੱਚੀਆਂ ਸੱਚੀਆਂ ਸੁਣ ਲੈ ਤੂੰ ਖਵਾਏਗਾ ਮੈਂ ਖਵਾਏ ਕੁੜੀ ਨੂੰ ਪੈਸੇ ਉਹ ਤਾਂ ਲੋਕ ਹੀ ਦੱਸ ਦੇਣਗੇ ਕਿਹੜਾ ਕੰਜਰ ਆਗਾ ਕਰ ਜੇ ਕੰਜਰ ਆਗਾ ਮੈਂ ਕੀ ਖਵਾਇਆ ਉਹ ਕਰਦੇ ਸੀ ਘਰ ਚ ਕੰਮ ਤਾਂ ਖਾਂਦੇ ਖਾਣਾ ਨਹੀਂ ਖਾਣ ਕਿ ਤੇ 2 ਕਰੋੜ ਰੁਪਇਆ ਮੁੰਡੇ ਨੇ ਬਾਹਰ ਜਾ ਕੇ ਭੇਜਿਆ ਕਿੱਥੇ ਸਿਸਟਮ ਹੋ ਗਿਆ ਜਿਹੜੀ ਫਸਲ ਆਉਂਦੀ ਸੀ ਉਹਨਾਂ ਕੋਲੇ ਸੀ ਉਹ ਵੀ ਖਤਮ ਹੋ ਗਈ ਮੇਰੇ ਤੋਂ 40 ਰੁਪਏ ਲੱਗੇ ਪੈਰਾਸ਼ੀਟਾਂ ਗੋਲਦੇ ਮੇਰੇ ਜ਼ਿਆਦਾ 40 ਰੁਪਏ ਕੱਟ ਕੇ ਮੈਨੂੰ ਦੂਜੇ ਪੈਸਿਆਂ ਦਾ ਹਿਸਾਬ ਚਾਹੀਦਾ ਬਣਿਆ ਪੈਰਾਸ਼ੀਟ ਪੈਰਾਸ਼ੀਟ ਲਾ ਛੱਡੀ ਹੈਗੀ ਸਿਰ ਖਾ ਲਿਆ ਮੇਰੇ ਇਹਨੇ ਕੰਜਰ ਨੇ ਤੈਨੂੰ ਕੀ ਪਤਾ ਪੈਰਾਸ਼ੀਟ ਇੰਨਾ ਇੰਨਾ ਮਹਿੰਗੇ ਹਸਪਤਾਲ ਤੇ ਲੈ ਕੇ ਗਏ ਨੇ ਉਹ ਆਪਾਂ ਨੂੰ ਮਰੀ ਜਾਣ ਆਪ ਦੀ ਕਿਤੇ ਮੈਨੂੰ ਕੋਈ ਨਹੀਂ ਲੈ ਕੇ ਗਿਆ ਸਾਰੇ ਲੰਡੂ ਜੀ ਹਸਪਤਾਲ ਚ ਲੈ ਕੇ ਗਏ ਆ ਕਰਕੇ ਡਾਕਟਰ 2 ਦਿਨ ਉੱਥੇ ਪਾਈ ਰੱਖੇ ਬਿਓ ਸਾ ਟੀਕਾ ਲਾ ਕੇ ਇੱਕ ਦਿਖਾਵਾ ਕਰ ਲਿਆ ਵੀ ਤੂੰ ਪੈਸੇ ਝਾੜ ਲਾ ਗਏ ਕੁਛ ਨਹੀਂ ਕਰਿਆ ਮੈਨੂੰ ਸਭ ਪਤਾ ਹੈਗਾ ਉਹ ਬਾਪੂ ਜਦੋਂ ਆ ਜਾ ਬਾਹਰ ਚਲੇ ਜਾ ਉਹ ਜਿੱਦਾਂ ਨਹੀਂ ਮੈਂ ਆਪਾਂ ਨੂੰ ਵੀ ਲੋੜ ਆ ਜਿਹੜਾ ਕੰਮ ਹੋਣਾ ਜਦੋਂ ਹੋ ਗਿਆ ਲੈ ਜਾ ਇਹਨੂੰ ਨਾ ਤੂੰ ਘਟਣ ਆਏ ਕੱਟਣ ਵਾਲੇ ਹੋਰ ਚੁਗਲੀਆਂ ਕਰ ਲਿਓ ਮੇਰੀ ਮੇਰੀ ਗੱਲ ਤੈਨੂੰ ਦੱਸਤੀ ਨਾ ਤਾਂ ਇੱਥੇ ਕੁੜੀ ਬੜੇ ਨਾ ਪਰਾਉਣਾ ਉਹ ਮੈਂ ਵੀ ਨਹੀਂ ਵੜਦੀ ਤੁਸੀਂ ਰਹੋ ਇਕੱਲੇ ਮੈਂ ਤਾਂ ਉਹਨਾਂ ਕੋਲੇ ਜਾਉਂ ਉਹ ਮੈਂ ਚੰਗਾ ਰਹਿੰਦਾ ਉਹਨੂੰ ਰੱਖਣ ਦੀ ਬਜਾਏ ਹੋਰ ਹੀ ਜੰਮ ਲੈਂਦਾ ਮੈਂ ਕੋਈ ਨਹੀਂ ਹੁਣ ਹੋਰ ਵਿਆਹ ਕਰਾ ਲਈ ਜੰਮ ਨਹੀਂ ਬੋਲਦਾ ਤਾਂ ਦੇਖ ਚੋਰਾ ਮੈਂ ਤਾਂ ਕਈਆਂ ਜਾਂਦੀਆਂ ਗੱਲਾਂ ਜਿਹੜੀਆਂ ਮੈਂ ਨਹੀਂ ਕਹਿਣੀਆਂ ਚਾਹੁੰਦੀ ਉਹ ਕਈਆਂ ਜਾਂਦੀਆਂ ਕਮੋ ਇੱਕ ਗੱਲਾਂ ਤੋਂ ਤੂੰ ਮੈਨੂੰ ਚੰਗਾ ਹੀ ਕਹਿੰਦੀ ਸੀ ਵੀ ਬਾਹਰ ਨਾ ਆ ਜਾ ਬਾਹਰ ਨਾ ਆ ਜਾ ਬਾਹਰੋਂ ਤਾਂ ਕੀ ਬਣਨਾ ਸੀ ਇੱਧਰਲਾ ਵੀ ਮੇਰਾ ਤਾਂ ਸਾਰਾ ਕੁਝ ਲੁੱਟਿਆ ਗਿਆ ਤੈਨੂੰ ਦੱਸੂ ਗਈ ਸੀ ਸਾਰੀ ਹਿਸਟਰੀ ਮੈਂ ਖਾ ਕੇ ਭੈਣ ਤੇ ਪ੍ਰਾਹੁਣਾ ਲੁੱਟ ਕੇ ਸਾਰਾ ਕੁਝ
ਪਰ ਹੁਣ ਐਂ ਦੇਖ ਲਾ ਵੀ ਜਿਹੜਾ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਨਿਭਾਤਾ ਨਾ। ਵਾਅਦਾ ਤਾਂ ਨਿਭਾਤਾ, ਐਂ ਕਿੰਨਾ ਕੁ ਟਾਈਮ ਚੱਲੂਗਾ ਮੰਮੀ? ਮੈਂ ਕਹਿ ਨਹੀਂ ਸਕਦੀ ਮੰਮੀ, ਉਹਨਾਂ ਨੂੰ ਹੀ ਲੁੱਜੀ ਜਾਂਦੇ ਨੇਗੇ ਯਾਰ। ਹੁਣ ਉਹ ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਾਂ ਕਿਹੜਾ ਦਿਮਾਗ 'ਚ ਕੁਛ ਘੋਲ ਕੇ ਪਾ ਦੇਈਏ, ਮੱਝ ਮੂਹਰੇ ਬੀਣ ਵਜਾਉਣ ਦਾ ਕੀ ਫਾਇਦਾ ਹੁੰਦਾ। ਨਹੀਂ ਵੀ ਚਲੋ, ਘੰਟੇ ਕੰਮ ਕਰਕੇ ਵੀ ਮੇਰਾ ਰਾਸ ਨਹੀਂ ਆਇਆ, 5 ਸਾਲ ਲਾਇਆ ਤੈਨੂੰ ਪਤਾ ਤਾਂ ਹੈ। ਜੀ ਤੂੰ ਤਾਂ ਨਾ ਹੀ ਜਾਂਦੇ। ਹੋਰ ਮੈਂ ਤਾਂ ਤੇਰੇ ਤੋਂ ਵੀ ਦੂਰ ਰਿਹਾ, ਬਾਪੂ ਤੋਂ ਵੀ ਦੂਰ ਰਿਹਾ, ਫਿਰ ਵੀ ਕੋਈ ਫਾਇਦਾ ਨਹੀਂ ਹੋਇਆ। ਕੀ ਰਹਿ ਗਿਆ? ਆਹ ਘਰ ਛੱਡ ਕੇ ਗਿਆ ਸੀ, ਉਹੀ ਘਰ ਜਾ ਕੇ ਫਿਰ ਬਹਿ ਗਿਆ। 2 ਕਰੋੜ ਰੁਪਇਆ ਭੇਜਦਾ, ਉਹਨਾਂ ਨੂੰ ਮੌਜ ਬਣੀ ਹੋਈ ਹੈਗੀ। ਮੰਮੀ ਜਦੋਂ ਜਾਂਦੇ ਉਹ ਤਾਂ ਮੰਮੀ ਨੂੰ ਕਾਲ ਕਰਕੇ ਕਹਿ ਦਿੰਦੇ ਆ ਸਾਨੂੰ ਆਹ ਚਾਹੀਦਾ। ਇਹ ਨਾ ਕਿ ਉਹ ਵੀ ਪਤਾ ਨਹੀਂ ਮੈਨੂੰ ਚੱਕ ਦਿੰਦੀ ਹੈਗੀ ਵੀ, ਜਾਂ ਕੋਈ ਫੋਨ ਕਰ ਦਿੰਦੇ ਆ ਸਾਨੂੰ ਇੰਨੇ ਪੈਸੇ ਚਾਹੀਦੇ, ਸਾਨੂੰ ਆਹ ਚੀਜ਼ ਚਾਹੀਦੀ ਹੈ। ਮੰਮੀ ਉਹ ਵੀ ਚੱਲ ਜਾਂਦੇ ਆ। ਮੰਮੀ ਦੇਊ ਕਿੱਥੋਂ? ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ, ਜੇ ਤੂੰ ਕਹੇ ਤਾਂ। ਹੁਣ ਤੈਨੂੰ ਪਤਾ ਵੀਜ਼ਾ ਉਧਰੋਂ ਆ ਜਾਊਗਾ, ਜਿਹੜੀ ਮੈਂ ਕੰਪਨੀ 'ਚ ਕੰਮ ਕਰਦਾ ਸੀ, 4 ਲੱਖ ਰੁਪਇਆ ਲੱਗਦਾ। ਮੈਂ ਜਾਣਾ, ਮੈਂ ਦੁਬਾਰਾ ਸਾਲ ਕਲਾਇਆ ਉਹਨਾਂ ਕੋਲ। ਨਹੀਂ ਨਹੀਂ ਨਹੀਂ, ਰਹਿਣ ਦੋ, ਹੁਣ ਨਹੀਂ ਜਾਣਾ ਹੈਗਾ, ਇੱਥੇ ਕੰਮ ਕਰ ਲਓ, ਕੀ ਫਾਇਦਾ ਗਾ, ਇੱਥੇ ਬੈਠੀ ਮੈਂ ਝਾਕੀ ਜਾਊਂਗੀ। ਚੱਲ ਠੀਕ ਆ, ਬਾਕੀ ਜਿਵੇਂ ਤੇਰੀ ਮਰਜ਼ੀ, ਬਾਕੀ ਮੈਂ ਬਾਪੂ ਨੂੰ ਵੀ ਕਹਿ ਦੂੰਗਾ ਵੀ ਬਾਪੂ ਰਹਿਣ ਦੇ ਫਿਰ, ਹਨਾ। ਹੁਣ ਜਾ ਕੇ ਕਰਨਾ ਵੀ ਕੀ ਆ? ਚੱਲ ਜਿਵੇਂ ਵੀ ਤੈਨੂੰ ਠੀਕ ਲੱਗਦਾ ਬਸ। ਤੇ ਹੁਣ ਤੁਸੀਂ ਹੁਣ ਆਏ ਮੂੰਹ ਕਿਉਂ ਕੀਤਾ ਗਾ? ਮੂੰਹ ਤਾਂ ਕਰਨਾ ਹੀ ਯਾਰ, ਸਾਰਾ ਕੁਛ ਤਾਂ ਲੁੱਟਿਆ ਗਿਆ ਹੁਣ। ਫਿਰ ਉਹ ਤਾਂ ਮੰਮੀ ਨੂੰ ਵੀ ਚਾਹੀਦਾ ਸੀਗਾ ਹਨਾ, ਉਹ ਵੀ ਸੋਚ ਲੈਂਦੇ ਵੀ ਸਾਡਾ ਪੁੱਤ ਪਰਦੇਸਾਂ 'ਚ ਧੱਕੇ ਖਾਂਦਾ ਫਿਰਦਾ ਗਾ, ਵੀ ਅਸੀਂ ਕੁਛ ਬਣਾਈਏ ਉਹਦੀ ਕਮਾਈ ਦਾ, ਵੀ ਜਦੋਂ ਆਵੇ ਉਹਨੂੰ ਪਤਾ ਲੱਗੇ ਵੀ ਮੈਂ ਕਮਾਈ ਕੀਤੀ ਸੀ ਤਾਂ ਬਣਿਆ ਪਿਆ ਗਾ। ਕੀ ਦੱਸਾਂ ਤੈਨੂੰ, ਜਿਹਨੂੰ ਖੜਾ ਨਹੀਂ ਦਿੰਦਾ ਉਹਨੂੰ ਬੈਠਾ ਬਾਹਲਾ ਦਿਸੂਗਾ। ਇਹਨੇ ਪੁੱਤ ਮਾਰ ਹੀ ਦਿੱਤਾ, ਇੰਨਾ ਤਾਂ ਕੋਈ ਮਤਰੇਈ ਮਾਂ ਵੀ ਨਹੀਂ ਕਰਦੀ ਹੁੰਦੀ ਜਿੰਨਾ ਉਹਨੇ ਆਪਦੇ ਪੁੱਤ ਨਾਲ ਕੀਤਾ, ਸਕੇ ਨਾਲ। ਤੇ ਬਾਪੂ ਕੁਛ ਨਹੀਂ ਕਹਿੰਦੇ ਹੈਗੇ? ਬਾਪੂ ਨੂੰ ਤਾਂ ਵਿਚਾਰੇ ਨੂੰ ਪਤਾ ਹੀ ਕੱਖ ਨਹੀਂ ਸੀ, ਬਾਪੂ ਨੂੰ ਤਾਂ ਕਹਿੰਦੇ ਸੀ ਇੱਧਰੋਂ ਪੈਸੇ ਭੇਜਦੇ ਆ, ਉਧਰੋਂ ਤਾਂ ਪ੍ਰਵੀਨ ਕਹਿੰਦਾ ਕਰੇ, ਉਧਰੋਂ ਬਾਈ ਜੰਨੀ ਕਹਿੰਦਾ ਕਰੇ। ਨਹੀਂ ਦੇਖ ਲਓ ਭੈਣਾਂ, 100-100 ਸੋਚਦੀਆਂ ਹਨਾ ਭਰਾ ਦੇ ਘਰ ਬਾਰੇ, ਵੀ ਨਾ ਸਾਡੇ ਭਰਾ ਦਾ ਆਹ ਬਣ ਜੇ, ਸਾਡੇ ਭਰਾ ਦਾ ਆਹ ਬਣ ਜੇ, ਇੱਥੇ ਭੈਣ ਨੇ ਵੀ ਨਹੀਂ ਸੋਚਿਆ। ਹੋਰ ਕੀ ਆ, ਲੁੱਟ ਪੱਟ ਕੇ ਖਾ ਗਏ ਮੈਂ ਤਾਂ। ਮੈਂ ਤਾਂ ਕਿਤੇ ਬਾਹਰ ਵੀ ਨਹੀਂ ਜਾ ਸਕਦਾ, ਮੂੰਹ ਦਿਖਾਉਣ ਜੋਗਾ ਨਹੀਂ ਰਿਹਾ। ਅਗਲਾ ਕਹਿੰਦਾ ਆ ਲਾਇਆ 5 ਸਾਲ ਗਾਲ ਕੇ, ਤੇ ਲੋਕਾਂ ਨੂੰ ਵੀ ਤਾਂ ਪਤਾ ਹੀ ਹੋਊਗਾ। ਲੋਕਾਂ ਨੂੰ ਤਾਂ ਕੀ ਪਤਾ ਯਾਰ, ਅਗਲੇ ਨੇ ਤਾਂ ਕਹਿਣਾ ਹੀ ਹੁੰਦਾ। ਚੱਲ ਜਾ ਚਾਹ ਚੂਲਿਆ ਬਣਾ ਯਾਰ, ਜਾਣਗੇ ਅੰਦਰ ਵੜ ਕੇ ਲੈ ਗਏ ਤੈਨੂੰ। ਚਲੋ ਬਣਾਉਣੇ। ਕੀ ਗੱਲ ਐ ਬਹਿ ਗਈ ਆ ਕੇ? ਹੈਂ ਤੁਸੀਂ ਤਾਂ ਮੰਮੀ ਐ ਪੁੱਛਦੇ ਹੋ ਜਿਵੇਂ ਤੁਹਾਨੂੰ ਕਦੇ ਕੁਛ ਪਤਾ ਹੀ ਨਹੀਂ ਹੁੰਦਾ ਗਾ। ਤਾਂ ਵੀ ਮੈਨੂੰ ਕੀ ਪਤਾ ਲੱਗੂ, ਜੇ ਦੱਸੇਗੀ ਤਾਂ ਪਤਾ ਲੱਗ ਜੂ। ਤਾਂ ਵੀ ਕੀ, ਹੁਣ ਫੇਰ ਸਨੀ ਬਾਹਰ ਜਾਣ ਦੀ ਗੱਲ ਕਰੀ ਜਾਂਦਾ ਗਾ, ਪਹਿਲਾਂ ਦਾ ਇੰਨੇ ਟਾਈਮ ਦਾ ਕੁਛ ਬਣਿਆ ਨਹੀਂ ਹੈਗਾ, ਹੁਣ ਕੀ ਬਣ ਜੂਗਾ? ਤੇ ਪਹਿਲਾਂ ਲੱਗੀ ਗਏ ਸਾਡੇ ਤੇ ਪੈਸੇ, ਤਾਂ ਪਹਿਲਾਂ ਵੀ ਭੇਜਿਆ, ਮੈਨੂੰ ਪਤਾ ਹੈ ਮੈਂ ਵੀ ਬਿਮਾਰ ਹੋ ਗਈ, ਤੇਰਾ ਸਹੁਰਾ ਵੀ ਬਿਮਾਰ ਹੋ, ਪੈਸੇ ਤਾਂ ਲੱਗਣਗੇ, ਘਰੇ ਵੀ ਖਰਚਾ ਸਾਰਾ। ਮੰਮੀ ਕੁਛ ਤਾਂ ਬਣਾਉਂਦੇ, ਉਹਨੂੰ ਇਹ ਤਾਂ ਹੋ ਜਾਂਦਾ ਵੀ ਜੇ ਮੈਂ ਇੰਨੇ ਸਾਲ ਬਾਹਰ ਰਿਹਾ ਮੇਰੇ ਮਾਂ ਬਾਪ ਨੇ ਪਿੱਛੇ ਕੁਛ ਬਣਾਇਆ ਗਾ। ਨਾਲੇ ਮੇਰੀ ਗੱਲ ਸੁਣ ਲਓ, ਰਾਜੀ ਰਹੋ ਗੁੱਸੇ ਰਹੋ, ਜਿਹੋ ਜਿਹਾ ਕੁੜੀਆਂ ਕੋਲ ਸੁਧਾਰਾ ਜਾਂਦਾ ਹੁੰਦਾ ਨਾ ਸੁੱਕਾ ਸਿੱਧਾ, ਉਹੋ ਜਿਹਾ ਜਾਇਆ ਕਰੂਗਾ, ਹੁਣ ਨਹੀਂ ਗਾ। ਪਹਿਲਾਂ ਵਾਂਗੂ ਵੀ ਜੋ ਵੀ ਆਇਆ ਚੱਲ ਕੁੜੀ ਕੋਲ, ਜੋ ਵੀ ਆਇਆ ਚੱਲ ਕੁੜੀ ਕੋਲ। ਕੁੜੀ ਤਾਂ ਖੁਦ ਉਰੇ ਆ ਗਈ ਸੀ, ਪ੍ਰਾਹੁਣਾ ਆਪਦੀ ਨੌਕਰੀ ਛੱਡ ਕੇ ਆਇਆ, ਜੋਬ ਮਿਲੀ ਹੋਈ ਸੀ ਵਧੀਆ। ਅੱਛਾ, ਸਾਰਾ ਕੁਛ ਵੇਚ ਵੱਟਣ ਵਾਸਤੇ ਛੱਡ ਕੇ ਆਏ ਸੀ? ਹਾਂ, ਵੇਚ ਵੱਟਣ ਵਾਸਤੇ। ਕੱਲ ਦੀ ਭੂਤਨੀ ਸਿਵਾ ਜਦ, ਤੈਨੂੰ ਕੀ ਪਤਾ ਸਾਰੀ ਗੱਲਾਂ ਬਾਤਾਂ ਦਾ, ਤੂੰ ਲੱਗ ਗਈ ਬੋਲਣ, ਤੈਨੂੰ ਕਿਹਨੇ ਇਹ ਚੱਕ ਦੇਤੀ? ਚੱਕ ਨਹੀਂ ਦਿੱਤੀ ਮੈਨੂੰ ਸਨੀ, ਸਾਰਾ ਕੁਛ ਦੱਸਿਆ ਠੀਕ ਆ ਨਾ,
ਕੀ ਚੱਲਦਾ ਗਾ? ਸਨੀ ਨੇ ਤਾਂ ਦੱਸਣਾ ਹੀ ਸੀਗਾ। ਤੁਸੀਂ ਤਾਂ ਆਪਦੇ ਪੁੱਤ ਬਾਰੇ ਵੀ ਨੀ ਸੋਚਿਆ ਹੈਗਾ ਗਾ ਵੀ ਬਈ ਉਹ ਦਿਨ ਰਾਤ ਇੱਕ ਕਰਕੇ ਕਮਾਈ ਕਰਦਾ ਗਾ ਵੀ ਅਸੀਂ ਉਹਦੇ ਵਾਸਤੇ ਕੁਛ ਬਣਾ ਲਈਏ। ਫਿਰ ਲੁਕਵਾ ਕੇ ਤਾਂ ਉਹ ਵੀ ਨੀ ਲੈ ਗਏ ਕੁਛ। ਆਏ ਥੋੜੋ ਧੀਆਂ ਖਾਂਦੀਆਂ ਹੁੰਦੀਆਂ ਨੇ, ਕੁਛ ਨੀ ਖਾਦਾ ਘਰ ਖਾ ਜੋ, ਕੁਛ ਨੀ ਖਾਦਾ ਉਹਨਾਂ ਨੇ, ਐਵੇਂ ਵਹਿਮ ਹੋ ਗਿਆ ਇਹਨਾਂ ਨੂੰ। ਹੁਣ ਮੇਰੇ ਤੇ ਲਾ ਲਓ ਜੇ ਮੈਂ ਢੋਈ ਜਾਊਂਗੀ ਆਪਦੇ ਪੇਕਿਆਂ ਤੋਂ, ਕਿੰਨੇ ਕੁ ਚੰਗੀ ਗੱਲ ਆ ਮੇਰੀ, ਰੱਬ ਆਪਦੇ ਘਰੇ ਦੇਵੇ। ਜੇ ਮੇਰੀ ਕੁੜੀ ਨੂੰ ਅੱਜ ਤੋਂ ਬਾਅਦ ਵੱਧ ਘੱਟ ਬੋਲੀ ਹੈ ਨਾ, ਆ ਗੁੱਤ ਪੱਟ ਕੇ ਹੱਥ ਚ ਫੜਾ ਦੂੰ। ਮੇਰੀ ਕੁੜੀ ਨੂੰ ਤਾਂ ਸਭ ਕੁਝ ਜਾਊ, ਲੋਹੜੀ ਦਾ ਵੀ ਜਾਊ, ਸੰਧਾਰਾ ਦੀਵਾਲੀ ਦਾ ਵੀ ਜਾਊ, ਤੂੰ ਕੌਣ ਆ ਵਿੱਚ ਰੋਕਣ ਵਾਲੀ ਮੈਨੂੰ? ਬਸ ਕਰੋ ਮੰਮੀ, ਹਜੇ ਕੋਈ ਕਸਰ ਰਹਿ ਗਈ? ਮੇਰੀ ਗੱਲ ਸੁਣ ਲਾ, ਆਹ ਘਰ ਨਾ ਮੇਰੇ ਨਾਂ ਤੇ ਹੈ, ਜੇ ਤੁਸੀਂ ਮੇਰੇ ਨਾਲ ਐਂ ਹੀ ਰਹੋਗੇ, ਵੇਚ ਵੱਟ ਕੇ ਸਾਰਾ ਆਪਦੇ ਕੋਲ ਰੱਖ ਲੂ ਤੇ ਤੁਹਾਨੂੰ ਲੈ ਜੂੰਗੀ ਰੋਡ ਤੇ, ਫੇਰ ਤੂੰ ਦੇਖੀ। ਟਾਈਮ ਕਾਹਤੋਂ ਲਾਉਣਾ, ਫਿਰ ਇਹ ਵੀ ਕੰਮ ਜਿਹੜਾ ਕਰਨਾ ਪੱਤਰਕਾਰੀ ਵਾਲਾ ਕਰ ਹੀ ਦੋ। ਲੈ ਇਹ ਵੀ ਤੇਰੀ ਖੁਆਇਸ਼ ਨਾ ਮੈਂ ਪੂਰੀ ਕਰ ਹੀ ਦੂੰ, ਜਾਨੀ ਆਪਦੀ ਕੁੜੀ ਕੋਲ। ਲੈ ਮਾਂ ਤੈਨੂੰ ਕੁੜੀ ਕੋਲ ਕੌਣ ਜਾਣ ਨੂੰ ਕੌਣ ਕਹਿੰਦਾ ਗਾ, ਹੱਦ ਹੁੰਦੀ ਹੈਗੀ। ਕੀ ਹੋ ਗਿਆ ਬਾਪੂ ਜੀ? ਗੱਲ ਸੁਣਿਓ ਬਾਪੂ, ਕੀ ਹੋ ਗਿਆ? ਦੇਖੀ ਬਾਪੂ ਕਿਵੇਂ ਕਰੀ ਜਾਂਦਾ ਪਾਣੀ ਲੈ ਕੇ। ਹੋ ਗਿਆ ਬਿਮਾਰ ਬਮੂਰ ਤਾਂ ਨਹੀਂ ਹੋਇਆ, ਡਾਕਟਰ ਬੁਲਾਵਾਂ? ਜਿਹੜੀ ਜ਼ਮੀਨ ਸੀ ਤੇਰੀ ਮਾਂ, ਉਹ ਕਹਿੰਦਾ ਸੀ ਮਾਂ ਨਾਲ ਲਵਾ ਦੇ ਜ਼ਮੀਨ, ਇਹ ਕਿਹੜਾ ਕਿਤੇ ਜਾਂਦੀ ਆ, ਉਹਨੇ ਜ਼ਮੀਨ ਉਹਨਾਂ ਦੇ ਨਾਲ ਲਵਾਤੀ, ਚੰਨੀ ਚੰਨੀ ਵੇਚ ਗਿਆ ਜ਼ਮੀਨ। ਹਾਏ ਬਾਪੂ, ਆਪਾਂ ਤਾਂ ਜਮਾਂ ਹੀ ਲੁੱਟੇ ਗਏ। ਉਹ ਕਿਹੜਾ ਲੁੱਟੇ ਗਏ, ਆਪਾਂ ਜਮੀ ਪੱਟੇ ਗਏ, ਭੂਰਾ ਵੀ ਨਹੀਂ ਰਹੀ। ਕਿੱਥੇ ਇੱਕ ਕਿੱਲਾ ਜਿਹੜਾ ਮੇਰੇ ਨਾਲ ਸੀ ਉਹ ਕਿੱਲਾ ਹੀ ਰਹਿ ਗਿਆ। ਬੇਬੇ ਤਾਂ ਹੁਣ ਰੁੱਸ ਕੇ ਗਈ ਹੈ, ਕਹਿੰਦੀ ਘਰ ਵੀ ਮੇਰੇ ਨਾਮ ਆ ਗਿਆ, ਕਹਿੰਦੀ ਮੈਂ ਤਾਂ ਜੰਨੀ ਆ ਕੁੜੀ ਕੋਲ, ਕਹਿੰਦੀ ਤੁਹਾਨੂੰ ਰੋਡ ਤੇ ਲਿਆ। ਬੇਬੇ ਦੇ ਨਾਲ ਅੱਧਾ ਘਰ ਉਹਦੇ ਨਾਲ, ਅੱਧਾ ਆਪਣੇ ਨਾਲ ਪੁੱਤ। ਹਾਏ ਰੱਬਾ ਮੇਰੇ, ਤੇਰੇ ਕਹਿਣ ਤੇ ਲਵਾਏ ਪੁੱਤ, ਤਾਂ ਹੀ ਮੈਂ ਲਵਾਉਂਦਾ ਨਹੀਂ ਹੁੰਦਾ ਸੀ। ਤੂੰ ਕਹਿੰਦੇ ਨਹੀਂ ਮੇਰੀ ਮਾਂ ਗਿਆ, ਦੇਖ ਲਾ ਅੱਜ ਨਤੀਜਾ, ਦੇਖ ਲਾ ਆਪਦੀ ਮਾਂ ਦਾ ਨਤੀਜਾ, ਦੇਖ ਲਾ ਅੱਜ ਇਹ ਵੀ ਤੈਨੂੰ ਤਾਂ ਗਿਆ ਸੀ, ਮੈਂ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਆ ਗਿਆ। ਕਿੱਲਾ ਚੰਗਾ ਰਹੇਗਾ ਜਿਹੜਾ ਕਿੱਲਾ ਮੈਂ ਆਪਦੇ ਨਾਂ ਰੱਖ ਲਿਆ, ਤੇ ਅੱਧਾ ਘਰ ਆਪਦੇ ਨਾਂ ਰੱਖ ਲਿਆ। ਅੱਜ ਇੰਨਾ ਛੋਕਰਾ ਜਿਹੜਾ ਚੰਗਾ ਚੰਗਾ ਹੈ ਘਰ ਆਪਣੇ ਨਾਂ, ਜਿਹੜਾ ਪਾਲਣਾ ਵਾਸਤੇ ਵਿਹਲਾ ਪਿਆ, ਉਹਨਾਂ ਦੇ ਨਾਂ ਕਰਾ ਦੋ ਜਮਾਂ ਚੱਲ। ਤੇ ਜਿਨੀ ਅੱਜ ਇਹ ਵੀ ਜੋੜੀਆਂ ਵੱਟ ਜਾਂਦੇ ਤੁਰੇ ਫਿਰਦੇ ਇੱਥੇ ਮੁੜ ਕੇ, ਹੁਣ ਤਾਂ ਆਪਾਂ ਭਰਾ ਰਾਜੀ ਰਾਜ ਗੁੱਸੇ ਰਹੇ, ਹੁਣ ਤਾਂ ਤੈਨੂੰ ਬਾਹਰ ਜਾਣਾ ਪਊਗਾ। ਚੱਲ ਬਾਪੂ ਦੇਖਦੇ ਫਿਰ ਕਮਾਉਂਦੇ ਅੱਗੇ, ਤਾਂ ਮੈਂ ਇੰਜ ਹੀ ਤੁੱਗੇ ਰਾਂ ਕਰ, ਜਿਹਨਾਂ ਜਾ ਕੇ ਇੱਥੇ 6 ਮਹੀਨੇ ਲਾ ਲਾ, ਬਾਅਦ 'ਚ ਇਹਨੂੰ ਕੁੜੀ ਨੂੰ ਬੁਲਾਉਣੀ ਅੱਜ ਕੋਲ ਸੱਦ ਲਈ। ਨਹੀਂ ਬਾਪੂ ਮੈਂ ਸਾਲ ਲਾ ਕੇ ਆਊਂਗਾ, ਪਰ ਤੁਸੀਂ ਇੱਥੇ ਰਹੋ, ਬੇਬੇ ਦਾ ਕੋਈ ਪਤਾ ਨਹੀਂ ਕੀ ਕਰਦੇ ਕੀ ਨਾ ਕਰਦੇ। ਉਹ ਤਾਂ ਅੱਜ ਵੀ ਗੁੱਸੇ ਹੋ ਕੇ ਕੁੜੀ ਕੋਲ ਗਏ ਨੇ, ਕਦੇ ਕਿੱਲਾ ਤੇਰੇ ਨਾਲ ਗਾ, ਤੈਨੂੰ ਜੇ ਕੁਝ ਖਾ ਕੇ ਪਿਆ ਦਿੱਤਾ ਹਨ ਕੁਝ ਪਾ ਕੇ, ਮੈਨੂੰ ਸਮਝ ਨਹੀਂ ਗੱਲ ਦੀ। ਹੁਣ ਜਿਹੜਾ ਕੁਝ ਕਰਨਾ ਇਹਨਾਂ ਨੇ ਕਰਤਾ, ਆ ਕਿੱਲਾ ਵਾਹਣ ਦਾ, ਇਹ ਕਿੱਲਾ ਮੈਂ ਤੇਰੇ ਨਾਲ ਕਰਾ ਦਿੰਦਾ, ਬਸ ਗੱਲ ਖਤਮ ਆ ਗਈ। ਮੈਥੋਂ ਵੀ ਮੇਰਾ ਮੈਨੂੰ ਮਾਰ ਕੇ ਕੀ ਕਰ ਲੈਣਗੇ ਉਹ, ਮੈਂ ਕਿੱਲੇ ਨਹੀਂ ਤੇਰੇ ਨਾਲ, ਮੈਂ ਜੋੜੀ ਵੱਢ ਮਾਂ ਦੇ ਨਾਲ ਰੱਖਦੇ ਨਹੀਂ ਹੁਣ, ਆ ਘਰ ਆਏ ਤੇਰੇ ਨਾਲ ਕਰਾ ਦੂੰਗਾ, ਮੈਨੂੰ ਮਾਰ ਕੇ ਮੇਰੇ ਮਗਰ ਕਿੱਲਾ। ਫਿਰ ਮੇਰੀ ਗੱਲ ਸੁਣੋ, ਜੇ ਤੁਸੀਂ ਜਾਣਾ ਹੀ ਆ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ, ਚੁੱਪ ਕਰਕੇ ਚੱਲ ਜਾਓ। ਆਪ ਮੈਂ ਨਾ ਬਾਹਰ ਜਿਹੜੀ ਕੰਪਨੀ 'ਚ ਕੰਮ ਕਰਦਾ ਸੀ, ਉਹਨਾਂ ਨੂੰ ਕਰਦਾ ਫੋਨ, ਆਪਾਂ ਨੂੰ ਰੁਪਇਆ ਲਾਉਣਾ ਪਊ 3-4 ਲੱਖ ਲਾ ਕੇ, ਫਿਰ ਇਧਰ ਨਿਕਲ ਜਾਂਦਾ ਮੈਂ, ਸਾਲ ਕੁ ਲਾਇਆ ਉਹਨਾਂ ਨੇ, ਕਬੀਲਦਾਰੀ ਸੈੱਟ ਹੋ ਜੂਗੀ, ਲੋਕਾਂ ਦੀਆਂ ਟਿੱਚਰਾਂ ਵੀ ਚੱਲਣੀਆਂ ਪੈਣੀਆਂ। ਤੂੰ ਦੇਖ ਲਈ, ਮੈਂ ਕਹਿੰਦਾ ਜੇ ਤਾਂ ਜਗਾੜ ਬਣਦਾ ਹੋਇਆ ਉੱਥੇ, ਤੇ ਇਹਨੂੰ ਵੀ ਉੱਥੇ ਬੁਲਾ ਲਈ, ਲੋੜ ਹੀ ਨਹੀਂ, ਤੁਸੀਂ ਦੋਨੇ ਆਦਾ ਉੱਥੇ ਰਹੋ, ਮੈਂ ਆਪਦਾ ਇੱਥੇ ਰਹੂੰਗਾ। ਨਹੀਂ ਨਹੀਂ ਬਾਪੂ, ਤੈਨੂੰ ਨਹੀਂ ਇੱਥੇ ਇਕੱਲਾ ਛੱਡਣਾ, ਮੈਂ 2-3 ਸਾਲ ਲਾ ਕੇ ਆਇਆ ਕਰੂੰਗਾ, ਮੈਂ ਇੱਧਰ ਮਹੀਨਾ ਲਾ ਜਾਇਆ ਕਰੂੰਗਾ, ਫਿਰ ਤੇਰੀ ਸੇਵਾ ਕੌਣ ਕਰੂਗਾ? ਕੋਈ ਨਹੀਂ, ਮੇਰੀ ਤਾਂ ਦੇਖੀ ਜਾਓ ਮੇਰੇ ਨਾਲ, ਤੂੰ ਕਿਹੜਾ ਜਿਹੜਾ ਸੈੱਟ ਹੋ ਜਾ ਕੇ, ਚੱਲ ਮੈਂ ਹੀ ਜਾ ਕੇ ਲਾ, 3 ਸਾਲ ਕਿਹੜਾ ਤਾਂ ਲਾਣਾ, ਕਿਹੜਾ ਲੈਣ ਦੇਣਾ, ਜੇ ਲੈ ਜੀ ਸੈੱਟ ਹੋ ਜਾਊ ਕੰਮ, ਬਾਅਦ 'ਚ ਦੇਖੀ ਜਾਓ, ਮੁੜ ਕੇ ਨਹੀਂ ਜਾਣਾ ਭਾਵੇਂ ਨਾ। ਹੋਰ ਬਾਪੂ, ਬੇਬੇ ਨੇ ਤਾਂ ਜਮਾਂ ਕਿਸੇ ਕੰਮ ਕਾਰ ਦੇ ਨਹੀਂ ਛੱਡੇ ਯਾਰ, ਉਹਨਾਂ ਪਤਾ ਨਹੀਂ, ਉਹਦਾ ਤਾਂ ਹੀ ਨਹੀਂ ਪਤਾ, ਆਪਾਂ ਪਾਸੇ ਕਰਦੇ ਜਿਹੜਾ ਨਾ ਉਹ ਵੀ ਵੇਚ ਜਾਣ, ਉਹ ਬੰਦੇ ਹੋਰ ਹਿਸਾਬ ਦੇ। ਸਹੀ ਗੱਲ, ਲਾਣਾ ਮਾਣੇ ਦਾ ਬੜਾ ਵੱਡਾ ਕਹਿਰ ਕਰਤਾ, ਜਿਹੜਾ ਜ਼ਮੀਨ ਵੇਚ ਗਿਆ ਉਹ ਘਰ ਘਰ ਥੋੜ੍ਹੀ ਛੱਡੂਗਾ। ਇਹ ਤਾਂ ਗੱਲ ਬਾਪੂ ਹੈਗੀ ਆ, ਮੈਨੂੰ ਤਾਂ ਹੁਣ ਪਤਾ ਲੱਗਿਆ,
ਹੁਣ ਤਾਂ ਆਰਤੀਆਂ ਨੇ ਦੱਸਿਆ ਹੈਗਾ ਤੁਸੀਂ ਇੰਨੇ ਦਿਨ ਪਤਾ ਹੀ ਨਹੀਂ ਮਹਾਂ ਮੈਨੂੰ ਕਦੇ ਪਤਾ ਮੈਨੂੰ ਤਾਂ ਗੱਲ ਦਾ ਹੀ ਨਹੀਂ ਪਤਾ ਕਿਸੇ 'ਤੇ ਕਹਿੰਦਾ ਮੈਨੂੰ ਤਾਂ ਉਹ ਐਂ ਕਹਿੰਦਾ ਸੀਗਾ ਅਤੇ ਉਹਦੇ ਆਰਤੀਆਂ ਕੋਲ ਤਾਂ ਉਹਨੇ ਐਂ ਕਿਹਾ ਮੇਰੇ ਬਾਪੂ ਨੇ ਮੇਰੇ ਨਾਂ ਲਵਾਈ ਆ ਮਾਂ ਬਾਪੂ ਨੂੰ ਕਾਹਨੂੰ ਲਵਾਈ ਆ ਇਹ ਤਾਂ ਉਹਦੇ ਨਾਂ ਸੀਗੇ ਉਹਨੂੰ ਸਾਰਾ ਆਪ ਆਪਣੇ ਕੋਲ ਭਾਫ ਨਹੀਂ ਕੱਢੀ ਤੇਰੀ ਮਾਂ ਨੇ ਵੀ ਮੈਂ ਐਂ ਕਰਤਾ ਬਾਪੂ ਸਹੀ ਗੱਲ ਆ ਹੈ ਨਾ ਸਿਆਣੇ ਸੱਚੀ ਕਹਿੰਦੇ ਕਹਿੰਦੇ ਬੁੜੀਆਂ ਤਾਂ ਸੂਈ ਨਾਲ ਘਰ ਪੱਟ ਦਿੰਦੀਆਂ ਨੇ ਗੀ ਕਹਿੰਦੇ ਮੈਂ ਤਾਂ ਬੜਾ ਕਰਦੀ ਮੁੰਡੇ ਦਾ ਤੇ ਮੁੰਡੇ ਬਾਰੇ ਮੈਂ ਸੋਚਿਆ ਨਹੀਂ ਵੀ ਮੇਰੇ ਮੁੰਡੇ ਜ਼ਮੀਨ ਮੈਂ ਉਹਨਾਂ ਨਾਲ ਲਵਾਈ ਜਾਂਦੀ ਹਾਂ ਮੈਂ ਤਾਂ ਕਹਿੰਦਾ ਟੋਆ ਪੱਟੇ ਕਿਸੇ ਹੋਰ ਨੂੰ ਵਿੱਚ ਧੱਕਾ ਦੇ ਮਹਿੰਦਰ ਨੂੰ ਚਲੋ ਬਾਪੂ ਹੁਣ ਜਿਹੜਾ ਕੁਛ ਹੋਣਾ ਸੀ ਹੋਗਾ ਗੁੱਸਾ ਨਾ ਮੈਂ ਕੀ ਬੋਲਾਂ ਮੈਂ ਤਾਂ ਗੱਲ ਕਰਦਾ ਕੰਪਨੀ ਵਾਲਿਆਂ ਨਾਲ ਪੰਜ ਚਾਰ ਦਿਨਾਂ ਦੇ ਬਸ ਬੇਬੇ ਨੂੰ ਵੀ ਦੱਸਣ ਦੀ ਲੋੜ ਨਹੀਂ ਵਧੀਆ ਗਈ ਵੀ ਆ ਕੁੜੀ ਕੋਲ ਜਾਣਦੇ ਆ ਘਰ ਜਿਹਦਾ ਕਰਦਾ ਸਿਸਟਮ ਜੋ ਵੀ ਆ ਨਾ ਕਰਵਾ ਕੇ ਆ ਕੰਮ ਉਹਦੇ ਨਾਲ ਹੀ ਕਰਵਾ ਦੇ ਪਾਣਾ ਇਹਦਾ ਨਿਪਲ ਅੱਜ ਹੀ ਨਿਬੇੜ ਕੰਮ ਮੈਂ ਤਾਂ ਤੇਰੇ ਨਾਲ ਵੀ ਕਰਾਉਂ ਪਤਾ ਚੱਲ ਜਿਵੇਂ ਵੀ ਕਰ ਲਾ ਬਸ ਮੈਨੂੰ ਤਾਂ ਯਕੀਨ ਹੀ ਨਹੀਂ ਰਿਹਾ ਇੱਥੇ ਪੁੱਤਾ ਮੈਂ ਤਾਂ ਬੁੜੀਆਂ ਦੇ ਨਾਂ ਤੋਂ ਡਰਜਾ ਲੱਗਦਾ ਮੈਂ ਤਾਂ ਤੇਰੇ ਨਾਲ ਹੀ ਕਰਾਊਂਗਾ ਪਹਿਲਾਂ ਤੇਰੇ ਕਹਿਣ 'ਤੇ ਤੇਰੀ ਮਾਂ ਨਾਲ ਕਰਾਇਆ ਸੀ ਆਹ ਨਤੀਜਾ ਦੇਖ ਲਾ ਜੇ ਹੁਣ ਦੁਬਾਰਾ ਇਹਦੇ ਨਾਲ ਕਰਾਤਾ ਨਤੀਜਾ ਫਿਰ ਦੇਖ ਲਈ ਹੱਦ ਹੋ ਗਈ ਬਾਪੂ ਜੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਨਾ ਵੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੋ ਪੰਜ ਸਾਲ ਵੇਟ ਕਰੀ ਗਈਆਂ ਸਨੀ ਦੀ ਬੇਟੀ ਨਹੀਂ ਤਾਂ ਮੈਨੂੰ ਵੀ ਤਕੜੇ ਤਕੜੇ ਘਰਾਂ ਦੇ ਰਿਸ਼ਤੇ ਆਉਂਦੇ ਸੀ ਮੈਂ ਵੀ ਜਿੱਥੇ ਮਰਜ਼ੀ ਕਰਵਾ ਲੈਂਦੀ ਪੁੱਤਾ ਤੂੰ ਤਾਂ ਉਹੀ ਗੱਲ ਕਹੀ ਤੀ ਜਿਹੜੀ ਤੇਰੀ ਮਾਂ ਨੇ ਕਹੀ ਸੀ ਜਦੋਂ ਇਹਦੇ ਨਾਲ ਥਾਂ ਲਵਾਉਂਦਾ ਸੀ ਇਹਨੇ ਵੀ ਮੈਨੂੰ ਆਈ ਕਿਹਾ ਸੀ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਮੈਨੂੰ ਤਾਂ ਨਾ ਵੱਡੇ ਵੱਡੇ ਸਰਦਾਰਾਂ ਦੇ ਰਿਸ਼ਤੇ ਆਉਂਦੇ ਸੀ ਹੁਣ ਇਹ ਵੀ ਮੈਨੂੰ ਉਦੋਂ ਆਹੀ ਗੱਲ ਕਹੀ ਸੀ ਉਹੀ ਗੱਲ ਪੁੱਤ ਤੂੰ ਕਹੀ ਦੀ ਮੇਰਾ ਦਿਲ ਦੀ ਧੜਕਣਾ ਵਧੀ ਖੜੀ ਆ ਮੈਨੂੰ ਕੋਈ ਗੱਲ ਨਹੀਂ ਤੂੰ ਭਾਵੇਂ ਜਾਵਾਂ ਬਿਲਕੁਲ ਸਹੀ ਆ ਮੈਂ ਤਾਂ ਸਨੀ ਦੇ ਨਾਂ ਲਵਾਊਂਗਾ ਤੁਸੀਂ ਆਪ ਜਿਵੇਂ ਮਰਜ਼ੀ ਕਰੀ ਜਾਇਓ ਬਾਪੂ ਸਨੀ ਦੇ ਨਾਂ ਵੀ ਨਾ ਲਵਾਓ ਜਿੰਨਾ ਚਿਰ ਤੁਸੀਂ ਬੈਠੇ ਹੋ ਨਾ ਤੁਸੀਂ ਆਪਦੇ ਨਾਂ ਹੀ ਰੱਖੋ ਸਾਨੂੰ ਲੋੜ ਨਹੀਂ ਹੈ ਆਹੋ ਮੈਨੂੰ ਵੀ ਬੇਬੇ ਕਹਿੰਦੀ ਹੁੰਦੀ ਸੀ ਕਹਿੰਦੀ ਜੋਰੇ ਦਾ ਮਾਨਸਾ ਵਾਲੇ ਦਾ ਰਿਸ਼ਤਾ ਆਉਣਾ ਹੁੰਦਾ ਸੀ ਮੈਨੂੰ ਬਾਪੂ ਤੂੰ ਜ਼ਮੀਨ ਆਪਦੇ ਨਾਂ ਹੀ ਰੱਖ ਪੁੱਤਾ ਇਹ ਗੱਲ ਤਾਂ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਲਵਾਉਂ ਅੱਜ ਵੀ ਲਵਾਉਣੀ ਕੱਲ੍ਹ ਨੂੰ ਵੀ ਲਵਾਉਣੀ ਮੈਂ ਤਾਂ ਲਵਾਉਣੀ ਲਵਾਉਣੀ ਤਾਂ ਕਹਿੰਦੀ ਤੂੰ ਮੇਰੇ ਨਾਲ ਚੱਲ ਅੱਜ ਹੀ ਚੱਲ ਅੱਜ ਤੇਰੇ ਨਾਲ ਲਵਾ ਦਿੰਦਾਗਾ ਅਤੇ ਉਦੋਂ ਬਾਅਦ ਦੇ ਵਿੱਚ ਤੂੰ ਆਪਦਾ ਬਾਹਰੋਂ ਨਿਕਲ ਜਾ ਬਸ ਬਾਪੂ ਪਤਾ ਨਹੀਂ ਹੁੰਦਾ ਕੀ ਦਾ ਕੀ ਹੋ ਜੇ ਬਾਹਰ ਬੂਰ ਵੀ ਘੱਟ ਹੀ ਯਕੀਨ ਕਰਨਾ ਚਾਹੀਦਾ ਤੂੰ ਇੱਥੇ ਹੀ ਰੱਖਾ ਆਪਦੇ ਨਾਲ ਤੂੰ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਮੈਨੂੰ ਬਾਹਰ ਜਾਣ ਦੇ ਕਿਹਾ ਮੈਂ ਆਪੇ ਸੈਟਿੰਗ ਕਰੂੰਗਾ ਤਾਂ ਠੀਕ ਹੈ ਪੁੱਤਾ ਅਤੇ ਜ਼ਮੀਨ ਉਹਨੇ ਕਿਹਨੂੰ ਵੇਚੀ ਆ ਆਪਣੇ ਪਿੰਡ 'ਚ ਹੀ ਦਿੱਤੀ ਹੈ ਜਮਾਂ ਬਾਪੂ ਖੀ ਕਰਕੇ ਰੱਖਤੀ ਆਪਣੇ ਕਿਸੇ ਨੇ ਸੱਚ ਕਿਹਾ ਭੈਣ ਘਰ ਭਾਈ ਕੁੱਤਾ ਸਹੁਰੇ ਘਰ ਜਮਾਈ ਕੁੱਤਾ ਉਹ ਨਹੀਂ ਦੂਜਾ ਇਹਨਾਂ ਦਾ ਕੀ ਟੂਗਾ ਦੂਜਾ ਜਿਹੜਾ ਪ੍ਰਗਟਾ ਉਹਨੂੰ ਦਿੱਤੀ ਹੈ ਚਲੋ ਜੋ ਹੋਣਾ ਸੀ ਹੋ ਗਿਆ ਹੁਣ ਤਾਂ ਮੁੜਦੇ ਨਹੀਂ ਵਾਪਸ ਮੈਂ ਜਾ ਕੇ ਆਉਣਾ ਮੈਂ ਕਰਦਾ ਪਤਾ ਫਿਰ ਦੇਖਦੇ ਹਾਂ ਅਸੀਂ ਬਾਹਰ ਬੂਰ ਦਾ ਠੀਕ ਹੈ ਕੰਮੋ ਤੂੰ ਵੀ ਚਾਹ ਚੂਹ ਬਣਾ ਕੇ ਰੱਖ ਉਹਨਾਂ ਨੂੰ ਚਲੋ ਠੀਕ ਹੈ ਜੇ ਚਾਹ ਬਣ ਕੇ ਮੈਨੂੰ ਦੱਸ ਦੇ ਓਹੋ ਜੇ ਪਰਮਾਤਮਾ ਕੀ ਹੋਈ ਜਾਂਦਾ ਆਹ ਓਹੋ ਮੈਨੂੰ ਤਾਂ ਲੱਗਦਾ ਸੀ ਦੋ ਚਾਰ ਸਾਲ ਕੱਢਾਂਗੇ ਅਤੇ ਲੱਗਦਾ ਜੇ ਇਹੋ ਜਿਹਾ ਕੁਛ ਇੱਕ ਅੱਧੇ ਵਾਰੀ ਹੋਰ ਹੋ ਗਿਆ ਵੀ ਰਾਮ ਰਾਮ ਸਾਤੀ ਹੋ ਜੂਗੀ ਓਹੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਕਮੈਂਟ ਲਾਜ਼ਮੀ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਲਾਈਕ ਜਿਹੜੇ ਵੀਰ ਸਾਨੂੰ ਵੀਡੀਓ 'ਤੇ ਕਮੈਂਟ ਕਰਦੇ ਨੇ ਉਹਨਾਂ 'ਚ ਨਾਮ ਬੋਲਣ ਲੱਗਿਆ ਪਰ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਅਤੇ ਸਾਨੂੰ ਜੇ ਥੰਬਨੇਲ ਗੱਦਾ ਲਾਉਣ 'ਤੇ ਨਾ ਮਜਬੂਰ ਕਰਿਆ ਕਰੋ ਸਾਡੇ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੋ 4000 5000 ਵੀਡੀਓ ਚੱਲਦੀ ਹੈ ਗੰਦੇ ਥੰਬਨੇਲ 4-4 5-5 ਲੱਖ ਚੱਲ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਨਾਮ ਕਿਹਾ ਜਿਹਾ ਰੱਖਿਆ ਇਹ ਰੱਖਿਆ ਸਾਨੂੰ ਮਜਬੂਰ ਨਾ ਅਗਰ ਚੰਗੇ ਨਾਮ ਵੀ ਰੱਖਿਓ ਪਰ ਤੁਸੀਂ ਵੀਡੀਓ ਦੇਖਦੇ ਨਹੀਂ ਕੀ ਕਰੀਏ ਹੈ ਅਤੇ ਪਰ ਚੱਲ ਕੋਈ ਨਾ ਧੰਨਵਾਦ ਤੁਹਾਡੀ ਮਰਜ਼ੀ ਹੈ ਵੀ ਇਸ 'ਤੇ ਕੀ ਕਹਿੰਦੇ ਅਤੇ ਗਰੀਬ ਬੰਦੇ ਤੁਹਾਡੇ ਨਾਲ ਧੱਕਾ ਨਹੀਂ ਕਰ ਸਕਦੇ ਪਰ ਗਰੀਬ ਬੰਦਿਆਂ ਦੀ ਬਾਂਹ ਵੀ ਫੜ ਲਿਆ ਕਰੋ ਇਹ ਜ਼ਰੂਰ ਬਾਅਦ ਤੁਸੀਂ ਕਹਿੰਦੇ ਵੀ ਆਹ ਕਿਵੇਂ ਮਜਬੂਰ ਕਿਉਂ ਚੰਗੀਆਂ ਚੀਜ਼ਾਂ ਕਿਉਂ ਨਹੀਂ ਪਾਉਂਦੇ ਚੰਗੇ ਜੇ ਤਾਂ ਪਾਵਾਂਗੇ ਹੁਣ ਚੰਨੀ ਵਾਲਿਆਂ ਦੇ ਚੈਨਲ 'ਤੇ ਦੇਖੋ 1000 ਵੀਡੀਓ ਚੱਲੀ ਹੈ
2000 ਚੱਲੀ ਆ, 1500, 700 ਅਤੇ ਇੱਧਰ ਗੰਦੇ ਥੰਮਲੇ ਲਾਉਣੇ ਆਪਾਂ ਤਾਂ ਦੇਖੋ ਤੰਗੀਆਂ ਗੰਦੀਆਂ ਮਾੜੀਆਂ ਵੀਡੀਓ ਪਾਉਣੇ ਤਾਂ ਦੇਖੋ ਕਿ 4-4 ਲੱਖ 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 60-60 ਹਜ਼ਾਰ ਰੁਪਇਆ 50,000 ਚੱਲੀ ਆ। ਚੱਲ ਵੀਰ ਧੰਨਵਾਦ ਤੁਹਾਡਾ, ਇਹ ਤਾਂ ਸਪੋਰਟ ਕਰੀ ਜਾਂਦੇ ਚੱਲ ਅਤੇ ਅਤੇ ਅਸੀਂ ਉਹਨਾਂ ਦੇ ਨਾਮ ਬੋਲਣ ਲੱਗੇ ਹਾਂ, ਹੈ ਨਾ ਵੀ ਹੋਰ ਕੀ ਕਰੀਏ। ਹਾਂਜੀ ਹਾਂਜੀ ਬੋਲੋ। ਅਨਮੋਲ, ਹਰਵਿੰਦਰ ਸਿੰਘ, ਜੱਟ ਫਿਲਮੀ, ਪਿੰਕੀ ਰਾਣੀ, ਸੁਖਰਾਜ ਸਿੰਘ, ਭੋਲਾ ਗਿੱਲ, ਮੋਹਰ ਸਿੰਘ ਅਤੇ ਸੰਦੀਪ ਬਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੋਰ ਦੇ ਵੀ ਬੋਲਦੇ ਹਾਂ ਜੀ, 2-4 ਹੋਰ ਹੈਗੇ ਆ। ਹਰਜੀਤ ਕੌਰ, ਹਰਵਿੰਦਰ ਸਿੰਘ ਬਈ, ਇਹ ਤੁਹਾਡਾ 2-3 ਵਾਰੀ ਨਾਮ ਆ ਗਿਆ। ਤੇਰਾ ਬਈ ਬਹੁਤ ਬਹੁਤ ਧੰਨਵਾਦ, ਦੋ ਚਾਰ ਵੀਡੀਓ ਤੋਂ ਦੇਖਦੇ ਹਾਂ, ਲਾਈਕ ਕਰਦਾ, ਕਮੈਂਟ ਕਰਦਾ, ਸ਼ੇਅਰ ਕਰਦਾ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਅਤੇ ਅਨਮੋਲ ਵੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਸਵੰਤਰ ਕੌਰ, ਜਸਵੰਤ ਕੌਰ ਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਹਾਡੀਆਂ ਵੀਡੀਓ ਕਮੈਂਟ, ਬਹੁਤ ਸੋਹਣੇ ਸੋਹਣੇ ਲੱਗਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਹਰ ਵੀਡੀਓ 'ਤੇ ਕਮੈਂਟ ਆਉਂਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਅਤੇ ਸੁਖਰਾਜ ਸਿੰਘ ਜੀ, ਅਤੇ ਮਨਜੀਤ ਕੌਰ ਜੀ, ਅਤੇ ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਜੀ, ਸੱਚੇ ਦਿਲੋਂ। ਹਾਂਜੀ, ਥੈਂਕ ਯੂ। ਇਸ ਤਰ੍ਹਾਂ ਸਾਡੀ ਵੀਡੀਓ ਨੂੰ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਵੱਧ ਤੋਂ ਵੱਧ ਸਪੋਰਟ ਕਰੋ। ਜੇ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਵਧੀਆ ਵਧੀਆ ਵੀਡੀਓ ਲਿਆਵਾਂਗੇ। ਅਤੇ ਆ ਇਹਦੇ ਵਾਂਗੂ ਭਾਬੀ ਮੰਗੂਗੇ ਕਿ ਮੈਂ ਇੱਥੇ ਕੀ ਜੇਠ ਨਾਲ ਕੀਤੀ ਮਾੜੀ, ਐਵੇਂ ਨਾ ਕਰਿਆ ਕਰੋ, ਠੀਕ ਹੈ ਜੀ। ਅਤੇ ਨਾਲੇ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਜੀ, ਚੰਨੀ ਸਾਹਿਬ ਜੀ ਰੋਟੀ ਨਹੀਂ ਖਾਂਦੇ। ਹੋਰ ਭਾਈ, ਦਿਲ ਦੁਖਦਾ ਬਾਈ। ਚਲ ਬਸ, ਰੋਣਾ ਹੁਣ ਕਰਦਿਆ ਕਰਨਗੇ, ਕੋਈ ਨਾ, ਰੋਣਾ ਨਹੀਂ, ਕਰਦਿਆ ਕਰੋ ਜੀ ਸਾਰੇ ਕਮੈਂਟਾਂ। ਹਾਂਜੀ, ਨਾਲੇ ਸਾਨੂੰ ਦੱਸਿਆ ਕਰੋ ਜੀ ਵੀ ਸਾਡੀ ਐਕਟਿੰਗ ਕਿਹਨਾਂ ਦੀ ਵਧੀਆ ਲੱਗਦੀ ਹੈ, ਕਿਵੇਂ ਲੱਗਦੀ ਹੈ, ਜੇ ਕੋਈ ਕਮੀ ਆ ਸਾਨੂੰ ਉਹ ਵੀ ਦੱਸਿਆ ਕਰੋ ਜੀ, ਤਾਂ ਅਸੀਂ ਚੇਂਜ ਕਰਾਂਗੇ। ਜੇ ਮੈਨੂੰ ਪਸੰਦ ਕਰਦੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਸਾਰਿਆਂ ਦਾ। ਮੈਨੂੰ ਕਰਦੇ ਨਹੀਂ ਹੈਗੇ ਪਸੰਦ, ਕਰਨਗੇ ਤੈਨੂੰ ਜੀ, ਸਤਿ ਸ਼੍ਰੀ ਅਕਾਲ ਜੀ।